ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਮਨਾਉਂਦੇ ਹਾਂ। ਅੱਜ ਦੂਜੇ ਦਿਨ ਦੇ ਦੀਵਾਨ ਆਰੰਭ ਕਰਨ ਲੱਗੇ ਹਾਂ। ਆਪ ਜੀ ਨੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਹੁਕਮ ਸ਼੍ਰਵਣ ਕੀਤਾ ਹੈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ, ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਪੰਜ ਬਖਸ਼ਿਸ਼ਾਂ ਸਾਨੂੰ ਹਮੇਸ਼ਾ ਹੀ ਗੁਰੂ ਸਾਹਿਬ ਕਰਦੇ ਹਨ। ਹਮੇਸ਼ਾ ਹੀ ਪੰਜ ਬਖਸ਼ਿਸ਼ਾਂ ਗੁਰੂ ਸਾਹਿਬ ਸਾਨੂੰ ਬਖਸ਼ਦੇ ਹਨ ਤੇ ਜਿਨ੍ਹਾਂ ਦੇ ਦੁਆਰਾ ਮਨੁੱਖ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਹਰ ਬਿਸਰਤ ਸਦਾ ਖੁਆਰੀ, ਜਿਹੜਾ ਇਨਸਾਨ ਇਹ ਸੰਸਾਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਿਆ, ਜਿਸਨੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦਾ ਗੁਣਗਾਨ ਨਹੀਂ ਕੀਤਾ, ਉਸ ਦਾ ਜੀਵਨ ਇਸ ਸੰਸਾਰ ਦੇ ਵਿੱਚ ਕਿਸੇ ਅਰਥ ਨਹੀਂ ਆਉਂਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਹਰ ਬਿਸਰਤ ਸਦਾ ਖੁਆਰੀ, ਤੇ ਜਿਹੜੇ ਜੁੜ ਜਾਂਦੇ ਹਨ, ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਹੀ ਵਾਹਿਗੁਰੂ ਪਰਮਾਤਮਾ ਉਹਨਾਂ ਦਾ ਜਿਹੜਾ ਜੀਵਨ ਹੈ ਸਫਲ ਹੋ ਜਾਂਦਾ ਹੈ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈ, ਉਹ ਸਵਾਸ ਸਵਾਸ ਤੇਰੇ ਨਾਮ ਦੇ ਨਾਲ ਜੁੜਦੇ ਹਨ। ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਿਹੜੀ ਲੰਗਰ ਹਾਲ ਦੇ ਵਿੱਚ ਸੰਗਤ ਬੈਠੀ ਹੈ, ਉੱਪਰ ਦੀਵਾਨ ਹਾਲ ਦੇ ਵਿੱਚ ਬੈਠੀਏ, ਤਾਂ ਕਿ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੀਏ, ਨਾਮ ਬਾਣੀ ਦੇ ਨਾਲ ਜੁੜੀਏ, ਉਸ ਵਾਹਿਗੁਰੂ ਪਰਮਾਤਮਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਇੱਕ ਗੁਰਬਾਣੀ ਦਾ ਸ਼ਬਦ ਵੀ ਆਪਣੇ ਹਿਰਦੇ ਦੇ ਵਿੱਚ ਵਸ ਗਿਆ, ਆਪਣਾ ਜਿਹੜਾ ਜੀਵਨ ਹੈ ਸਫਲ ਹੋ ਜਾਏਗਾ। ਸੋ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਸ਼ਾਪਾ, ਉਹਨਾਂ ਨੂੰ ਬੇਨਤੀ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਆ ਜਾਣ, ਤਾਂ ਕਿ ਜੋ ਦੀਵਾਨ ਦੀ ਆਰੰਭਤਾ ਹੈ ਉਹ ਆਰੰਭ ਕਰ ਸਕੀਏ। ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਕਰੀਬਨ 11:15 ਵਜੇ ਤੱਕ ਸਮੂਹ ਸਾਧ ਸੰਗਤ ਦੇ ਕਥਾ ਵਾਰਤਾ ਰਾਹੀਂ ਦਰਸ਼ਨ ਕਰਨਗੇ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬੱਲਾ, ਸਰਪ ਜੈਸੇ ਅਰਜਾਰੀ। ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਹੁਕਮ ਬਖਸ਼ਿਆ ਹੈ, ਹੇ ਮਨੁੱਖ, ਇਸ ਸੰਸਾਰ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਓਟ ਆਸਰੇ ਤੋਂ ਬਿਨਾਂ ਇਹ ਜੀਵਨ ਹੈ ਕਿਸੇ ਵੀ ਕੰਮ ਦਾ ਨਹੀਂ। ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦਾ ਗੁਣਗਾਨ ਕਰੀਏ, ਆਪਣੇ ਜੀਵਨ ਨੂੰ ਸਫਲਾ ਕਰੀਏ। ਸੋ ਆਓ ਜਥੇ ਨੂੰ ਜੀ ਆਇਆ ਆਖਦੇ ਹਾਂ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਨ ਪਾਵਤ ਦੇਵ ਸਭੇ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਹੁਣ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ,
ਗੁਰਜੋਤ ਅਰਜਨ ਮਹਿ ਧਰੀ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰੋ ਜਾਗਰ ਆਨ ਕੀਓ ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪੱਧਤ ਤੇ ਮਤ ਚੁੱਕੇ ਰੇ ਮਨ ਭੇਦ ਬਿਭੇਦ ਨਾ ਜਾਣ ਬਿਓ ਪਰਤਸ਼ ਹਿਰਦੈ ਗੁਰੂ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਇਹ ਪੱਧਤ ਤੇ ਮਤ ਚੁੱਕੇ ਰੇ ਮਨ ਭੇਦ ਬਿਭੇਦ ਨਾ ਜਾਣ ਬਿਓ ਪਰਤਸ਼ ਹਿਰਦੈ ਗੁਰੂ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਚਵਰ ਤਖ ਦੇ ਮਾਲਕ ਦੋ ਜਹਾਨ ਦੇ ਵਾਲੀ ਧੰਨ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਉੱਪਰ ਪਾਤਸ਼ਾਹ ਜੀ ਦਾ ਵਿਆਹ ਪੁਰਬ ਮਨਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਰੇ ਸਤਿਗੁਰੂ ਜੀ ਦੇ ਚਰਣਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਰਸਨਾ ਨੂੰ ਪਵਿੱਤਰ ਕਰੀਏ ਅਤੇ ਗੁਰੂ ਸਾਹਿਬ ਜੀ ਤੋਂ ਬਖਸ਼ਿਸ਼ ਪ੍ਰਾਪਤ ਫਤਿਹ ਨੂੰ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਵਾਸਾਂ ਨੂੰ ਸਫਲੇ ਬਣਾਉਣ ਦੇ ਲਈ ਪਾਤਸ਼ਾਹ ਜੀ ਦੇ ਚਰਣਾਂ ਦੇ ਵਿੱਚ ਜੁੜ ਬੈਠੇ ਹੋ ਅਤੇ ਪੰਜਵੇਂ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਕਈ ਕੋਟਕ ਜੰਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦੇ ਬਰਾਬਰ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਸਤ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੀ ਮਹਿਮਾ ਵਡਿਆਈ ਆਪਣੀ ਰਸਨਾ ਦੇ ਦੁਆਰਾ ਸਰਵਣ ਕਰਦੇ ਹਨ ਅਤੇ ਪਾਤਸ਼ਾਹ ਜੀ ਦੀ ਵਡਿਆਈ ਕਰਨ ਸੁਣਨ ਦੇ ਨਾਲ ਕੀ ਹੁੰਦਾ ਹੈ ਆਪ ਜੀ ਨੇ ਹੁਣੇ ਹੀ ਸੁਖਮਨੀ ਸਾਹਿਬ ਬਾਣੀ ਦੀ ਅਖੀਰਲੀ ਅਸ਼ਟਪਦੀ ਦੇ ਅਖੀਰਲੇ ਸਲੋਕ ਨੂੰ ਸਰਵਣ ਕੀਤਾ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉਂ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਪ੍ਰਭੂ ਨੂੰ ਅਰਾਧਣ ਦੇ ਨਾਲ ਪੂਰਾ ਉਸਦਾ ਜੋ ਨਾਮ ਹੈ ਉਸਦਾ ਸਿਮਰਨ ਕਰਨ ਦੇ ਨਾਲ ਪੂਰੇ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਪੂਰੇ ਨੂੰ ਅਰਾਧਾਂਗੇ ਤੇ ਪੂਰੇ ਦੀ ਪ੍ਰਾਪਤੀ ਹੋਵੇਗੀ ਤੇ ਜੇ ਅਧੂਰੇ ਨੂੰ ਅਰਾਧਾਂਗੇ ਤੇ ਫਿਰ ਪੂਰੇ ਨਹੀਂ ਹੋ ਸਕਦੇ ਤੇ ਜਿੰਨਾ ਚਿਰ ਤੱਕ ਪੂਰੇ ਨਹੀਂ ਨਾ ਹੁੰਦੇ ਸਾਧ ਸੰਗਤ ਜੀ ਉਹਨਾਂ ਚਿਰ ਤੱਕ ਜ਼ਿੰਦਗੀ ਦੇ ਵਿੱਚ ਡਾਵਾਂ ਡੋਲ ਤਾਂ ਬਣੀ ਰਹੇਗੀ ਜ਼ਿੰਦਗੀ ਦੇ ਵਿੱਚ ਦੁੱਖ ਜਿਹੜੇ ਹਨ ਉਹ ਆਉਂਦੇ ਰਹਿਣਗੇ ਤੇ ਜੰਮਣ ਮਰਨ ਦੇ ਚੱਕਰ ਦੇ ਵਿੱਚ ਇਨਸਾਨ ਜੋ ਹੈ ਉਹ ਫਸਿਆ ਰਹੇਗਾ ਗੁਰਮੁਖ ਪਿਆਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਸਾਧ ਸੰਗਤ ਜੀ ਇਹ ਜੋ ਉਪਰਾਲਾ ਹਰ ਸਾਲ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਅਤੇ ਮੱਸਿਆ ਦੇ ਉੱਪਰ ਵੀ ਦੀਵਾਨ ਸੱਜਦੇ ਹਨ ਹੋਰ ਵੇਲੇ ਵੇਲੇ ਸਮਾਗਮ ਵੀ ਗੁਰਦੁਆਰਾ ਸਾਹਿਬ ਵਿਖੇ ਉਲੀਕੇ ਜਾਂਦੇ ਹਨ ਸਾਧ ਸੰਗਤ ਜੀ ਕੱਲ੍ਹ ਹੀ ਵਿਚਾਰਾਂ ਚੱਲ ਰਹੀਆਂ ਸਨ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਜੋ ਹੈ ਨੌਜਵਾਨ ਪੀੜ੍ਹੀ ਤਾਂ ਕੀ ਸਾਰਿਆਂ ਦੇ ਅੰਦਰੋਂ ਹੀ ਸਿੱਖ ਇਤਿਹਾਸ ਨੂੰ ਬਾਣੀ ਨੂੰ
ਪੜ੍ਹਨ ਦੀ ਰੁਚੀ ਜੋ ਹੈ ਉਹ ਪੈਰੋ ਪੈਰ ਘਟਦੀ ਜਾ ਰਹੀ ਹੈ। ਜਿਸ ਹਿਸਾਬ ਦੇ ਨਾਲ ਬਾਣੀ ਇਤਿਹਾਸ ਨੂੰ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ, ਉਵੇਂ ਉਵੇਂ ਸਾਡੀ ਨੌਜਵਾਨ ਪੀੜ੍ਹੀ ਜੋ ਹੈ ਉਹ ਸਿੱਖੀ ਤੋਂ ਵੀ ਦੂਰ ਤੁਰੀ ਜਾਂਦੀ ਹੈ। ਅਤੇ ਜਿਹੜੇ ਬੱਚੇ ਇਤਿਹਾਸ ਨੂੰ ਪੜ੍ਹਦੇ, ਜਿਹੜੇ ਬੱਚੇ ਬਾਣੀ ਨੂੰ ਨਹੀਂ ਪੜ੍ਹਦੇ, ਅਤੇ ਜੇ ਪ੍ਰਬੰਧਕਾਂ ਵੱਲੋਂ ਐਸੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਹੋਣ ਜਿਨ੍ਹਾਂ ਦੇ ਵਿੱਚ ਸੰਗਤਾਂ ਗੁਰੇ ਇਤਿਹਾਸ ਨੂੰ ਸਰਵਣ ਕਰਦੀਆਂ ਹਨ, ਗੁਰਬਾਣੀ ਦੀਆਂ ਵਿਚਾਰਾਂ ਨੂੰ ਸਰਵਣ ਕਰਦੀਆਂ ਹਨ, ਇਹ ਬਾਣੀ ਦੀਆਂ ਵਿਚਾਰਾਂ ਇਤਿਹਾਸ ਦੇ ਪੰਨੇ, ਇਤਿਹਾਸ ਦੀਆਂ ਸਾਖੀਆਂ, ਇਤਿਹਾਸ ਦੇ ਬਚਨ ਸਿੱਖਾਂ ਬੱਚਿਆਂ ਦੇ ਕੰਨ ਦੇ ਵਿੱਚ ਨਾ ਪੈਣ 'ਤੇ ਸਾਧ ਸੰਗਤ ਜੀ ਕੀ ਬਣੇਗਾ। ਇਹ ਬਹੁਤ ਵਧੀਆ ਉਪਰਾਲਾ ਜੋ ਹੈ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਜੀ ਕੀਤਾ ਜਾਂਦਾ ਹੈ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਮਨਾ ਰਹੇ ਹਾਂ, ਅਤੇ ਬਾਣੀ ਦਾ ਹੁਕਮ ਹੈ ਕਿ ਇਸ ਦੁਨੀਆ ਦੇ ਵਿੱਚ ਸੰਤ ਜਨ ਪ੍ਰਭੂ ਦੇ ਪਿਆਰੇ ਗੁਰੂ ਸਾਹਿਬ ਜੀ ਦੁਨੀਆ ਦੇ ਉੱਪਰ ਪਰਉਪਕਾਰ ਕਰਨ ਦੇ ਲਈ, ਭਲਾ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਉਂਦੇ ਹਨ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਸਾਧ ਸੰਗਤ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਵੇ ਅਤੇ ਬੰਦਾ ਕਈ ਵਾਰ ਪਰਮੇਸ਼ੁਰ ਨੂੰ ਭੁਲਾ ਦਿੰਦਾ ਹੈ, ਦੁੱਖਾਂ ਦੇ ਵਿੱਚ ਤਾਂ ਵਾਹਿਗੁਰੂ ਨੂੰ ਯਾਦ ਕਰਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਸੁੱਖਾਂ ਦੇ ਵਿੱਚ ਇਨਸਾਨ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ। ਔਰ ਧੰਨ ਹਨ ਸਾਡੇ ਗੁਰੂ ਸਾਹਿਬਾਨ, ਵੇਖੋ ਉਹ ਸੁੱਖਾਂ ਦੇ ਵਿੱਚ ਵੀ ਸਾਨੂੰ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਚਰਣਾਂ ਦੇ ਨਾਲ ਜੋੜਨ ਦੇ ਲਈ ਕਿਸ ਤਰ੍ਹਾਂ ਉਪਰਾਲੇ ਕਰਦੇ ਹਨ। ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਵਿਆਹੁਣ ਦੇ ਲਈ ਬਰਾਤ ਦੇ ਰੂਪ ਦੇ ਵਿੱਚ ਮਾਓ ਸਾਹਿਬ ਨਗਰ ਵੱਲ ਨੂੰ ਜਾ ਰਹੇ ਹਨ, ਅਤੇ ਰਸਤੇ ਦੇ ਵਿੱਚ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਪਾਤਸ਼ਾਹ ਜੀ ਮਾਲੜੀ ਸਾਹਿਬ ਰੁਕੇ ਹਨ, ਉੱਥੇ ਬਾਬਾ ਮੱਲ ਜੀ ਹਨ ਜਿਨ੍ਹਾਂ ਨੇ ਆਪਣਿਆਂ ਹੱਥਾਂ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਣਾਂ ਦੇ ਵਿੱਚ ਪਾਇਆ ਜਾਣ ਵਾਲਾ ਜੋੜਾ ਆਪਣਿਆਂ ਹੱਥਾਂ ਦੇ ਨਾਲ ਤਿਆਰ ਕੀਤਾ ਹੈ। ਅਤੇ ਸਰੀਰ ਦੇ ਵਿੱਚ ਐਸੀ ਸ਼ਕਤੀ ਨਹੀਂ ਹੈ ਕਿਉਂਕਿ ਸਰੀਰ ਰੋਗੀ ਹੈ, ਉੱਠ ਨਹੀਂ ਸਕਦਾ, ਚੱਲ ਫਿਰ ਨਹੀਂ ਸਕਦੇ, ਗੋਡਿਆਂ ਦੇ ਵਿੱਚੋਂ ਜੋੜਾਂ ਦੇ ਵਿੱਚੋਂ ਦਰਦਾਂ ਨਿਕਲਦੀਆਂ ਹਨ। ਅਤੇ ਪਾਤਸ਼ਾਹ ਜੀ ਦੇ ਚਰਣਾਂ ਦੇ ਵਿੱਚ ਇਹ ਅਰਦਾਸ ਕੀਤੀ ਕਿ ਪਾਤਸ਼ਾਹ ਜੀ ਮੈਂ ਆਪ ਚੱਲ ਕੇ ਆਪ ਜੀ ਦੇ ਚਰਣਾਂ ਦੇ ਵਿੱਚ ਆਪਣਾ ਹੱਥੀਂ ਤਿਆਰ ਕੀਤਾ ਹੋਇਆ ਜੋੜਾ ਲੈ ਕੇ ਨਹੀਂ ਆ ਸਕਦਾ। ਔਰ ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਉਹਦੇ ਘਰ ਦੇ ਵਿੱਚ ਪਹੁੰਚਦੇ ਹਨ, ਅਤੇ ਬਾਬਾ ਮੱਲ ਜੀ ਨੇ ਜਦੋਂ ਦੇਖਿਆ ਕਿ ਸਤਿਗੁਰੂ ਜੀ ਉਹਨਾਂ ਦੇ ਗ੍ਰਹਿ ਵਿਖੇ ਆਏ ਹਨ, ਆਪਣਾ ਜੋੜਾ ਸਤਿਗੁਰੂ ਜੀ ਦੇ ਚਰਣਾਂ ਦੇ ਵਿੱਚ ਬੈਠੇ ਬੈਠੇ ਨੇ ਪੇਸ਼ ਕੀਤਾ। ਔਰ ਸਤਿਗੁਰੂ ਜੀ ਕਹਿੰਦੇ ਹਨ, ਫਰਮਾਉਂਦੇ ਹਨ ਕਿ ਭਾਈ ਬਾਬਾ ਮੱਲ ਜੀ ਜਿੰਨੇ ਪਿਆਰ ਅਤੇ ਸਤਿਕਾਰ ਦੇ ਨਾਲ ਤੁਸੀਂ ਜੋੜਾ ਤਿਆਰ ਕੀਤਾ ਹੈ, ਉਨੇ ਹੀ ਪਿਆਰ ਦੇ ਨਾਲ ਸਰਧਾ ਦੇ ਨਾਲ ਇਹ ਜੋੜਾ ਸਾਡੇ ਪੈਰਾਂ ਦੇ ਵਿੱਚ ਵੀ ਪਹਿਨਾ ਦਿਓ। ਪਾਤਸ਼ਾਹ ਜੀ ਨੇ ਬਚਨ ਕੀ ਕੀਤੇ, ਪਾਤਸ਼ਾਹ ਜੀ ਦਾ ਹੁਕਮ ਆਪ ਜੀ ਨੇ ਸਰਵਣ ਕੀਤਾ ਨਾ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨਕਾ ਦਾਸ ਦਸਨਾ। ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਾਮ ਜਪਣ ਵਾਲਿਆਂ ਦੀ ਰਸਨਾ ਦੇ ਉੱਪਰ ਵਸਦਾ ਹੈ, ਅਤੇ ਜਿਹੜੇ ਗੁਰੂ ਸਾਹਿਬਾਨ ਆਪ ਸਾਧ ਸੰਗਤ ਜੀ ਪਰਮੇਸ਼ਰ ਦਾ ਰੂਪ ਹੋਣ, ਉਹ ਆਪਣੀ ਰਸਨਾ ਤੋਂ ਕੋਈ ਬਚਨ ਕਹਿ ਦੇਣ ਅਤੇ ਉਹ ਬਚਨ ਪੂਰਾ ਨਾ ਹੋਵੇ, ਐਸਾ ਨਹੀਂ ਹੋ ਸਕਦਾ।
ਪੰਜਵੇਂ ਪਾਤਸ਼ਾਹ ਜੀ ਨੇ ਇਹ ਬਚਨ ਕਹਿ ਕੇ ਬਾਬਾ ਮਲ ਜੀ ਉੱਠੋ ਜੋੜਾ ਆਪ ਪਹਿਨਾਓ ਤੇ ਬਾਬਾ ਮਲ ਜੀ ਨੇ ਉਸੇ ਵੇਲੇ ਉੱਠ ਕੇ ਜੋੜਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਣਾਂ ਦੇ ਵਿੱਚ ਪਾਇਆ ਹੈ। ਉਸਦਾ ਆਪਣੇ ਸਰੀਰ ਦੀ ਬਿਮਾਰੀ ਵੱਲ ਦਰਦਾਂ ਦੇ ਵੱਲ ਧਿਆਨ ਹੀ ਨਹੀਂ ਗਿਆ ਜਾਂ ਸਤਿਗੁਰੂ ਜੀ ਦੇ ਬਚਨਾਂ ਨੇ ਉਸਦੇ ਸਰੀਰ ਦੇ ਵਿੱਚ ਹੋਣ ਵਾਲੇ ਦਰਦ ਦੁੱਖ ਕਲੇਸ਼ ਨੂੰ ਰਹਿਮਤ ਕਰਕੇ ਬਖਸ਼ਿਸ਼ ਕਰਕੇ ਬਚਨ ਕਹਿ ਕੇ ਉਸ ਨੂੰ ਦੂਰ ਕਰ ਦਿੱਤਾ ਹੈ। ਫਿਰ ਪਾਤਸ਼ਾਹ ਜੀ ਇਸ ਪਾਵਨ ਅਸਥਾਨ ਦੇ ਉੱਪਰ ਆਏ। ਪੰਜ ਪੀਰ ਸਾਹ ਸੰਗਤ ਜੀ ਅਸੀਂ ਕਹਿੰਦੇ ਹਾਂ, ਜਿਹੜਾ ਵੀ ਇਸਦੇ ਪੀਰ ਉਸ ਵੇਲੇ ਸੀ, ਉਸ ਨੂੰ ਨਿਵਾਜਣ ਦੇ ਲਈ ਅੱਜ ਵੀ ਸਾਹ ਸੰਗਤ ਜੀ ਜਿਹੜੀਆਂ ਵੰਡੀਆਂ ਹਨ, ਜਿਹੜੀਆਂ ਦੁਨੀਆਂ ਦੇ ਵਿੱਚ ਲੜਾਈਆਂ ਹਨ ਨਾ, ਉਹ ਸਿਆਣੇ ਕਹਿੰਦੇ ਹਨ ਕਿ ਉਹ ਲੜਾਈਆਂ ਤਾਂ ਹਨ ਕਿਉਂਕਿ ਸਾਡੇ ਅੰਦਰ ਵਿਵੇਕ ਨਹੀਂ ਹੈ। ਆ ਸਾਡੇ ਸਿੱਖ ਭਰਾਵਾਂ ਦੇ ਵਿੱਚ ਵੀ ਕਈਆਂ ਤਰ੍ਹਾਂ ਦੀਆਂ ਲੜਾਈਆਂ ਹੋ ਗਈਆਂ, ਇੱਕ ਦੂਸਰੇ ਦੇ ਉੱਪਰ ਦੂਸ਼ਣ ਲਾ ਰਹੇ ਹਨ, ਇੱਕ ਦੂਸਰੇ ਨੂੰ ਮਰਨ ਮਾਰਨ ਤੱਕ ਤਿਆਰ ਹੋਈ ਬੈਠੇ ਹਨ। ਇਹ ਕਿਉਂ ਹੈ? ਇਹ ਲੜਾਈਆਂ ਕਿਉਂ ਹਨ? ਸਤਿਗੁਰੂ ਜੀ ਦਾ ਪੰਜਵੇਂ ਪਾਤਸ਼ਾਹ ਜੀ ਦਾ ਤੇ ਹੁਕਮੇ ਪੜ੍ਹਦੇ ਹਾਂ ਕਿ ਪਾਤਸ਼ਾਹ ਜੀ ਜਦੋਂ ਦੀ ਤੁਹਾਡੀ ਸੰਗਤ ਕੀਤੀ ਹੈ ਉਦੋਂ ਦਾ ਸਾਡੇ ਅੰਦਰੋਂ ਬਗਾਨਾਪਨ ਜਿਹੜਾ ਹੈ ਵਿਸਰ ਗਈ। ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆਈ। ਕਿ ਕੋਈ ਬਗਾਨਾ ਨਜ਼ਰ ਨਹੀਂ ਆਉਂਦਾ, ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ, ਸਾਰੇ ਆਪਣੇ ਨਜ਼ਰ ਆਉਂਦੇ ਹਨ ਤੇ ਸਾਨੂੰ ਆਪਣਿਆਂ ਦੇ ਵਿੱਚੋਂ ਆਪਣੇ ਨਜ਼ਰ ਨਹੀਂ ਆ ਰਹੇ। ਦਾ ਮਤਲਬ ਹੈ ਕਿ ਸਾਡੀਆਂ ਅੱਖਾਂ ਦੇ ਉੱਪਰ ਕੋਈ ਪਰਦਾ ਜਿਹੜਾ ਹੈ ਉਹ ਦੂਰ ਹੋਣ ਵਾਲਾ ਰਹਿ ਚੁੱਕਾ ਹੈ। ਤੇ ਉਹ ਪਰਦਾ ਦੂਰ ਕਿਸ ਤਰ੍ਹਾਂ ਹੋਵੇਗਾ? ਸਤਿਗੁਰੂ ਜੀ ਰਹਿਮਤ ਕਰਨਗੇ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ। ਜਦੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਤੇ ਸਾਧ ਸੰਗਤ ਜੀ ਤਦ ਰਹਿਮਤ ਹੋਵੇਗੀ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਸਾਧ ਸੰਗਤ ਜੀ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਇਹ ਬਚਨ ਖੁੱਲ੍ਹੇ ਆਪ ਜੀ ਦੇ ਸਨਮੁਖ ਇੱਕ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਘਟਨਾ ਰੱਖਣੀ ਹੈ ਕਿ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਸਿਆਣ ਨਹੀਂ ਸਕੇ, ਪਹਿਚਾਣ ਨਹੀਂ ਸਕੇ। ਜਿਸ ਤਰ੍ਹਾਂ ਇੱਕ ਸੰਸਾਰੀ ਬਾਬ ਚਾਹੁੰਦਾ ਹੈ ਕਿ ਉਸਦੇ ਪੁੱਤਰ ਦੁਨੀਆਂ ਦੇ ਵਿੱਚ ਨਾਮ ਨਾ ਖੱਟਣ, ਧਨ ਦੌਲਤ ਜ਼ਮੀਨ ਜਾਇਦਾਦ ਜੋੜਨ, ਉੱਚੇ ਅਹੁਦੇ ਦੇ ਉੱਪਰ ਪਦਵੀ ਨੂੰ ਪ੍ਰਾਪਤ ਕਰਨ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਤਾ ਜੀ ਵੀ ਐਸਾ ਹੀ ਚਾਹੁੰਦੇ ਹਨ ਤੇ ਸਤਿਗੁਰੂ ਜੀ ਨੇ ਜੋ ਨਾਮ ਨਾ ਖੱਟਿਆ ਹੈ ਉਹ ਪਿਤਾ ਮਹਿਤਾ ਕਾਲੂ ਜੀ ਨੂੰ ਨਜ਼ਰ ਨਹੀਂ ਆ ਰਿਹਾ, ਉਹ ਸੰਸਾਰੀ ਦ੍ਰਿਸ਼ਟੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਤੱਕਦੇ ਹਨ। ਔਰ ਜਦੋਂ ਉਹਨਾਂ ਦਾ ਅੰਤਲਾ ਸਮਾਂ ਸਾਧ ਸੰਗਤ ਜੀ ਨੇੜੇ ਆਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਾਰ ਸਫੇਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੁੰਦੀ ਜੈ ਜੈਕਾਰ ਸੁਣੀ ਤੇ ਰਾਏ ਬਲਾਰ ਵਰਗਿਆਂ ਨੂੰ ਆਪਣੀ ਅੱਧੀ ਜਾਇਦਾਦ 750 ਮੁਰੱਬਾ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਮ ਲਗਾਉਂਦਿਆਂ ਹੋਇਆਂ ਦੇਖਿਆ, ਤਦ ਉਸਦੀਆਂ ਅੱਖਾਂ ਖੋਲੀਆਂ ਤੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਦਿਨ ਆਣ ਕੇ ਕਹਿਣ ਲੱਗਾ ਕਿ ਬੇਟਾ ਨਾਨਕ ਮੈਂ ਆਪ ਜੀ ਨੂੰ ਸਿਆਣ ਨਹੀਂ ਸਕਿਆ, ਪਹਿਚਾਣ ਨਹੀਂ ਸਕਿਆ। ਜਿਹੜੀ ਕਿਰਪਾ ਤੁਸੀਂ ਦੁਨੀਆਂ ਦੇ ਉੱਪਰ ਕੀਤੀ ਹੈ ਉਹ ਕਿਰਪਾ ਮੇਰੇ ਉੱਪਰ ਵੀ ਕਰੋ ਤਾਂ ਕਿ ਰਹਿੰਦੇ ਸਵਾਸਾਂ ਦੇ ਵਿੱਚ ਮੈਂ ਵੀ ਆਪਣਾ ਜੀਵਨ ਸਫਲਾ ਬਣਾ ਸਕਾਂ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਕੀ ਉਪਦੇਸ਼ ਦਿੱਤਾ? ਕਹਿਣ ਲੱਗੇ ਕਿ ਪਿਤਾ ਜੀ ਸਾਡੀ ਮਤ ਜਿਹੜੀ ਉਹ ਬੇੜੀ ਦੀ ਨਿਆਈ ਹੈ, ਬੇੜੀ ਪਾਣੀ ਦੇ ਉੱਪਰ ਉੱਪਰ ਰਵੇ ਤੇ ਸਹੀ ਹੈ ਤੇ ਉਹ ਦੂਸਰਿਆਂ ਜੀਵਾਂ ਜੰਤੂਆਂ ਨੂੰ ਨਦੀ ਤੋਂ ਪਾਰ ਕਰ ਸਕਦੀ ਹੈ ਤੇ ਜੇ ਬੇੜੀ ਦੇ ਵਿੱਚ ਪਾਣੀ ਪੈ ਜਾਵੇ ਉਸਨੇ ਕਿਸੇ ਨੂੰ ਤਾਂ ਕੀ ਪਾਰ ਕਰਨਾ ਹੈ।
ਆਪ ਵੀ ਨਦੀ ਦੇ ਵਿੱਚ ਡੁੱਬ ਸਕਦੀ ਹੈ। ਸੁਣ ਪਿਤ ਇਹ ਮਤ ਨੌਕਾ ਨਿਆਈ, ਦਰਬ ਮੋਹ ਜਲ ਸਰਤਾ ਧਾਈ। ਜੇ ਨੌਕਾ ਮੈਂ ਜਲ ਪਰ ਜਾਵੇ, ਤਤ ਸਿਨ ਆਪਣੇ ਬੀਚ ਡੁਬਾਵੇ। ਸਤਿਗੁਰ ਖੇਵਟ ਮਿਲੇ ਜੇ ਆਈ, ਮਤ ਨੌਕਾ ਪਰ ਹੈ ਚੁਨਸਾਈ। ਤੇ ਸਤਿਗੁਰੂ ਜੀ ਨੇ ਫਰਮਾਇਆ ਕਿ ਪਿਤਾ ਜੀ, ਇਨਸਾਨ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਯਤਨ ਕਰ ਲਵੇ, ਆਪਣੀ ਜ਼ਿੰਦਗੀ ਰੂਪੀ ਬੇੜੀ ਨੂੰ ਸੰਸਾਰ ਦੀ ਮੋਹ ਮਾਇਆ ਮਮਤਾ ਦੇ ਜਲ ਤੋਂ ਬਚਾ ਨਹੀਂ ਸਕਦਾ। ਜਿੰਨਾ ਚਿਰ ਤੱਕ ਗੁਰੂ ਦੇ ਚਰਨ ਨਹੀਂ ਪਰਸਦਾ, ਗੁਰੂ ਦਾ ਓਟ ਤੇ ਆਸਰਾ ਨਹੀਂ ਤੱਕਦਾ। ਇਹ ਸਾਰਾ ਉਪਦੇਸ਼ ਦੇਣ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸ ਕਹੇ ਕਿਰਪਾ ਦ੍ਰਿਸ਼ਟ ਅਵ ਲੋਕੀ, ਪਿਤ ਕੇ ਉਰ ਤੇ ਮਾਇਆ ਰੋਕੀ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਿਤਾ ਮਹਿਤਾ ਕਾਲੂ ਜੀ ਦੇ ਉੱਪਰ ਕਿਰਪਾ ਕੀਤੀ। ਜਿਹੜਾ ਮੋਹ ਮਾਇਆ ਦਾ ਪਰਦਾ ਉਹਨਾਂ ਦੀ ਬੁੱਧੀ ਦੇ ਉੱਪਰ, ਮਨ ਦੇ ਉੱਪਰ ਪਿਆ ਹੋਇਆ ਸੀ ਨਾ, ਉਹ ਪਰਦਾ ਦੂਰ ਹੋ ਗਿਆ। ਆਪਣੇ ਅੰਦਰੋਂ ਵੀ ਉਹਨਾਂ ਨੂੰ ਪਰਮੇਸ਼ਰ ਨਜ਼ਰ ਆਉਣ ਲੱਗ ਗਿਆ ਤੇ ਚਾਰ ਸਫੇਰੇ ਪਰਮਾਤਮਾ ਨਜ਼ਰ ਆਉਣ ਲੱਗ ਪਿਆ ਹੈ। ਜਦੋਂ ਗੁਰਸਿੱਖ ਸਾਹ ਸੰਗਤ ਜੀ ਸੱਚੇ ਮਨ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਜਾਂਦਾ ਹੈ, ਉਦੋਂ ਉਹਦੇ ਉੱਪਰ ਐਸੀ ਕਿਰਪਾ ਹੁੰਦੀ ਹੈ ਤੇ ਜਿੰਨਾ ਚਿਰ ਤੱਕ ਐਸੀ ਕਿਰਪਾ ਨਾ ਹੋ ਜਾਵੇ, ਉਹਨਾਂ ਚਿਰ ਤੱਕ ਬੰਦਾ ਗਿਆਨ ਭਾਵੇਂ ਕਿੰਨਾ ਵੀ ਹਾਸਲ ਕਰ ਰਵੇ, ਉਹ ਗਿਆਨੀ ਤੇ ਦੁਨੀਆਂ ਦੇ ਵਿੱਚ ਅਖਵਾ ਸਕਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਬ੍ਰਹਮ ਗਿਆਨੀ ਨਹੀਂ ਅਖਵਾ ਸਕਦਾ। ਤੇ ਜਿੰਨਾ ਚਿਰ ਤੱਕ ਬ੍ਰਹਮ ਗਿਆਨੀ ਨਾ ਬਣ ਜਾਵੇ, ਉਹਨਾਂ ਚਿਰ ਤੱਕ ਇਹ ਵੰਡੀਆਂ, ਇਹ ਲੜਾਈਆਂ, ਝਗੜੇ ਜਿਹੜੇ ਫਸਾਦ ਹਨ, ਉਹਨਾਂ ਚਿਰ ਤੱਕ ਖਤਮ ਨਹੀਂ ਹੋ ਜਾਣੇ। ਗਿਆਨੀ ਤੇ ਇਸ ਦੁਨੀਆਂ ਦੇ ਵਿੱਚ ਅਨੇਕਾਂ ਹਨ, ਅਨੇਕਾਂ ਤਾਂ ਕੀ ਹਜ਼ਾਰਾਂ ਲੱਖਾਂ ਕਰੋੜਾਂ ਵੀ ਹੋ ਸਕਦੇ ਹਨ, ਪਰ ਬ੍ਰਹਮ ਗਿਆਨੀ ਜੋ ਹੈ ਇਹਨਾਂ ਲੱਖਾਂ ਕਰੋੜਾਂ ਦੇ ਵਿੱਚ ਕੋਈ ਵਿਰਲਾ ਟਾਵਾਂ ਇੱਕ ਅੱਧਾ ਹੀ ਹੁੰਦਾ ਹੈ। ਤੇ ਐਸੇ ਬ੍ਰਹਮ ਗਿਆਨੀ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਰਗੇ ਇਸ ਦੁਨੀਆਂ ਨੂੰ ਤਾਰਦੇ ਹਨ। ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਮੁਸਲਮਾਨ ਨਹੀਂ ਹੈ, ਕੋਈ ਹਿੰਦੂ ਨਹੀਂ ਹੈ, ਤੇ ਨਾ ਹੀ ਗੁਰੂ ਸਾਹਿਬ ਜੀ ਬਾਹਰਲੀ ਉਸਦੇ ਪਹਿਰਾਵੇ ਨੂੰ ਦੇਖਦੇ ਹਨ, ਉਸਦੇ ਅੰਦਰਲੇ ਨੂੰ ਦੇਖਦੇ ਹਨ। ਸਾਧ ਸੰਗਤ ਜੀ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਇਸ ਪਾਵਨ ਅਸਥਾਨ ਦੇ ਉੱਪਰ ਆਏ ਸਨ। ਜੇ ਉਹਨਾਂ ਨੇ ਮੁਸਲਮਾਨ ਤੱਕਿਆ ਹੁੰਦਾ, ਉਹਦਾ ਧਰਮ ਤੱਕਿਆ ਹੁੰਦਾ, ਉਹਦਾ ਬਾਹਰੀ ਸਰੂਪ ਤੱਕਿਆ ਹੁੰਦਾ ਕਿ ਮੁਸਲਮਾਨ ਹੈ, ਤੇ ਗੁਰੂ ਪਾਤਸ਼ਾਹ ਜੀ ਇਸ ਸਥਾਨ ਦੇ ਉੱਪਰ ਕਦੀ ਵੀ ਨਹੀਂ ਸਨ ਆ ਸਕਦੇ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਾਰੂ ਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ। ਇਸ ਸਥਾਨ ਨੂੰ ਨਵਾਜਿਆ, ਭੰਗਾਲੇ, ਸਤਿਗੁਰੂ ਜੀ ਨੇ ਚਰਨ ਪਾਏ, ਸਰੀਰ ਦੇ ਵਿੱਚ ਚਰਨ ਪਾਏ। ਤੇ ਅਸੀਂ ਇਹ ਵੀ ਇਤਿਹਾਸ ਦੇ ਵਿੱਚੋਂ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਤੇ ਨਵਾਜਣ ਗੁਮਟਾਲੀ ਵਾਲਿਆਂ ਨੂੰ ਗਏ ਸਨ, ਪਰ ਉੱਥੋਂ ਦਿਆਂ ਲੋਕਾਂ ਵੱਲੋਂ ਗੁਰੂ ਪਾਤਸ਼ਾਹ ਜੀ ਨੂੰ ਸਿਆਣਿਆ ਨਹੀਂ ਜਾ ਸਕਿਆ, ਪਹਿਚਾਣਿਆ ਨਹੀਂ ਜਾ ਸਕਿਆ। ਤੇ ਉਹਨਾਂ ਨੇ ਅੱਗੇ ਜਾਣ ਦੇ ਵਾਸਤੇ ਕਹਿ ਦਿੱਤਾ ਹੈ। ਬਿਲਗੇ ਨਗਰ ਦੇ ਵਿੱਚ ਜਿਸ ਤਰ੍ਹਾਂ ਰਹਿਣ ਵਾਲਿਆਂ ਦੀਆਂ ਸੱਤ ਕੁੱਲੀਆਂ ਸਨ, ਕਹਿਣ ਲੱਗੇ ਕਿ ਅੱਗੇ ਬੰਨੇ ਪਿੰਡ ਦੇ ਵਿੱਚ ਮਹਿਲ ਹਨ, ਉੱਥੇ ਤੁਸੀਂ ਰਾਤ ਕੱਟ ਸਕਦੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਰਾਤ ਸਮੇਤ ਬਿਲਗੇ ਨਗਰ ਦੇ ਵਿੱਚ ਰਹੇ, ਸੱਤ ਕੁੱਲੀਆਂ ਵਾਲਿਆਂ ਨੇ ਸੇਵਾ ਕੀਤੀਆਂ, ਤੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਕਰਮਾ ਕਰਕੇ ਕਿਸੇ ਸਾਧੂ ਫਕੀਰ ਨੇ ਬਚਨ ਕਹਿ ਦਿੱਤਾ ਸੀ, ਤੇ ਉਹਨਾਂ ਬਚਨਾਂ ਕਰਕੇ ਹਰ ਸਾਲ ਅੱਗ ਲੱਗ ਜਾਂਦੀ ਸੀ, ਤਬਾਹੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਆ ਜਾਂਦੀ ਸੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਚਰਨ ਕੀ ਪਾਏ ਔਰ ਸਤਿਗੁਰੂ ਜੀ ਦੀ ਉਹਨਾਂ ਨੇ ਸੇਵਾ ਕੀਤੀ, ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਿਆ, ਤੇ ਉਹ ਸਾਧੂ ਦੇ ਕਿਸੇ ਦੇ ਕਹੇ ਹੋਏ ਬਚਨ ਵੀ ਸਾਧ ਸੰਗਤ ਜੀ ਉਹ
ਖਤਮ ਹੋਏ ਤੇ ਸਤਿਗੁਰੂ ਜੀ ਦੀ ਕਿਰਪਾ ਤੇ ਸਦਕਾ ਸੱਤ ਕੁੱਲੀਆਂ ਜਿਹੜੀਆਂ ਉਹ ਸੱਤ ਪੱਤੀਆਂ ਬਣ ਗਈਆਂ। ਪਾਤਸ਼ਾਹ ਜੀ ਦਾ ਵਿਆਹ ਪੁਰਬ ਕੱਲ ਤੋਂ 2 ਤਰੀਕ ਤੋਂ ਬਿਲਗੇ ਨਗਰ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਤੇ 5, 6 ਤੇ 7 ਜੁਲਾਈ ਨੂੰ ਗੁਰਦੁਆਰਾ ਮਾਓ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੇ ਬਿਲਗੇ ਨਗਰ ਦੇ ਵਿੱਚ ਤੇ ਮਾਓ ਸਾਹਿਬ ਨਗਰ ਦੇ ਵਿੱਚ ਵੀ ਆਪਣੀਆਂ ਹਾਜ਼ਰੀਆਂ ਭਰਨੀਆਂ ਹਨ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣਾ ਹੈ। ਸਾਧ ਸੰਗਤ ਜੀ 7 ਜੁਲਾਈ ਨੂੰ ਗੁਰਦੁਆਰਾ ਮਾਓ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਵਿਆਹ ਪੁਰਬ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ, ਜਿਸ ਦੇ ਵਿੱਚ 5 ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪਹੁੰਚ ਕੇ ਖੰਡੇ ਬਾਟੇ ਦੀ ਪੌਲ ਤਿਆਰ ਕਰਨਗੇ। ਭੱਟਾਂ ਦੇ ਬਚਨ ਪੜ੍ਹਦੇ ਹਾਂ ਤੇ ਉਹਨਾਂ ਨੇ ਬਚਨ ਕਹੇ ਹਨ ਕਿ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਸ਼ਤ ਸਿੱਧ ਕਉ ਬਿਰਧ ਮਿਲਾਇਓ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਗੁਰੂ ਦਾ ਅਰਥ ਕੀ ਹੈ? ਵੱਡਾ ਸੁਖ, ਅਟਲ ਸੁਖ, ਜਿਸ ਨੂੰ 5ਵੇਂ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਬਾਣੀ ਦੇ ਵਿੱਚ ਖੇਮ ਕਿਹਾ ਹੈ। ਸਤਿਗੁਰੂ ਜੀ ਦੀ ਮਹਿਮਾ ਵਡਿਆਈ ਕਰਦਿਆਂ ਹੋਇਆਂ ਫਰਮਾ ਰਹੇ ਹਨ ਕਿ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਦੇ ਦਾਰੇ ਕੀਤੇ ਹਨ ਨਾ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਵੱਡਾ ਸੁੱਖ, ਅਟਲ ਸੁੱਖ, ਆਨੰਦ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕੀਤਾ ਹੈ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਵਨ ਕੀ ਬੰਸ਼ਤ ਸਿੱਧ ਕਉ ਬਿਰਧ ਮਿਲਾਇਓ। ਪਿਊਸ ਦਾ ਅਰਥ ਹੈ ਅੰਮ੍ਰਿਤ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਨੂੰ ਛਕਣ ਦੀ ਪਿਆਸ ਹੈ, ਉਹਨਾਂ ਦੀ ਪਿਆਸ ਨੂੰ ਬੁਝਾਉਣ ਦੇ ਲਈ ਵਾਹਿਗੁਰੂ ਅਕਾਲ ਪੁਰਖ ਵੱਲੋਂ ਹੀ ਐਸੇ ਉਪਰਾਲੇ ਜਿਹੜੇ ਹਨ, ਉਦਮ ਬਖਸ਼ਿਸ਼ ਕਰਕੇ, ਪ੍ਰੇਰਣਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਵੱਲੋਂ ਆਪ ਹੀ ਸਾਧ ਸੰਗਤ ਜੀ ਵਿਧਾਂ ਜਿਹੜੀਆਂ ਹਨ ਉਹ ਬਣਾਈਆਂ ਜਾਂਦੀਆਂ ਹਨ। ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਸ਼ਤ ਸਿੱਧ ਕੋ ਬਿਰਧ ਮਿਲਾਇਓ, ਉਹਨਾਂ ਦੀ ਪਿਆਸ ਬੁਝਾਉਣ ਦੇ ਵਾਸਤੇ ਹੀ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਇਹ ਉੱਦਮ ਉਲੀਕਿਆ ਗਿਆ। 7 ਤਰੀਕ ਨੂੰ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਗੁਰਦੁਆਰਾ ਮਾਓ ਸਾਹਿਬ ਵਿਖੇ ਉਲੀਕਿਆ ਗਿਆ ਹੈ। ਔਰ ਸਾਧ ਸੰਗਤ ਜੀ, ਅੰਮ੍ਰਿਤ ਕਿਉਂ ਛਕਣਾ ਚਾਹੀਦਾ ਹੈ? ਗੁਰੂ ਵਾਲੇ ਕਿਉਂ ਬਣਨਾ ਚਾਹੀਦਾ ਹੈ? ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ, ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਭਗਤੀ ਕਰਦੇ ਹਨ। ਭਗਤੀ ਕਰਨ ਵਾਲਿਆਂ ਕਰਨ ਕਰਕੇ ਜਿਹੜੇ ਵੀ ਆਪ ਜੀ ਦੇ ਜੀਵਨ ਨੂੰ ਦੇਖਦੇ ਹਨ ਉਹ ਪ੍ਰਭਾਵਿਤ ਵੀ ਹੁੰਦੇ ਹਨ। ਤੇ ਇੱਕ ਵਾਰ ਇੱਕ ਸੰਨਿਆਸੀ ਬ੍ਰਹਮਚਾਰੀ ਨੇ ਗੁਰੂ ਅਮਰਦਾਸ ਜੀ ਤੋਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਗੁਰੂ ਧਾਰਨ ਹੀ ਕੀਤਾ, ਗੁਰੂ ਦੀ ਤਲਾਸ਼ ਦੇ ਵਿੱਚ ਹਾਂ, ਤੇ ਉਸਨੇ ਇਹ ਬਚਨ ਕਹਿ ਕੇ ਅੱਜ ਤੱਕ ਜਿੰਨਾ ਵੀ ਮੈਂ ਜਪ ਤਪ ਕੀਤਾ ਸੀ ਸਭ ਵਿਅਰਥ ਚਲਿਆ ਗਿਆ ਘਨੁਗੁਰੇ ਦੀ ਸੰਗਤ ਕਰਨ ਕਰਕੇ। ਪਾਤਸ਼ਾਹ ਜੀ ਦਾ ਹਿਰਦਾ ਛਲਣੀ ਛਲੀ ਹੋ ਗਿਆ। ਬੀਬੀ ਅਮਰੋ ਜੀ ਦੇ ਕੋਲੋਂ ਬਾਣੀ ਸਰਵਣ ਕੀਤੀ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਆਏ ਹਨ, ਸਿੱਖ ਬਣ ਕੇ ਆਏ ਹਨ, ਭਾਵੇਂ ਰਿਸ਼ਤੇਦਾਰੀ ਦੇ ਵਿੱਚ ਕੁੜਮ ਲੱਗਦੇ ਹਨ, ਤੇ ਅੱਜ ਅਸੀਂ ਵਿਆਹ ਪੁਰਬ ਮਨਾ ਰਹੇ ਹਨ,
ਸਾਧ ਸੰਗਤ ਜੀ ਵੇਖੋ, ਕੁੜਮ ਘਰ ਦੇ ਵਿੱਚ ਆਉਣਾ ਹੋਵੇ ਤੇ ਕੁੜਮ ਨੂੰ ਕਿੰਨਾ ਫਿਕਰ ਲੱਗ ਜਾਂਦਾ ਹੈ ਕਿ ਕੁੜਮ ਦੀ ਟਹਿਲ ਪਾਣੀ ਸੇਵਾ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਹੈ, ਕਿਸ ਤਰ੍ਹਾਂ ਫਿਕਰ ਲੱਗਦਾ ਤੇ ਕਿੰਨੇ ਉਪਰਾਲੇ ਕਰਨੇ ਪੈਂਦੇ ਹਨ। ਤੇ ਸਿੱਖ ਇਤਿਹਾਸ ਨੂੰ ਪੜ੍ਹੋ, ਗੁਰੂ ਅਮਰਦਾਸ ਜੀ ਜਿਨ੍ਹਾਂ ਦੇ ਭਤੀਜੇ ਦੇ ਨਾਲ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਵਿਆਹੀ ਹੋਈ ਹੈ, ਅੱਜ ਵੀ ਲੜਕੇ ਵਾਲੇ ਹੰਕਾਰ ਦੇ ਵਿੱਚ ਲੜਕੀ ਵਾਲਿਆਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ। ਇਹ ਹਉਮੈ ਹੰਕਾਰ ਖਤਮ ਕਰਨ ਦੇ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ। ਗੁਰੂ ਅਮਰਦਾਸ ਜੀ ਸਿੱਖ ਬਣ ਕੇ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਚਰਣਾਂ ਦੇ ਵਿੱਚ ਪਹੁੰਚੇ ਹਨ ਤੇ 62 ਸਾਲ ਦੀ ਉਮਰ ਦੇ ਮੁਕਾਬਲੇ ਤੇ ਕੀਤੇ ਹੋਏ ਜਪ ਤਪ ਦੇ ਮੁਕਾਬਲੇ ਤੇ 12 ਸਾਲ ਗੁਰੂ ਧਾਰਨ ਕਰਨ ਤੋਂ ਬਾਅਦ ਸੇਵਾ ਸਿਮਰਨ ਆਰਾਧਨਾ ਕੀਤੀ ਤੇ ਨਿਮਾਣਿਆਂ ਦੇ ਮਾਣ ਬਣੇ, ਨਿਤਾਣਿਆਂ ਦੇ ਤਾਣ ਬਣੇ, ਲਿਓਟਿਆਂ ਦੀ ਓਟ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪਤ, ਨਿਆਸਰਿਆਂ ਦੇ ਆਸਰੇ। ਜੇ ਗੁਰੂ ਧਾਰਨ ਨਾ ਕਰਦੇ ਤੇ ਭਾਵੇਂ ਕਿੰਨੀ ਜ਼ਿੰਦਗੀ ਜਪ ਤਪ ਕਰਦਿਆਂ ਹੋਇਆਂ ਲੰਘ ਜਾਂਦੀ, ਗਤੀ ਪ੍ਰਾਪਤ ਨਹੀਂ ਸੀ ਹੋਣੀ, ਨਿਮਾਣਿਆਂ ਦੇ ਮਾਣ ਨਹੀਂ ਸੀ ਬਣਨੇ। ਲੈਣੇ ਤੋਂ ਅੰਗਦ ਤਾਦੀ ਬਣੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਧਾਰਨ ਕੀਤਾ ਤੇ ਗੁਰੂ ਅਮਰਦਾਸ ਜੀ ਨੇ ਸਾਡੇ ਵਾਸਤੇ ਪੂਰਨੇ ਪਾਉਂਦਿਆਂ ਹੋਇਆ ਸਲੋਕ 12 ਤੇ ਵਧੀਕ ਦੇ ਵਿੱਚ ਫਰਮਾਇਆ ਕਿ ਪਿਆਰਿਓ, ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਭਵਜਲ ਸਮੁੰਦਰ ਨੂੰ ਪਾਰ ਕਰ ਸਕੀਏ, ਸਾਨੂੰ ਇਹ ਸੰਸਾਰ ਜਿਹੜਾ ਇਹ ਭਵਜਲ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਜਦੋਂ ਬਾਣੀ ਪੜ੍ਹਾਂਗੇ ਨਾ ਸਾਧ ਸੰਗਤ ਜੀ, ਬਾਣੀ ਨੂੰ ਭੋਖਾਂਗੇ ਤੇ ਤਦ ਪਤਾ ਲੱਗੇਗਾ ਕਿ ਭਵਜਲ ਕੀ ਹੈ, ਸਾਡੇ ਪੈਰਾਂ ਦੇ ਵਿੱਚ ਬੇੜੀਆਂ ਕਿਹੜੀਆਂ ਕਿਹੜੀਆਂ ਪਈਆਂ ਹੋਈਆਂ ਹਨ ਤੇ ਉਹਨਾਂ ਬੇੜੀਆਂ ਨੂੰ ਕਿਸ ਤਰ੍ਹਾਂ ਕੱਟਿਆ ਜਾ ਸਕਦਾ ਹੈ। ਇਹ ਵੀ ਸੋਝੀ ਜਿਹੜੀ ਹੈ ਸਤਿਗੁਰੂ ਜੀ ਦੇ ਚਰਣਾਂ ਦੇ ਵਿੱਚ ਆਉਣ ਤੇ ਹੀ ਪ੍ਰਾਪਤ ਹੋਵੇਗੀ। ਤੀਸਰੇ ਪਾਤਸ਼ਾਹ ਜੀ ਦਾ ਵਚਨ ਹੈ ਕਿ ਨਾਨਕ ਸਤਿਗੁਰ ਬੋਇਥੈ, ਬੋਇਥੈ ਦਾ ਅਰਥ ਹੈ ਜਹਾਜ਼, ਕਿ ਨਾਨਕ ਗੁਰੂ ਬੋਇਥ ਹੈ, ਗੁਰੂ ਜਹਾਜ਼ ਹੈ ਤੇ ਇਸ ਗੁਰੂ ਜਹਾਜ਼ ਦੇ ਉੱਪਰ ਚੜ੍ਹਦੇ ਕਿਹੜੇ ਹਨ, ਵਡਭਾਗੀ ਚੜ੍ਹੇ ਜਿਹੜੇ ਵੱਡਿਆਂ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਨੇ ਸਮਤ ਬਖਸ਼ਿਸ਼ ਕੀਤੀ, ਉਦਮ ਬਖਸ਼ਿਸ਼ ਕੀਤਾ ਤੇ ਉਹ ਛਾਲ ਮਾਰ ਕੇ ਇਸ ਗੁਰੂ ਜਹਾਜ਼ ਦੇ ਉੱਪਰ ਚੜ੍ਹ ਜਾਂਦੇ ਹਨ, ਖੰਡੇ ਬਾਟੇ ਦੀ ਪੌਲ ਛਕਦੇ ਹਨ, ਮੂਲ ਮੰਤਰ ਪ੍ਰਾਪਤ ਕਰਦੇ ਹਨ, ਗੁਰੂ ਵਾਲੇ ਗੁਰ ਮੰਤਰ ਪ੍ਰਾਪਤ ਕਰਕੇ ਬਣਦੇ ਹਨ। ਤੇ ਜਿਹੜੇ ਗੁਰੂ ਦੇ ਜਹਾਜ਼ ਦੇ ਉੱਪਰ ਚੜ੍ਹ ਗਏ, ਪਾਤਸ਼ਾਹ ਜੀ ਫਰਮਾਉਂਦੇ ਹਨ ਨਾਨਕ ਸਤਿਗੁਰ ਬੋਇਥ ਹੈ, ਵਡਭਾਗੀ ਚੜ੍ਹੇ ਤੇ ਭਵਜਲ ਪਾਰ ਲੰਘਾਏ, ਜਿਹੜੇ ਗੁਰੂ ਦੇ ਜਹਾਜ਼ ਦੇ ਉੱਪਰ ਚੜ੍ਹ ਗਏ, ਸਤਿਗੁਰੂ ਜੀ ਨੇ ਰਹਿਮਤ ਕਰਕੇ ਉਹਨਾਂ ਨੂੰ ਭਵਜਲ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਔਰ ਸਾਡੇ ਵੱਡੇ ਵਡੇਰੇ ਸਾਧ ਸੰਗਤ ਜੀ ਕਿੰਨੇ ਸਿਆਣੇ ਸਨ, ਜਿਹੋ ਜਿਹੇ ਅੱਜ ਕੱਲ੍ਹ ਹਿਸਾਬ ਕਿਤਾਬ ਹੈ ਨਾ ਕਿ ਬਾਣੀ ਅਸੀਂ ਕੱਢ ਕਹਿੰਦੇ ਹਾਂ ਕਿ ਪਾਠੀ ਸਿੰਘ ਹੀ ਪੜ੍ਹਨ, ਬਾਣੀ ਜਿਹੜੀ ਇਹ ਗ੍ਰੰਥੀ ਸਿੰਘਾਂ ਦੇ, ਪਾਠੀ ਸਿੰਘਾਂ ਦੇ, ਰਾਗੀਆਂ ਢਾਡੀਆਂ ਪ੍ਰਚਾਰਕਾਂ ਦੇ ਪੜ੍ਹਨ ਦੇ ਵਾਸਤੇ ਹੈ। ਸਾਡੇ ਵਾਸਤੇ ਬਾਣੀ ਪੜ੍ਹਨ ਦੀ ਵਾਸਤੇ ਗੁਰੂ ਸਾਹਿਬ ਜੀ ਨੇ ਬਾਣੀ ਨਹੀਂ ਬਣਾਈ ਤੇ ਸਾਨੂੰ ਇਹ ਬਾਣੀ ਨਹੀਂ ਪੜ੍ਹਨੀ ਚਾਹੀਦੀ। ਔਰ ਸਾਧ ਸੰਗਤ ਜੀ ਸਾਡੇ ਵੱਡੇ ਵਡੇਰੇ ਕਿੰਨੇ ਉਦੋਂ ਸਿਆਣੇ ਸਨ ਜਿਨ੍ਹਾਂ ਨੇ ਦੋਹਰਾ ਜਿਹੜਾ ਹੈ ਇਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਅਰਦਾਸ ਤੋਂ ਬਾਅਦ ਸਵੇਰੇ ਸ਼ਾਮ ਪੜ੍ਹਨ ਦੇ ਵਾਸਤੇ ਜਿਹੜਾ ਉਹ ਨਿਰਧਾਰਤ ਕਰ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ,
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਲਿਹ ਤੇ ਅਗਲੀਆਂ ਪੰਕਤੀਆਂ ਕੀ ਹਨ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਪਾਰ ਉਤਾਰਨ ਹਾਰ ਕਿ ਵਾਹਿਗੁਰੂ ਨਾਮ ਜੋ ਹੈ ਵਾਹਿਗੁਰੂ ਜਹਾਜ਼ ਹੈ ਤੇ ਜਿਹੜੇ ਇਸ ਜਹਾਜ਼ ਦੇ ਉੱਪਰ ਚੜ੍ਹਦੇ ਹਨ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜਿਹੜੇ ਇਸ ਜਹਾਜ਼ ਦੇ ਉੱਪਰ ਚੜ੍ਹਦੇ ਹਨ ਉਹੀ ਪਾਰ ਉਤਰਦੇ ਹਨ ਤੇ ਇੱਥੋਂ ਕੀ ਸਪਸ਼ਟ ਹੋ ਗਿਆ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਤੇ ਜਿਹੜੇ ਥੱਲੇ ਰਹਿ ਗਏ ਸਤਿਗੁਰ ਨੇ ਹੀ ਜ਼ਿੰਮੇਵਾਰ ਜਿਹੜੇ ਜਹਾਜ਼ ਦੇ ਉੱਪਰ ਨਾਨਾ ਚੜ੍ਹੇ ਉਹਨਾਂ ਦਾ ਫਿਰ ਗੁਰੂ ਜ਼ਿੰਮੇਵਾਰ ਨਹੀਂ ਬਣੇਗਾ ਗੁਰੂ ਨੇ ਜ਼ਿੰਮੇਵਾਰੀ ਸਾਧ ਸੰਗਤ ਜੀ ਕਿਹਨਾਂ ਦੀ ਚੁੱਕਣੀ ਹੈ ਜਿਹੜੇ ਗੁਰੂ ਦੇ ਜਹਾਜ਼ ਦੇ ਉੱਪਰ ਚੜ੍ਹਨਗੇ ਸਤਿਗੁਰੂ ਉਹਨਾਂ ਨੂੰ ਇਸ ਭਵਜਲ ਸਮੁੰਦਰ ਤੋਂ ਪਾਰ ਲੰਘਾਉਣਗੇ ਔਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਦਿਆਂ ਸਾਧ ਸੰਗਤ ਜੀ ਗੁਰੂ ਧਾਰਨ ਕੀਤੇ ਤੋਂ ਬਗੈਰ ਗਤੀ ਪ੍ਰਾਪਤ ਨਹੀਂ ਹੋਵੇਗੀ ਭੱਟਾਂ ਦੇ ਵੀ ਬਚਨ ਹਨ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ ਚਾਰ ਯੁਗ ਹਨ ਸਤਿਯੁਗ ਦੇ ਵਿੱਚ ਬਾਵਨ ਅਵਤਾਰ ਦੀ ਸਾਧ ਸੰਗਤ ਜੀ ਡਿਊਟੀ ਹੈ ਤ੍ਰੇਤੇ ਯੁਗ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਦੀ ਡਿਊਟੀ ਸੀ ਤੇ ਦੁਆਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਜੀ ਦੀ ਡਿਊਟੀ ਸੀ ਤੇ ਹੁਣ ਚੱਲ ਰਿਹਾ ਹੈ ਕਲਯੁਗ ਕਲਯੁਗ ਪਰਮਾਨ ਨਾਨਕ ਗੁਰੂ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਬ ਚੱਲ ਅਟਲ ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਜ ਹੈ ਅਟਲ ਹੈ ਨਾਸ ਨਾ ਹੋਣ ਵਾਲਾ ਗੁਰੂ ਨਾਨਕ ਦੇਵ ਜੀ ਦਾ ਰਾਜ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਚਰਨ ਪਰਸੇਗਾ ਕਲਯੁਗ ਦੇ ਵਿੱਚ ਸਾਧ ਸੰਗਤ ਜੀ ਉਹਨਾਂ ਦਾ ਹੀ ਉਧਾਰ ਹੋਵੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਪਰਸੇ ਤੋਂ ਬਗੈਰ ਕਿਸੇ ਦਾ ਵੀ ਉਧਾਰ ਨਹੀਂ ਹੋਵੇਗਾ ਇਸ ਲਈ ਹਰ ਇੱਕ ਸਿੱਖ ਨੂੰ ਗੁਰੂ ਧਾਰਨ ਕਰਨਾ ਚਾਹੀਦਾ ਹੈ ਤੇ ਸਿਆਣਿਆਂ ਦਾ ਇਹ ਕੌਲ ਵੀ ਪੜ੍ਹਦੇ ਹਾਂ ਕਿ ਗੁਰੂ ਬਿਨਾਂ ਗਤ ਨਹੀਂ ਸ਼ਾਹ ਬਿਨਾਂ ਪਤ ਨਹੀਂ ਤੇ ਦੂਸਰਾ ਅੰਮ੍ਰਿਤ ਕਿਉਂ ਛਕਣਾ ਚਾਹੀਦਾ ਹੈ ਇਹ ਗੁਰੂ ਨੂੰ ਧਾਰਨ ਕਰਨਾ ਤੇ ਅੰਮ੍ਰਿਤ ਨੂੰ ਛਕਣਾ ਸਾਧ ਸੰਗਤ ਜੀ ਇੱਕ ਮਰਿਆਦਾ ਹੈ ਜਿਹੜੀ ਗੁਰੂ ਧਾਰਨ ਕਰਨ ਦੇ ਵਾਤੇ ਨਿਭਾਉਣੀ ਪੈਂਦੀ ਹੈ ਸਤਿਗੁਰੂ ਜੀ ਦੀ ਬਾਣੀ ਦਾ ਇਹ ਵੀ ਹੁਕਮ ਹੈ ਕਿ ਜਿਸ ਤਰ੍ਹਾਂ ਧਰਤੀ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਪਰ ਪਾਣੀ ਹੈ ਪਾਣੀ ਬਾਹਰ ਕੱਢਣ ਦੇ ਲਈ ਪਹਿਲਾਂ ਖੂਹ ਪੁੱਟਣੇ ਪੈਂਦੇ ਸਨ ਫਿਰ ਬੋਰ ਕਰਨੇ ਪਏ ਹੁਣ ਪਾਣੀ ਇੰਨਾ ਹੇਠਾਂ ਚਲਿਆ ਗਿਆ ਸਾਧ ਸੰਗਤ ਜੀ ਅਤੇ ਜਿਸ ਹਿਸਾਬ ਦੇ ਨਾਲ ਪਾਣੀ ਪੰਜਾਬ ਦੇ ਵਿੱਚੋਂ ਹੇਠਾਂ ਜਾ ਰਿਹਾ ਹੈ ਅਤੇ ਅਸੀਂ ਪਾਣੀ ਨੂੰ ਸੰਭਾਲਣ ਦੇ ਵਾਸਤੇ ਕੋਈ ਯਤਨ ਉਪਰਾਲਾ ਕਰਨ ਦੇ ਲਈ ਸੁਹਿਰਦ ਨਹੀਂ ਹਾਂ ਅਤੇ ਜਿਸ ਹਿਸਾਬ ਦੇ ਨਾਲ ਦਵਾਈਆਂ ਦਾ ਛਿੜਕਾਅ ਹੁੰਦਾ ਜਾ ਰਿਹਾ ਹੈ ਜਿਹੜੇ ਸੂਝਵਾਨ ਵਿਗਿਆਨੀਆਂ ਨੂੰ ਕਹਿੰਦੇ ਹਨ ਕਿ ਪੰਜਾਬ ਰੇਗਿਸਤਾਨ ਵਾਲੇ ਰਸਤੇ ਦੇ ਉੱਪਰ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਤੋਂ ਹੋ ਸਕਦਾ ਹੈ ਕਿ ਪੰਜਾਬ ਐਸਾ ਰੇਗਿਸਤਾਨ ਅਤੇ ਐਸਾ ਖਤਰਨਾਕ ਰੇਗਿਸਤਾਨ ਬਣੇ ਕਿ ਜਿੱਥੇ ਇਨਸਾਨ ਦਾ ਰਹਿਣਾ ਜਿਹੜਾ ਮੁਸ਼ਕਲ ਹੋ ਜਾਵੇਗਾ ਅੱਜ ਵੀ ਕਹਿੰਦੇ ਹਨ ਕਿ ਬਠਿੰਡੇ ਇਲਾਕੇ ਦੇ ਵਿੱਚ 80 ਪਿੰਡ ਐਸੇ ਹਨ
ਜਿਨ੍ਹਾਂ ਪਿੰਡਾਂ ਦੇ ਵਿੱਚ ਜ਼ਮੀਨ ਹੇਠੋਂ ਪਾਣੀ ਜਿਹੜਾ ਹੈ ਫਸਲਾਂ ਦੇ ਵਾਸਤੇ ਲਾਹੇਵੰਦਾ ਨਹੀਂ ਹੈ, ਉਹ ਖਤਰਨਾਕ ਹੈ। ਜਿਹੜਾ ਪਾਣੀ ਖੇਤਾਂ ਦੇ ਵਿੱਚ ਫਸਲ ਵਾਸਤੇ ਹੀ ਲਾਹੇਵੰਦਾ ਨਹੀਂ ਹੈ, ਇਨਸਾਨ ਦੇ ਵਾਸਤੇ ਜ਼ਿੰਦਗੀ ਉਹਦੇ ਨਾਲ ਕਿੰਨੀ ਕੁ ਬਚ ਸਕਦੀ ਹੈ। ਸਾਨੂੰ ਪਾਣੀ ਨੂੰ ਸੰਭਾਲਣ ਦੇ ਵਾਸਤੇ ਵੀ, ਵਾਤਾਵਰਣ ਨੂੰ ਜਿਹੜਾ ਇਹ ਪ੍ਰਦੂਸ਼ਣ ਤੋਂ ਰਹਿਤ ਕਰਨ ਦੇ ਵਾਸਤੇ ਵੀ ਇਸ ਬੰਨੇ ਵੀ ਜਿਹੜੇ ਯਤਨ ਹਨ ਜ਼ਰੂਰ ਸਾਨੂੰ ਜਿਹੜੇ ਹਨ ਉਹ ਕਰਨੇ ਚਾਹੀਦੇ ਹਨ। ਪਾਣੀ ਹਰ ਇੱਕ ਜਗ੍ਹਾ ਦੇ ਉੱਪਰ ਹੈ। ਧਰਤੀ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਖੂਹ ਪੁੱਟਣੇ ਪੈਂਦੇ ਹਨ, ਬੋਰ ਕਰਨੇ ਪੈਂਦੇ ਹਨ। ਅਤੇ ਆਪ ਜੀ ਨੂੰ ਪਤਾ ਹੈ ਕਿ ਜਦੋਂ ਨਲਕੇ ਦੇ ਵਿੱਚੋਂ ਪਾਣੀ ਕੱਢੀਦਾ ਸੀ, ਕਈ ਵਾਰ ਨਲਕੇ ਦਾ ਪਾਣੀ ਹੇਠਾਂ ਚਲਿਆ ਜਾਂਦਾ ਸੀ, ਪਾਣੀ ਉੱਪਰ ਨਹੀਂ ਸੀ ਆਉਂਦਾ। ਨਲਕਾ ਗੇੜਦੇ ਸਾਂ ਪਾਣੀ ਨਹੀਂ ਸੀ ਉੱਪਰ ਆਉਂਦਾ, ਕਿਉਂਕਿ ਬੋਗੀ ਖਰਾਬ ਹੋ ਜਾਂਦੀ ਸੀ। ਫਿਰ ਕੀ ਕਰਦੇ ਸਾਂ, ਪਾਣੀ ਦੀਆਂ ਪੰਜ ਸੱਤ ਗਲਾਸ ਜਾਂ ਜੱਗ ਭਰ ਕੇ ਨਲਕੇ ਦੇ ਵਿੱਚ ਪਾਉਂਦੇ ਸਾਂ, ਅਗਲੇ ਬੰਨੇ ਹੱਥ ਦੇ ਕੇ ਨਲਕਾ ਗੇੜਦੇ ਸਾਂ। ਅੱਜ ਵੀ ਬੋਰ ਕਰਦੇ ਹਾਂ, ਬੋਰ ਕਰਨ ਤੋਂ ਬਾਅਦਾਂ ਪਾਣੀ ਦੇ ਲੈਵਲ ਤੱਕ, ਮੋਟਰ ਘੱਲਣ ਤੋਂ ਬਾਅਦਾਂ ਜਿੰਨਾ ਚਿਰ ਤੱਕ ਬਾਹਰੋਂ ਪਾਣੀ ਉਹਦੇ ਵਿੱਚ ਭਰ ਕੇ ਨਹੀਂ ਪਾਇਆ ਜਾਂਦਾ, ਉਹਨਾਂ ਚਿਰ ਤੱਕ ਧਰਤੀ ਹੇਠਲਾ ਪਾਣੀ ਸਾਧ ਸੰਗਤ ਜੀ ਉੱਪਰ ਆਉਣਾ ਮੁਸ਼ਕਲ ਹੈ। ਅੰਮ੍ਰਿਤ ਸਾਡੇ ਅੰਦਰ ਹੈ, ਉਸ ਅੰਮ੍ਰਿਤ ਕਰਕੇ ਜਿਸ ਨੂੰ ਰੂਹ ਕਿਹਾ ਜਾਂਦਾ ਹੈ, ਆਤਮਾ ਕਿਹਾ ਜਾਂਦਾ ਹੈ, ਜਿਸ ਕਰਕੇ ਇਹਨਾਂ ਅੱਖਾਂ ਦੇ ਨਾਲ ਦੇਖਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਰਸਨਾਂ ਦੇ ਨਾਲ ਬੋਲਦੇ ਹਾਂ, ਇਹ ਅੰਦਰ ਅੰਮ੍ਰਿਤ ਦੀ ਪਰਮਾਤਮਾ ਦੀ ਅੰਸ਼ ਕਰਕੇ ਹੈ। ਉਹਦਾ ਲੇਵਲ ਹੇਠਾਂ ਜਾਣ ਕਰਕੇ ਸਾਡੇ ਅੰਦਰ ਕ੍ਰੋਧ, ਗੁੱਸਾ, ਈਰਖਾ, ਨਫ਼ਰਤ, ਦੂਈ, ਦਵੈਤ ਵਾਲੀ ਭਾਵਨਾ ਹੈ। ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦਾ ਲੇਵਲ ਉੱਪਰ ਹੁੰਦਾ ਹੈ, ਉਹਨਾਂ ਦੇ ਅੰਦਰ ਦਇਆ, ਸਹਿਣਸ਼ੀਲਤਾ, ਪਾਰੋਪਕਾਰ, ਭਰਾਤਰੀ ਭਾਵ, ਚੰਗੇ ਗੁਣ ਉਹਨਾਂ ਦੇ ਜੀਵਨ ਦੇ ਵਿੱਚ ਭਰਪੂਰ ਹੁੰਦੇ ਹਨ। ਅਤੇ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦਾ ਲੇਵਲ ਹੇਠਾਂ ਜਾ ਚੁੱਕਾ ਹੈ, ਅਤੇ ਉਹਨਾਂ ਨੂੰ ਅੰਮ੍ਰਿਤ ਦੇ ਲੇਵਲ ਨੂੰ ਉੱਪਰ ਲਿਆਉਣ ਦੇ ਵਾਸਤੇ ਕੀ ਕਰਨਾ ਪਵੇਗਾ, ਖੰਡੇ ਬਾਟੇ ਦੀ ਪੌਲ ਦੇ ਪੰਜ ਚੁਲੇ ਛਕਣੇ ਪੈਣਗੇ। ਜਦੋਂ ਖੰਡੇ ਬਾਟੇ ਦੀ ਪੌਲ ਦੇ ਪੰਜ ਚੁਲੇ ਛਕਾਂਗੇ, ਗੁਰੂ ਅਮਰਦਾਸ ਜੀ ਦੇ ਇਹਨਾਂ ਬਚਨਾਂ ਅਨੁਸਾਰ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ, ਤਨ ਮਨ ਧਨ ਗੁਰੂ ਦੇ ਚਰਣਾਂ ਦੇ ਵਿੱਚ ਭੇਟਾ ਕਰਕੇ ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਦੇ ਹੁਕਮ ਅਨੁਸਾਰ ਜਦੋਂ ਆਪਣੀ ਜ਼ਿੰਦਗੀ ਬਤੀਤ ਕਰਾਂਗੇ, ਤੇ ਸਾਧ ਸੰਗਤ ਜੀ ਅੰਮ੍ਰਿਤ ਵੀ ਉੱਪਰ ਆਵੇਗਾ, ਤੇ ਸਾਡਾ ਜੀਵਨ ਵੀ ਅੰਮ੍ਰਿਤਮਈ ਬਣ ਜਾਵੇਗਾ। ਸੋ ਜਿਹੜੇ ਗੁਰੂ ਦੇ ਜਹਾਜ਼ੇ ਚੜ੍ਹ ਚੁੱਕੇ ਹਨ ਉਹ ਵੱਡਿਆਂ ਭਾਗਾਂ ਵਾਲੇ ਹਨ, ਜਿਹੜੇ ਹਾਲੇ ਤੱਕ ਗੁਰੂ ਦੇ ਜਹਾਜ਼ੇ ਨਹੀਂ ਚੜ੍ਹੇ, ਖੰਡੇ ਬਾਟੇ ਦੀ ਪੌਲ ਜਿਨ੍ਹਾਂ ਨੇ ਨਹੀਂ ਛਕੀ, ਉਹ 7 ਤਰੀਕ ਨੂੰ, ਜ਼ਿਆਦਾ ਦਿਨ ਨਹੀਂ ਰਹਿ ਗਏ, 6 ਦਿਨ ਹੀ ਬਾਕੀ ਬੱਚਿਆਂ ਦਾ, ਅੱਜ ਦਾ ਦਿਨ ਤੇ ਲੰਘ ਗਿਆ ਸਾਧ ਸੰਗਤ ਜੀ। 7 ਤਰੀਕ ਨੂੰ 11 ਵਜੇ ਤੋਂ ਪਹਿਲਾਂ ਖੰਡੇ ਬਾਟੇ ਦੀ ਪੌਲ ਛਕਣ ਦੇ ਲਈ ਸਣੇ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਮਾਓ ਸਾਹਿਬ ਵਿਖੇ ਪਹੁੰਚ ਜਾਇਓ। ਪੰਜ ਕਕਾਰ ਜੋ ਹਨ, ਕੰਘਾ, ਕੜਾ, ਕਸ਼ਹਿਰਾ, ਕਿਰਪਾਨ, ਗਾਤਰਾ, ਇਹ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਭੇਟਾ ਰਹਿਤ ਅੰਮ੍ਰਿਤ ਅਭਲਾਖੀਆਂ ਨੂੰ ਦਿੱਤੇ ਜਾਣਗੇ। ਖੰਡੇ ਬਾਟੇ ਦੀ ਪੌਲ ਛਕੋ, ਗੁਰੂ ਵਾਲੇ ਬਣੋ ਅਤੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾਓ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਗੁਰਮਤ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਦੇ ਵਿੱਚ ਬੇਨਤੀ ਕਰਦਿਆਂ, ਅਰਦਾਸ ਕਰਦਿਆਂ, ਬੇਅੰਤ ਸੰਗਤਾਂ ਵੱਲੋਂ
ਮਾਨ ਸਨਮਾਨ ਸੇਵਾ ਦੇ ਗੱਫੇ ਭੇਜੇ ਗਏ ਹਨ। ਕਮੇਟੀ ਵੱਲੋਂ ਮਾਨ ਸਨਮਾਨ ਭੇਜਿਆ ਗਿਆ ਹੈ। ਸਤਿਗੁਰੂ ਜੀ ਸਾਰਿਆਂ ਦੇ ਨਾਵਾਂ ਤੋਂ ਜਾਣੂ ਹਨ, ਵਿਣ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਜੀ ਸਾਰਿਆਂ ਨੂੰ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅਖੀਰ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਭਾਈ ਸੰਦੀਪ ਸਿੰਘ ਜੀ, ਡਾਕਟਰ ਗੁਰਚਰਨ ਸਿੰਘ ਜੀ, ਡਾਕਟਰ ਗੁਰਚਰਨ ਸਿੰਘ ਜੀ, ਗੁਰਚੇਤਨ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ, ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਨਾਂ ਹੀ ਗੁਰਮੁਖ ਸਿੰਘ ਨਹੀਂ ਹਿਸਾਬ ਸੰਗਤ ਜੀ, ਉਹਨਾਂ ਦਾ ਜੀਵਨ ਵੀ, ਬੋਲ ਚਾਲ ਵੀ ਗੁਰਮੁਖਾਂ ਵਾਲੀ ਹੈ। ਸਤਿਗੁਰੂ ਇਸੇ ਤਰ੍ਹਾਂ ਰਹਿਮਤਾਂ ਭਰਿਆ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਰੱਖਣ, ਤੰਦਰੁਸਤੀਆਂ ਬਖਸ਼ਿਸ਼ ਕਰਨ ਤੇ ਗੁਰੂ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਠਾਨਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਰਹਿਮਤ ਦੇ ਦੁਆਰਾ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਸੋ ਇੱਥੇ ਦਾਸ ਦੀਆਂ ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਦਿਓ ਆਸ਼ੀਰਵਾਦ ਤੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਕਾਲ, ਸਰਬ ਕਾਇਨਾਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਗੁਰੂ ਸਾਹਿਬਾਨਾਂ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ, ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਅੱਜ ਦੂਜੇ ਦਿਨ ਦੀ ਦੀਵਾਨ ਦੀ ਆਰੰਭਤਾ ਹੋਈ ਹੈ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਛਾਪਾ, ਪ੍ਰਚਾਰਕ ਗੁਰਦੁਆਰਾ, ਸ਼੍ਰੋਮਣੀ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ, ਹਾਜ਼ਰੀ ਭਰੀ ਹੈ। ਹੁਣ ਬੇਨਤੀ ਕਰਦਾ ਹਾਂ ਸਤਿਕਾਰਯੋਗ ਭਾਈ ਬਲਕਾਰ ਸਿੰਘ ਜੀ ਜਗਿਆਲੇ ਵਾਲੇ, ਜੋ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਆ ਜਾਣ। ਸੋ ਸਭ ਤੋਂ ਪਹਿਲਾਂ ਆਪ ਜੀ ਦੇ ਨਾਲ ਵਿਚਾਰ ਕਰ ਰਹੇ ਸਾਂ, ਗੁਰੂ ਪਾਤਸ਼ਾਹ ਜੀ ਦੇ ਜਦੋਂ ਸਨਮੁਖ ਆਉਂਦੇ ਹਾਂ, ਗੁਰੂ ਪਾਤਸ਼ਾਹ ਜੀ ਬੜੀਆਂ ਬਖਸ਼ਿਸ਼ਾਂ ਕਰਦੇ ਹਨ, ਦਇਆ ਕਰਨ, ਦੁੱਖ ਹਰਨੰ, ਉਚਰਨੰਗ ਨਾਮ ਕੀਰਤਨੈ, ਦਿਆਲ ਪੁਰਖ ਭਗਵਾਨੈ, ਨਾਨਕ ਲਿਪਤ ਨਾ ਮਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਆਪ ਦਇਆ ਦੇ ਪੁੰਜ ਸਨ, ਜਿਨ੍ਹਾਂ ਨੇ ਆਪਣਾ ਜੀਵਨ ਬੜੀਆਂ ਵੱਡੀਆਂ ਵੱਡੀਆਂ ਕਠਿਨਾਈਆਂ ਦੇ ਵਿੱਚੋਂ ਗੁਜ਼ਾਰਿਆ, ਪਰ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਦਇਆ ਰੱਖੀ, ਸੰਗਤਾਂ ਤੇ ਦਇਆ ਹੀ ਕੀਤੀ ਹੈ। ਸਾਧ ਸੰਗਤ ਜੀਓ, ਜਿਹੜਾ ਪ੍ਰਾਣੀ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ, ਗੁਰੂ ਪਾਤਸ਼ਾਹ ਜੀ ਉਹਦੇ ਤੇ ਬਖਸ਼ਿਸ਼ਾਂ ਕਰਦੇ ਹਨ, ਉਹਨੂੰ ਦਇਆ ਦੀ ਨਾਲ ਜੋੜ ਦਿੰਦੇ ਹਨ। ਦਇਆ ਕਰਨੰ, ਦੁੱਖ ਹਰਨੰ, ਜਦੋਂ ਇਸ ਸਰੀਰ ਦੇ ਵਿੱਚ ਦਇਆ ਆ ਜਾਂਦੀ ਹੈ, ਜਿਹੜੇ ਸੰਸਾਰਿਕ ਦੁੱਖ ਹਨ,
ਮਨੁੱਖ ਉਹਨਾਂ ਦੇ ਵਿੱਚੋਂ ਲੰਘਦਾ ਹੈ ਤੇ ਇਸ ਤਰ੍ਹਾਂ ਲੰਘ ਜਾਂਦਾ ਹੈ ਜਿਵੇਂ ਆਪ ਨਿਰਲੇਪ ਹੋਵੇ। ਇੱਕ ਕਮਲ ਦਾ ਫੁੱਲ ਹੈ ਜੋ ਚਿੱਕੜ ਦੇ ਵਿੱਚ ਹੁੰਦਾ ਹੈ ਪਰ ਹਮੇਸ਼ਾ ਹੀ ਚਿੱਕੜ ਤੋਂ ਨਿਰਲੇਪ ਹੁੰਦਾ ਹੈ। ਉਚਰਨੰਗ ਨਾਮ ਕੀਰਤਨ ਹੈ ਤੇ ਆਪਣੀ ਜ਼ਿੰਦਗੀ ਨੂੰ ਨਾਮ ਦੇ ਦੁਆਰਾ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦੇ ਨਾਲ ਇਨਸਾਨ ਨੂੰ ਜੋੜਦੇ ਹਨ। ਦਿਆਲ ਪੁਰਖ ਭਗਵਾਨ ਹੈ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਹਮੇਸ਼ਾ ਹੀ ਆਪਣੇ ਸਿੱਖਾਂ ਤੇ ਕਿਰਪਾ ਕਰਦੇ ਹਨ, ਹਮੇਸ਼ਾ ਹੀ ਸਾਨੂੰ ਚੰਗੇ ਜੀਵਨ ਜਿਉਣ ਦੀ ਦਾਤ ਬਖਸ਼ਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ। ਹੇ ਵਾਹਿਗੁਰੂ ਪਰਮਾਤਮਾ, ਜਿਹੋ ਜੀ ਦਾਤ, ਜਿਹੋ ਜੀ ਸੋਚ, ਜਿਹੋ ਜੀ ਕਿਰਪਾ ਤੂੰ ਸਾਡੇ ਤੇ ਕੀਤੀ ਹੈ ਉਹੋ ਜਿਹਾ ਪ੍ਰਾਣੀ ਨੂੰ ਤੂੰ ਸਿਰਜ ਲਵੇਂ। ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਜੋ ਇਹ ਸੰਸਾਰ ਦੀ ਮਾਇਆ ਹੈ ਜਿਨ੍ਹਾਂ ਦੇ ਵਿੱਚ ਮਨੁੱਖ ਵਿਚਰਦਾ ਹੈ ਉਹ ਮਨੁੱਖ ਨੂੰ ਗੁਰੂ ਤੋਂ ਦੂਰ ਨਹੀਂ ਕਰਦੀ। ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਡਾਕਟਰ ਗੁਰਚਰਨਜੀਤ ਸਿੰਘ ਜੀ ਨੂੰ, ਸਤਿਕਾਰਯੋਗ ਸਰਦਾਰ ਚੇਤਨ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਆ ਜਾਣ। ਸਭ ਤੋਂ ਪਹਿਲਾਂ ਸਰੂਪ ਆਓ ਜੋ ਗੁਰੂ ਘਰ ਵੱਲੋਂ ਭੇਟ ਕੀਤੇ ਜਾਣੇ ਹਨ। ਸੋਨਾ ਪੁਰੇਵਾਲ ਵੀਰ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਕੀ ਦਾਤ ਸਰੂਪੇ ਨੂੰ ਪ੍ਰਾਪਤ ਕਰੋ। ਅਤੇ ਆਵਾਜ਼ ਕੌਮੇ UK ਵਾਲੇ ਵੀਰ ਜੋ ਕੱਲ੍ਹ ਤੋਂ ਵੀ ਲਾਈਵ ਕਰ ਰਹੇ ਹਨ ਅਤੇ ਅੱਜ ਵੀ ਲਾਈਵ ਕਰ ਰਹੇ ਹਨ, ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਗੁਰੂ ਕੀ ਦਾਤ ਸਰੂਪੇ ਨੂੰ ਪ੍ਰਾਪਤ ਕਰੋ ਜੀ। ਸੋਨਾ ਪੁਰੇਵਾਲ ਪਿੰਡ ਸ਼ੰਕਰ ਤੋਂ ਬੋਲੇ ਸੋ ਨਿਹਾਲ ਸਾ ਸ਼੍ਰੀ ਅਕਾਲ। ਬੋਲੇ ਸੋ ਨਿਹਾਲ ਸਾ ਸ਼੍ਰੀ ਅਕਾਲ। ਜੋ ਗੁਰੂ ਘਰ ਵਿਖੇ ਜੋੜਿਆਂ ਦੀ ਸੇਵਾ ਕਰ ਰਹੇ ਹਨ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਗੁਰੂ ਕੀ ਦਾਤ ਸਰੂਪ ਨੂੰ ਪ੍ਰਾਪਤ ਕਰੋ ਜੀ। ਛਬੀਲ ਵਾਲੇ ਵੀਰਾਂ ਨੂੰ ਜਿਨ੍ਹਾਂ ਨੇ ਰਸਤੇ ਵਿੱਚ ਛਬੀਲ ਲਾਈ ਹੈ ਅਤੇ ਗੁਰੂ ਘਰ ਵਿਖੇ ਛਬੀਲ ਦੀ ਸੇਵਾ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਕੀ ਦਾਤ ਸਰੂਪ ਨੂੰ ਪ੍ਰਾਪਤ ਕਰੋ ਜੀ। ਸੋ ਆਓ ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਗਿਆਨੀ ਬਲਕਾਰ ਸਿੰਘ ਜੀ, ਤਕਰੀਬਨ 12 ਵਜੇ ਤੱਕ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸਾਧ ਸੰਗਤ ਦੇ ਦਰਸ਼ਨ ਕਰਨਗੇ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਵਾਹੇ ਗੁਰੂ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸਤਿਗੁਰ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਕਰਮਾਂ ਦੇ ਦਰਵਾਜ਼ੇ ਮਾਲਕ ਨੇ ਆਪ ਖੋਲ੍ਹੇ ਨੇ ਕਰਮਾਂ ਦੇ ਦਰਵਾਜ਼ੇ ਖੁੱਲ੍ਹੇ ਨੇ ਤਾਂ ਹੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ 'ਤੇ ਬੈਠਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਸਤਿਗੁਰ ਪਾਤਸ਼ਾਹ ਜੀ ਨੇ ਆਪ ਸਾਡੇ 'ਤੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨਾਂ ਕਰਮਾਂ ਤੋਂ ਬਿਨਾਂ ਭਾਗਾਂ ਤੋਂ ਇਹ ਘੜੀਆਂ ਨਸੀਬ ਨਹੀਂ ਹੁੰਦੀਆਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾ ਹੈ, ਰਹਿਮਤ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਇੱਥੇ ਆਉਣਾ ਸਫਲ ਹੋ ਜਾਏ, ਗੁਰੂ ਚਰਨਾਂ ਨਾਲ ਪਿਆਰ ਬਣਾਵੇ, ਪ੍ਰੇਮ ਬਣਾਵੇ। ਗੁਰੂ ਅਰਜਨ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸੋ ਆਓ ਕੀਰਤਨ ਵਿੱਚ ਆਨੰਦ ਬਣ ਜਾਏ, ਪਿਆਰ ਬਣ ਜਾਏ। ਅਸੀਸ ਸਹਿਤ ਆਪ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਸਾਚ ਜੁਗਾ
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਣਾਇਓ। ਜਿਨ੍ਹਾਂ ਨੇ ਮਨ ਕਰਕੇ ਮਾਲਕ ਨੂੰ ਜਪਿਆ, ਧੰਨ ਧੰਨ ਗੁਰੂ ਅਰਜਨ ਮਹਾਰਾਜ ਜੀ ਨੂੰ ਸਿਮਰਿਆ, ਫਿਰ ਉਹਨਾਂ ਦਾ ਜਨਮ ਅਤੇ ਮਰਨ ਕੱਟਿਆ ਗਿਆ। ਪੱਟ ਮਥੁਰਾ ਜੀ ਆਖਦੇ ਨੇ, ਜਗ ਤਾਰਨ ਕਉ ਅਵਤਾਰ ਬਣਾਇਓ। ਜਗਤ ਨੂੰ ਤਾਰਨ ਵਾਸਤੇ ਗੁਰੂ ਅਰਜਨ ਮਹਾਰਾਜ ਇਸ ਸੰਸਾਰ 'ਤੇ ਆਏ। ਆਓ ਇਹ ਪਵਿੱਤਰ ਸ਼ਬਦ ਸਰਵਣ ਕਰਦੇ ਹਾਂ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ। ਕਾਲ ਕੋ
ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਸੰਸਾਰ ਨੂੰ ਤਾਰਨ ਵਾਸਤੇ ਇਸ ਸੰਸਾਰ ਦੇ ਉਹ ਸਮੁੰਦਰ ਵਿੱਚੋਂ ਜੀਵਾਂ ਨੂੰ ਕੱਢਣ ਵਾਸਤੇ ਜਿਹੜੇ ਸੰਸਾਰ ਵਿੱਚ ਅਗਨੀ ਜੀਵਾਂ ਨੂੰ ਸਾੜ ਰਹੀ ਹੈ। ਕਿਸ ਚੀਜ਼ ਦੀ ਅਗਨੀ ਹੈ? ਵਿਕਾਰਾਂ ਦੀ ਅਗਨੀ ਹੈ। ਇਹ ਵਿਕਾਰਾਂ ਰੂਪੀ ਸਮੁੰਦਰ ਵਿੱਚੋਂ ਕੇਵਲ ਮਾਲਕ ਹੈ ਜਿਹੜਾ ਕੱਢ ਸਕਦਾ ਹੈ। ਸਤਿਗੁਰ ਪਾਤਸ਼ਾਹ ਦੇ ਚਰਨਾਂ 'ਤੇ ਅਰਦਾਸ ਕਰਨੀ ਹੈ, ਮਾਲਕ ਜੀ ਕਿਰਪਾ ਕਰੋ, ਇਸ ਜੀਵ ਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਕੱਢ ਲਓ। ਪਰ ਤਤ ਹਿਰਦੈ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਹ ਆਪ ਮਾਲਕ ਹੈ ਜਿਹੜਾ ਪੰਜਵੇਂ ਪਾਤਸ਼ਾਹ ਦੇ ਰੂਪ ਵਿੱਚ ਇਸ ਸ੍ਰਿਸ਼ਟੀ 'ਤੇ ਆਇਆ ਹੈ। ਪਟ ਮਥੁਰਾ ਜੀ ਆਖਦੇ ਨੇ ਉਸ ਮਾਲਕ ਦਾ ਨਾਮ ਗੁਰੂ ਅਰਜਨ ਦੇਵ ਜੀ ਹੈ। ਉਹਨਾਂ ਦੇ ਅੱਗੇ ਅਰਦਾਸ ਕਰਨੀ ਹੈ, ਜੋਦੜੀ ਕਰਨੀ ਹੈ। ਪਰ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਪਰ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਹਰ ਪੂਰਨ ਬ੍ਰਹਮ ਨਿਵਾਸ ਲਿਓ। ਪਰ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਹਰ ਪੂਰਨ ਬ੍ਰਹਮ ਨਿਵਾਸ ਲਿਓ।
ਪਰ ਤਛ ਹਿਰਦੈ ਗੁਰਿ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸਿਓ ਹਰ ਪੂਰਨ ਬ੍ਰਹਮ ਨਿਵਾਸਿਓ
ਪਦਤ ਤੇ ਮਤ ਚੂਕੇ ਰੇ ਮਨ, ਇਹ ਪਦਤ ਤੇ ਮਤ ਚੂਕੇ ਰੇ ਮਨ, ਇਹ ਪਦਤ ਇਹ ਮਾਰਗ, ਇਸ ਮਾਰਗ ਤੋਂ ਐਸਾ ਨਾ ਹੋਵੇ ਖੁੰਝ ਜਾਵੇ, ਇਹ ਮਾਰਗ ਹੱਥੋਂ ਨਿਕਲ ਜਾਵੇ। ਇਹ ਪਦਤ ਤੇ ਮਤ ਚੂਕੇ ਰੇ ਮਨ, ਇਹ ਮਨਾ ਇਹ ਮੌਕਾ ਜਿਹੜਾ ਮਿਲਿਆ ਹੈ ਐਸਾ ਨਾ ਹੋਏ ਨਿਕਲ ਜਾਏ। ਭੇਦ ਵਿਭੇਦ ਨਾ ਜਾਣ ਵੀ ਐਸਾ ਨਾ ਹੋਏ ਇਹ ਸਮਾਂ ਨਿਕਲ ਜਾਏ, ਹੱਥੋਂ ਨਿਕਲ ਜਾਏ। ਕਿਉਂਕਿ ਗੁਰੂ ਅਰਜਨ ਮਹਾਰਾਜ ਖੁਦ ਉਹ ਪਰਮੇਸ਼ਰ ਤੈਨੂੰ ਤਾਰਨ ਵਾਸਤੇ ਆਇਆ, ਮਾਲਕ ਆਪ ਚੱਲ ਕੇ ਆਇਆ ਗੁਰੂ ਅਰਜਨ ਮਹਾਰਾਜ ਦੇ ਰੂਪ ਵਿੱਚ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲੱਗ ਬਹਿਤਰ। ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਆਇਆ ਆਪ ਓ ਪਰਮੇਸ਼ਰ, ਆਪ ਓ ਮਾਲਕ। ਤੇ ਮਾਲਕ ਦੇ ਚਰਨਾਂ ਵਿੱਚ ਸਾਨੂੰ ਵੀ ਆਉਣਾ ਆ ਜਾਏ। ਜਿਹੜਾ ਮਾਲਕ ਦੇ ਚਰਨਾਂ ਵਿੱਚ ਚੱਲ ਕੇ ਆ ਗਿਆ, ਮਾਲਕ ਨੇ ਰਹਿਮਤ ਕਰ ਦਿੱਤੀ, ਕਿਰਪਾ ਕਰ ਦਿੱਤੀ, ਸਾਨੂੰ ਮਾਲਕ ਦੇ ਅੱਗੇ ਝੁਕਣਾ ਆ ਜਾਏ, ਅਰਦਾਸ ਕਰਨੀ ਆ ਜਾਏ, ਜੋਦੜੀ ਕਰਨੀ ਆਏ। ਤੇ ਮਾਲਕ ਤੇ ਕਿਰਪਾਲੂ ਹੈ, ਸਦਾ ਦਿਆਲੂ ਹੈ, ਮਾਲਕ ਆਪ ਤਾਰਨ ਵਾਲਾ। ਜਿਹੜਾ ਵੀ ਮਾਲਕ ਦੇ ਚਰਨਾਂ ਵਿੱਚ ਝੁੱਕ ਕੇ ਆਇਆ, ਮਾਲਕ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਜਿੱਥੇ ਅਸੀਂ ਭੇਟਾਵਾਂ ਗੁਰੂ ਦੇ ਅੱਗੇ ਰੱਖਦੇ ਹਾਂ, ਉੱਥੇ ਆਪਣਾ ਮਨ ਵੀ ਰੱਖ ਦਿਆ ਕਰੀਏ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿੱਥੇ ਭੇਟਾਵਾਂ ਮਾਲਕ ਨੂੰ ਅਰਪਣ ਕਰਦੇ ਹਾਂ, ਉੱਥੇ ਆਪਣਾ ਮਨ ਵੀ ਗੁਰੂ ਦੇ ਅੱਗੇ ਰੱਖ ਦਿਆ ਕਰੀਏ। ਅਤੇ ਫਿਰ ਸਾਡੇ ਕਾਰਜਾਂ ਦੀ ਫਿਕਰ ਸਾਨੂੰ ਨਹੀਂ ਹੋਏਗੀ, ਮਾਲਕ ਆਪ ਕਰੇਗਾ। ਜਿਹੜੇ ਮਾਲਕ ਦੇ ਚਰਨਾਂ ਵਿੱਚ ਆਏ, ਮਾਲਕ ਨੇ ਆਪ ਰਹਿਮਤ ਕੀਤੀ, ਕਿਰਪਾ ਕੀਤੀ। ਸਿੱਖ ਆਇਆ ਚੱਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਤਰ੍ਹਾਂ ਰਹਿਮਤਾਂ ਵਰਸਾ ਰਹੇ ਸਨ, ਦੀਵਾਨ ਲੱਗਾ ਹੋਇਆ ਸੀ। ਤੇ ਸਿੱਖ ਬਹੁਤ ਗਰੀਬ ਸੀ, ਤੇ ਨਾਂ ਵੀ ਗਰੀਬੂ ਹੈ। ਘਰੋਂ ਵੀ ਦੁਨਿਆਵੀ ਤੌਰ ਤੇ, ਪਦਾਰਥਕ ਤੌਰ ਤੇ ਬਹੁਤਾ ਖੁਸ਼ਹਾਲ ਨਹੀਂ ਹੈ, ਨਾਂ ਹੈ ਗਰੀਬੂ। ਤੇ ਸੇਵਾਦਾਰ ਨੇ ਆਖਿਆ, ਸ੍ਰੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਜਿਹੜੀਆਂ ਵੀ ਸੰਗਤਾਂ ਗੁਰੂ ਚਰਨਾਂ ਵਿੱਚ ਭੇਟਾਂ ਅਰਪਣ ਕਰਦੀਆਂ ਨੇ, ਉਹ ਸੇਵਾ ਸ੍ਰੀ ਦਰਬਾਰ ਸਾਹਿਬ ਵਿਖੇ ਲਾਈ ਜਾਂਦੀ ਹੈ। ਸੋ ਜਿਤਨੀਆਂ ਵੀ ਸੰਗਤਾਂ ਭੇਟਾਵਾਂ ਲੈ ਕੇ ਆਉਣਗੀਆਂ, ਉਹ ਸਾਰੀ ਸੇਵਾ ਸ਼੍ਰੀ ਦਰਬਾਰ ਸਾਹਿਬ ਵਿਖੇ ਲਾਈ ਜਾਏਗੀ। ਤੇ ਗਰੀਬੂ ਬੜਾ ਖੁਸ਼ ਹੋਇਆ, ਆਖਣ ਲੱਗਾ, ਮਾਲਕ ਨੇ ਪੁਕਾਰ ਕੀਤੀ ਹੈ, ਮਾਲਕ ਨੇ ਰਹਿਮਤ ਕੀਤੀ ਹੈ, ਇਹ ਸਮਾਂ ਬਖਸ਼ਿਸ਼ ਕੀਤਾ, ਮੈਂ ਵੀ ਆਪਣੇ ਘਰ ਜਾਵਾਂਗਾ ਤੇ ਕੁਝ ਨਾ ਕੁਝ ਲੈ ਕੇ ਇਸ ਵਾਪਸ ਗੁਰੂ ਚਰਨਾਂ ਵਿੱਚ ਆ ਜਾਵਾਂਗਾ। ਅੱਜ ਗਰੀਬੂ ਤੁਰਿਆ ਹੈ,
ਘਰ ਪਹੁੰਚਿਆ ਹੈ, ਘਰ ਵਾਲੀ ਨੇ ਪੁੱਛਿਆ ਕੀ ਗੱਲ ਹੈ, ਬੜੇ ਖੁਸ਼ ਨਜ਼ਰ ਆਉਂਦੇ ਹੋ। ਆਖਣ ਲੱਗਾ ਜੀ, ਅੱਜ ਗੁਰੂ ਪਾਤਸ਼ਾਹ ਦੇ ਘਰ ਵਿੱਚ ਸੇਵਾਦਾਰ ਨੇ ਆਖਿਆ ਹੈ ਕਿ ਜੋ ਵੀ ਭੇਟਾ ਲੈ ਕੇ ਆਓਗੇ ਉਹ ਭੇਟਾ ਗੁਰੂ ਦਰਬਾਰ ਸਾਹਿਬ ਵਿਖੇ ਲੱਗੇਗੀ, ਅਤੇ ਮੇਰਾ ਵੀ ਮਨ ਬਣਿਆ ਮੈਂ ਵੀ ਕੁਝ ਲੈ ਕੇ ਜਾਵਾਂ। ਅਤੇ ਘਰ ਵਾਲੀ ਨੇ ਆਖਿਆ, ਤੁਹਾਨੂੰ ਤਾਂ ਪਤਾ ਹੀ ਹੈ ਸਾਡੇ ਘਰ ਵਿੱਚ ਬਹੁਤ ਗਰੀਬੀ ਹੈ, ਤੁਸੀਂ ਆਖਦੇ ਹੋ ਕੁਝ ਲੈ ਕੇ ਜਾਵਾਂ ਪਰ ਕੀ ਲੈ ਕੇ ਜਾਊਂਗੀ, ਤੁਹਾਨੂੰ ਪਤਾ ਹੈ ਸਾਡੇ ਬੱਚੇ ਕਦੀ ਕਦੀ ਭੁੱਖੇ ਸੌਂ ਜਾਂਦੇ ਨੇ, ਤੁਹਾਡਾ ਕੰਮ ਕਾਰ ਇੰਨਾ ਨਹੀਂ ਚੱਲਦਾ, ਘਰ ਵਿੱਚ ਗਰੀਬੀ ਹੈ ਕਿਵੇਂ ਲੈ ਕੇ ਜਾਓਗੇ, ਕੁਝ ਵੀ ਘਰ ਵਿੱਚ ਲਿਜਾਣ ਵਾਸਤੇ ਨਹੀਂ। ਅਤੇ ਗਰੀਬੂ ਉਦਾਸ ਹੋ ਗਿਆ, ਆਖਣ ਲੱਗਾ, ਪਾਤਸ਼ਾਹ ਮੇਰੇ ਇੰਨੇ ਭਾਗ ਮਾੜੇ ਨੇ, ਮੈਂ ਤੁਹਾਡੇ ਚਰਨਾਂ ਵਿੱਚ ਕੁਝ ਅਰਪਣ ਵੀ ਨਹੀਂ ਕਰ ਸਕਦਾ। ਮਨ ਵਿੱਚ ਸੋਚਣ ਲੱਗਾ, ਸੋਚਦਿਆਂ ਸੋਚਦਿਆਂ ਰਾਤ ਹੋ ਗਈ। ਅੱਜ ਗਰੀਬੂ ਮੰਜੇ 'ਤੇ ਪਿਆ ਹੈ, ਅੱਜ ਗਰੀਬੂ ਮੰਜੇ 'ਤੇ ਪਿਆ ਹੈ ਪਰ ਨੀਂਦਰ ਨਹੀਂ ਆਉਂਦੀ। ਸੋਚਦਾ ਹੈ ਪਾਤਸ਼ਾਹ ਇੰਨੇ ਮਾੜੇ ਭਾਗ ਨੇ, ਪਾਤਸ਼ਾਹ ਮੈਂ ਤਾਂ ਸੋਚਿਆ ਸੀ ਕਿ ਮੈਂ ਤੁਹਾਡੇ ਚਰਨਾਂ ਵਿੱਚ ਕੁਝ ਅਰਪਣ ਕਰਾਂਗਾ ਪਰ ਪਾਤਸ਼ਾਹ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਅਰਪਣ ਕਰਨ। ਸੋਚਦਿਆਂ ਸੋਚਦਿਆਂ ਰਾਤ ਗੁਜ਼ਰ ਗਈ ਹੈ, ਦੂਸਰਾ ਦਿਨ ਚੜ੍ਹਿਆ ਹੈ, ਘਰ ਵਾਲੀ ਉੱਠੀ ਹੈ ਅਤੇ ਸਵੇਰੇ ਸਫਾਈ ਕਰਦੀ ਹੈ। ਸਫਾਈ ਕਰਦਿਆਂ ਕਰਦਿਆਂ ਇੱਕ ਕੌਡੀ ਘਰ ਵਾਲੀ ਨੂੰ ਲੱਭੀ ਹੈ ਅਤੇ ਉਹ ਕੌਡੀ ਲੈ ਕੇ ਘਰ ਵਾਲੀ ਗਰੀਬੂ ਦੇ ਕੋਲ ਆਈ ਹੈ। ਆਹ ਵੇਖੋ ਜੀ, ਇੱਕ ਕੌਡੀ ਮਿਲੀ ਹੈ, ਤੁਸੀਂ ਆਖਦੇ ਨਹੀਂ ਗੁਰੂ ਅਰਜਨ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰ ਆਓ, ਸੇਵਾ ਕਰ ਆਓ। ਅਤੇ ਗਰੀਬੂ ਨੇ ਕੌਡੀ ਵੇਖੀ ਹੈ, ਹੱਥ ਵਿੱਚ ਪਕੜੀ ਹੈ ਅਤੇ ਸੋਚਣ ਲੱਗਾ, ਦੁਨੀਆਂ ਦੇ ਮਾਲਕ ਦੇ ਅੱਗੇ ਇਹ ਕੌਡੀ, ਜਿੱਥੇ ਸੰਗਤਾਂ ਬਹੁਤ ਕੀਮਤੀ ਭੇਟਾਵਾਂ ਲੈ ਕੇ ਆਉਂਦੀਆਂ ਨੇ, ਜਦੋਂ ਮੈਂ ਇਹ ਕੌਡੀ ਰੱਖਾਂਗਾ ਤਾਂ ਗੁਰੂ ਪਾਤਸ਼ਾਹ ਕੀ ਸੋਚਣਗੇ, ਸੰਗਤਾਂ ਕੀ ਸੋਚਣਗੀਆਂ, ਗਰੀਬੂ ਇੱਕ ਕੌਡੀ ਲੈ ਕੇ ਆਇਆ। ਮਨ ਬੈਰਾਗ ਵਿੱਚ ਭਰ ਆਇਆ ਅਤੇ ਘਰ ਵਾਲੀ ਨੇ ਆਖਿਆ, ਤੁਸੀਂ ਜਾਓ, ਉਹ ਨਿਮਾਣਿਆਂ ਦਾ ਮਾਣ ਦੇਣ ਵਾਲਾ ਦਰ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਮਾਲਕ ਭਾਗੋ ਦੀਆਂ ਪੂੜੀਆਂ ਨੂੰ ਠੁਕਰਾ ਕੇ ਭਾਈ ਲਾਲੋ ਦੀਆਂ ਮਿਸੀਆਂ ਖਾਧੀਆਂ ਸਨ, ਉਹ ਐਸਾ ਦਰ ਹੈ, ਚਲੇ ਜਾਓ ਉਸ ਜਗ੍ਹਾ ਅਰਪਣ ਕਰ ਆਓ। ਅੱਜ ਗਰੀਬੂ ਗੁਰੂ ਅਰਜਨ ਪਾਤਸ਼ਾਹ ਵੱਲ ਤੁਰਿਆ ਹੈ ਅਤੇ ਮਨ ਵਿੱਚ ਸੋਚਦਾ ਹੈ, ਇਹ ਇੱਕ ਕੌਡੀ ਕਿਸ ਤਰ੍ਹਾਂ ਅਰਪਣ ਕਰਾਂਗਾ, ਕਿਉਂਕਿ ਉੱਥੇ ਤਾਂ ਬਹੁਤ ਕੀਮਤੀ ਭੇਟਾਵਾਂ ਲੈ ਕੇ ਸੰਗਤਾਂ ਆਉਂਦੀਆਂ ਨੇ, ਸੰਗਤਾਂ ਕੀ ਸੋਚਣਗੀਆਂ, ਗੁਰੂ ਸਾਹਿਬ ਕੀ ਸੋਚਣਗੇ। ਸੋਚਦਿਆਂ ਸੋਚਦਿਆਂ ਇਹ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਿਆ, ਜਿਸ ਤਰ੍ਹਾਂ ਅੱਜ ਗੁਰੂ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤਾਂ ਵਰਸਾ ਰਹੇ ਨੇ।
ਬਿਲਕੁਲ ਇਸੇ ਤਰ੍ਹਾਂ ਗੁਰੂ ਅਰਜਨ ਮਹਾਰਾਜ ਬੈਠੇ ਹੋਣਗੇ, ਸੰਗਤਾਂ ਸਜੀਆਂ ਹੋਣਗੀਆਂ ਤੇ ਗਰੀਬੂ ਆਇਆ। ਗਰੀਬੂ ਸੋਚਣ ਲੱਗਾ, ਇਹ ਕੌਡੀ ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰ ਆਵਾਂ। ਤੇ ਮਨ ਵਿੱਚ ਵਿਚਾਰ ਆਈ, ਕੀ ਸੋਚਣਗੇ ਗੁਰੂ ਸਾਹਿਬ, ਇਹ ਕੌਡੀ ਲੈ ਕੇ ਆਇਆ? ਨਹੀਂ, ਮੈਂ ਇਹ ਕੌਡੀ ਅਰਪਣ ਨਹੀਂ ਕਰਾਂਗਾ, ਸੰਗਤ ਕੀ ਸੋਚੇਗੀ? ਉਹ ਕੌਡੀ ਹੱਥ ਵਿੱਚ ਘੁੱਟ ਲਈ ਹੈ ਤੇ ਪਿੱਛੋਂ ਹੀ ਨਮਸਕਾਰ ਕਰਕੇ ਪਿੱਛੇ ਹੀ ਜਾ ਬੈਠਾ ਹੈ, ਅੱਗੇ ਨਹੀਂ ਆਇਆ। ਕੁਝ ਸਮਾਂ ਗੁਜ਼ਰਿਆ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ, ਭਾਈ ਜਿਨ੍ਹਾਂ ਸੰਗਤਾਂ ਨੇ ਸੇਵਾ ਭੇਟਾ ਲਿਆਂਦੀ ਹੈ, ਪ੍ਰੇਮ ਭੇਟਾ ਲਿਆਂਦੀ ਹੈ, ਉਹ ਅਰਪਣ ਕਰਨ। ਸਾਰੀਆਂ ਸੰਗਤਾਂ ਤੇ ਪਹਿਲਾਂ ਹੀ ਨਮਸਕਾਰ ਕਰਕੇ ਭੇਟਾ ਅਰਪਣ ਕਰਕੇ ਬੈਠ ਸਕੀਆਂ ਸਨ ਤੇ ਗਰੀਬੂ ਇਕੱਲਾ ਹੀ ਸੀ ਰਹਿੰਦਾ। ਗਰੀਬੂ ਨੂੰ ਪਤਾ ਲੱਗ ਗਿਆ ਕਿ ਗੁਰੂ ਪਾਤਸ਼ਾਹ ਮੈਨੂੰ ਕਹਿ ਰਹੇ ਨੇ। ਉੱਠਣ ਲੱਗਾ, ਚੱਲ ਭੇਟਾ ਕਰ ਆਉਣਾ। ਪਰ ਮਨ ਵਿੱਚ ਵਿਚਾਰ ਆਈ, ਕੀ ਆਖਣਗੇ ਗੁਰੂ ਸਾਹਿਬ, ਇਹ ਕੌਡੀ। ਉੱਠਣ ਲੱਗਾ, ਫਿਰ ਬੈਠ ਗਿਆ। ਨਹੀਂ ਨਹੀਂ, ਇਹ ਕੌਡੀ ਮੈਂ ਕਿਵੇਂ ਅਰਪਣ ਕਰ ਸਕਦਾ? ਸੰਗਤਾਂ ਕੀ ਸੋਚਣਗੀਆਂ, ਗੁਰੂ ਸਾਹਿਬ ਕੀ ਆਖਣਗੇ? ਅੱਜ ਗਰੀਬੂ ਫਿਰ ਬੈਠ ਗਿਆ ਹੈ। ਗੁਰੂ ਪਾਤਸ਼ਾਹ ਨੇ ਫਿਰ ਦੁਬਾਰਾ ਆਖਿਆ, ਪ੍ਰੇਮ ਭੇਟਾ ਲੈ ਕੇ ਆਓ। ਪਰ ਗਰੀਬੂ ਨਹੀਂ ਉੱਠਿਆ, ਬਲਕਿ ਜਦੋਂ ਦੂਸਰੀ ਵਾਰੀ ਆਖਿਆ ਤੇ ਗਰੀਬੂ ਨੇ ਆਪਣੇ ਮੂੰਹ ਦੇ ਅੱਗੇ ਪੱਲਾ ਲੈ ਲਿਆ। ਮਨ ਵਿੱਚ ਬੈਰਾਗ ਭਰ ਆਇਆ, ਪਾਤਸ਼ਾਹ ਮੈਂ ਬਹੁਤ ਗਰੀਬ ਹਾਂ, ਮੇਰੇ ਕੋਲ ਅਰਪਣ ਕਰਨ ਵਾਸਤੇ ਇੱਕ ਕੌਡੀ ਹੈ, ਜਿੱਥੇ ਤੁਹਾਡੇ ਦੀਵਾਨਾਂ ਦੇ ਅੰਦਰ ਬਹੁਤ ਕੀਮਤੀ ਸਮਾਨ ਕੌਮ, ਬਹੁਤ ਕੀਮਤੀ ਵਸਤੂਆਂ ਸੰਗਤ ਲੈ ਕੇ ਆਉਂਦੀ ਹੈ। ਪਾਤਸ਼ਾਹ ਮੇਰੇ ਕੋਲ ਤੇ ਇੱਕ ਕੌਡੀ ਹੈ। ਅੱਜ ਗਰੀਬੂ ਮੂੰਹ ਦੇ ਅੱਗੇ ਪੱਲਾ ਲੈ ਲਿਆ ਤੇ ਅੰਦਰੋਂ ਪੁਕਾਰ ਕਰ ਰਿਹਾ, ਪਾਤਸ਼ਾਹ ਮੈਂ ਇਹ ਕੌਡੀ ਕਿਸ ਤਰ੍ਹਾਂ ਅਰਪਣ ਕਰਾਂ? ਤੇ ਮਨ ਵਿੱਚ ਬੈਰਾਗ ਭਰ ਆਇਆ, ਅੱਖਾਂ ਦੇ ਅੱਗੇ ਪਾਣੀ ਚੱਲ ਰਿਹਾ ਹੈ ਗਰੀਬੂ ਦੇ। ਗੁਰੂ ਅਰਜਨ ਪਾਤਸ਼ਾਹ ਆਪਣੇ ਅਸਥਾਨਾਂ ਤੋਂ ਉੱਠੇ ਨੇ। ਸੰਗਤਾਂ ਨੇ ਸੋਚਿਆ, ਸ਼ਾਇਦ ਇਹ ਲੰਗਰ ਵੱਲ ਚੱਲੇ ਹੋਣਗੇ ਜਾਂ ਸ਼੍ਰੀ ਦਰਬਾਰ ਸਾਹਿਬ ਵੱਲ ਚੱਲੇ ਹੋਣਗੇ, ਪਰ ਗੁਰੂ ਅਰਜਨ ਪਾਤਸ਼ਾਹ ਉੱਠੇ ਨੇ ਤੇ ਸੰਗਤ ਦੇ ਵਿਚਕਾਰ ਦੀ ਹੁੰਦੇ ਹੋਏ ਗਰੀਬੂ ਵੱਲ ਨੂੰ ਤੁਰ ਪਏ ਨੇ ਤੇ ਗਰੀਬੂ ਦੇ ਸਾਹਮਣੇ ਜਾ ਖੜੇ ਹੋਏ ਨੇ ਤੇ ਮਿੱਠੀ ਆਵਾਜ਼ ਵਿੱਚ ਆਖਿਆ, ਗਰੀਬੂ ਮੂੰਹ ਉਤਾਂ ਚੱਕ, ਮੂੰਹ ਉੱਪਰ ਕਰ ਗਰੀਬੂ। ਤੇ ਗਰੀਬੂ ਨੇ ਜਦੋਂ ਪੱਲਾ ਮੂੰਹ ਤੋਂ ਲਾਇਆ, ਕੀ ਵੇਖਦਾ ਹੈ? ਗੁਰੂ ਅਰਜਨ ਪਾਤਸ਼ਾਹ ਦੇ ਪਵਿੱਤਰ ਚਰਨ ਸਾਹਮਣੇ ਨਜ਼ਰ ਆਏ। ਗਰੀਬੂ ਨੇ ਦੌੜ ਕੇ ਜਾ ਕੇ ਗੁਰੂ ਪਾਤਸ਼ਾਹ ਦੇ ਚਰਨ ਫੜ ਲਏ ਨੇ, ਜ਼ਾਰੋ ਜ਼ਾਰ ਰੋਣ ਲੱਗਾ, ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਤੂੰ ਨਿਤਾਣਿਆਂ ਦਾ ਤਾਣ ਹੈ ਮਾਲਕਾ, ਮੈਨੂੰ ਨਹੀਂ ਸੀ ਭਰੋਸਾ ਤੇਰੇ 'ਤੇ, ਮੈਨੂੰ ਲੱਗਦਾ ਸੀ
ਮੈਂ ਗਰੀਬ ਹਾਂ ਤੂੰ ਮੇਰੀ ਕਿੱਥੇ ਸੁਣੇਗਾ। ਪਾਤਸ਼ਾਹ ਨਹੀਂ ਤੂੰ ਤੇ ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਤੂੰ ਤੇ ਕਿਰਪਾਲੂ ਹੈ, ਤੂੰ ਤੇ ਦਿਆਲੂ ਹੈ ਮਾਲਕਾ। ਗਰੀਬੂ ਜਿਹੜੀ ਭੇਟਾ ਲੈ ਕੇ ਆਇਆ ਅਰਪਣ ਕਿਉਂ ਨਹੀਂ ਕਰਦਾ? ਪਾਤਸ਼ਾਹ ਮੈਂ ਤੁਹਾਨੂੰ ਪਤਾ ਹੈ ਇੱਕ ਕੌਡੀ ਲੈ ਕੇ ਆਇਆ, ਮੈਂ ਸੋਚਿਆ ਸੀ ਇੱਕ ਕੌਡੀ ਕਿਵੇਂ ਅਰਪਣ ਕਰਾਂਗਾ। ਅਤੇ ਗੁਰੂ ਅਰਜਨ ਮਹਾਰਾਜ ਨੇ ਗਰੀਬੂ ਦੇ ਅੱਗੇ ਝੋਲੀ ਕਰ ਦਿੱਤੀ, ਆਖਣ ਲੱਗੇ ਗਰੀਬੂ ਜਿਹੜੀ ਭੇਟਾ ਲੈ ਕੇ ਆਇਆ ਮੇਰੀ ਝੋਲੀ ਵਿੱਚ ਪਾ ਦੇ। ਅਤੇ ਗਰੀਬੂ ਆਖਣ ਲੱਗਾ ਪਾਤਸ਼ਾਹ ਤੁਹਾਡੇ ਦਰ 'ਤੇ ਆ ਕੇ ਲੱਖਾਂ ਲੋਕ ਝੋਲੀਆਂ ਅੱਡਦੇ ਨੇ ਅਤੇ ਭਰ ਕੇ ਲੈ ਜਾਂਦੇ ਨੇ, ਪਾਤਸ਼ਾਹ ਅੱਜ ਤੁਸੀਂ ਮੇਰੇ ਅੱਗੇ ਝੋਲੀ ਅੱਡ ਕੇ ਖੜ੍ਹੇ ਨੇ। ਗਰੀਬੂ ਤੇਰੇ ਮਨ ਦਾ ਪ੍ਰੇਮ ਹੈ, ਤੇਰੇ ਮਨ ਦਾ ਪਿਆਰ ਹੈ, ਮੈਂ ਪਿਆਰ ਵੇਖਦਾ ਹਾਂ। ਮੇਰੇ ਚਰਨਾਂ ਵਿੱਚ ਕੋਈ ਇੱਕ ਰੁਪਈਆ ਅਰਪਣ ਕਰੇ ਜਾਂ ਕੋਈ ਇੱਕ ਲੱਖ ਰੁਪਈਆ ਅਰਪਣ ਕਰੇ, ਪਰ ਜੇਕਰ ਮਨ ਅਰਪਣ ਨਹੀਂ ਕਰਦਾ ਤਾਂ ਪ੍ਰਵਾਨ ਨਹੀਂ। ਹਾਂ, ਜੇ ਕੋਈ ਇੱਕ ਰੁਪਈਆ ਅਰਪਣ ਕਰੇ ਜਾਂ ਇੱਕ ਲੱਖ ਵੀ ਅਰਪਣ ਕਰੇ, ਨਾਲ ਮਨ ਵੀ ਰੱਖ ਦੇਵੇ ਤਾਂ ਉਹ ਦੋਨੋਂ ਪ੍ਰਵਾਨ ਨੇ। ਇੱਕ ਰੁਪਈਏ ਵਾਲਾ ਵੀ ਪ੍ਰਵਾਨ ਹੈ ਅਤੇ ਇੱਕ ਲੱਖ ਰੁਪਈਏ ਵਾਲਾ ਵੀ ਪ੍ਰਵਾਨ ਹੈ। ਗਰੀਬੂ ਅੱਜ ਕੌਡੀ ਗੁਰੂ ਅਰਜਨ ਮਹਾਰਾਜ ਦੀ ਝੋਲੀ ਵਿੱਚ ਰੱਖ ਦਿੱਤੀ ਹੈ ਅਤੇ ਗੁਰੂ ਅਰਜਨ ਮਹਾਰਾਜ ਨੇ ਆਖਿਆ, ਗਰੀਬੂ ਤੂੰ ਆਖਦਾ ਸੀ ਮੈਂ ਬਹੁਤ ਗਰੀਬ ਹਾਂ, ਚੱਲ ਹੁਣ ਝੋਲੀ ਕਰ, ਤੇਰੀ ਝੋਲੀ ਭਰ ਦਿੰਦੇ ਹਾਂ। ਗੁਰੂ ਅਰਜਨ ਮਹਾਰਾਜ ਨੇ ਦੋਨੋਂ ਮੁੱਠੀਆਂ ਬੰਦ ਕਰ ਲਈਆਂ, ਆਖਣ ਲੱਗੇ ਗਰੀਬੂ ਇੱਕ ਮੁੱਠੀ ਦੇ ਵਿੱਚ ਦੁਨਿਆਵੀ ਪਦਾਰਥ ਨੇ, ਧਨ ਦੌਲਤ ਹੈ, ਸ਼ੌਹਰਤਾਂ ਨੇ, ਅਤੇ ਇਸ ਇੱਕ ਮੁੱਠੀ ਦੇ ਵਿੱਚ ਗੁਰੂ ਦਾ ਨਾਮ ਹੈ, ਗੁਰੂ ਦਾ ਪਿਆਰ ਹੈ, ਗੁਰੂ ਦਾ ਪ੍ਰੇਮ ਹੈ, ਦੱਸ ਕਿਹੜੀ ਮੁੱਠੀ ਤੇਰੀ ਝੋਲੀ ਵਿੱਚ ਖੋਲਾਂ। ਅਤੇ ਗਰੀਬੂ ਨੇ ਆਖਿਆ, ਪਾਤਸ਼ਾਹ ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਨਿਤਾਣਿਆਂ ਦਾ ਤਾਣ ਹੈ, ਪਾਤਸ਼ਾਹ ਇਹ ਧਨ ਪਦਾਰਥ ਤੇ ਇੱਥੇ ਰਹਿ ਜਾਣਗੇ, ਮੇਰੇ ਨਾਲ ਨਹੀਂ ਜਾਣਗੇ, ਜੇ ਤੁੱਠੇ ਹੋ ਕਿਰਪਾ ਕਰ ਦਿਓ, ਆਪਣਾ ਨਾਮ ਦੇ ਦਿਓ, ਆਪਣੇ ਨਾਮ ਦੀ ਬਖਸ਼ਿਸ਼ ਕਰ ਦਿਓ, ਇਹ ਮੁੱਠੀ ਖੋਲ ਦਿਓ ਜਿਸ ਵਿੱਚ ਨਾਮ ਹੈ। ਅਤੇ ਗੁਰੂ ਅਰਜਨ ਪਾਤਸ਼ਾਹ ਰਹਿਮਤਾਂ ਦੇ ਘਰ ਵਿੱਚ ਆਏ। ਗੁਰੂ ਅਰਜਨ ਪਾਤਸ਼ਾਹ ਨੇ ਦੋਨੋਂ ਮੁੱਠੀਆਂ ਗਰੀਬੂ ਦੀ ਝੋਲੀ ਵਿੱਚ ਖੋਲ ਦਿੱਤੀਆਂ, ਆਖਣ ਲੱਗੇ, ਲੈ ਗਰੀਬੂ ਜਿੱਥੇ ਗੁਰੂ ਦਾ ਨਾਮ ਤੈਨੂੰ ਦੇ ਦਿੱਤਾ ਉੱਥੇ ਦੁਨਿਆਵੀ ਧਨ ਪਦਾਰਥ ਵੀ ਤੈਨੂੰ ਬਖਸ਼ਿਸ਼ ਕਰ ਦਿੱਤੀ। ਅੱਜ ਤੋਂ ਬਾਅਦ ਤੂੰ ਆਖੇਗਾ ਨਹੀਂ ਕਿ ਮੈਂ ਗਰੀਬ ਹਾਂ। ਸਤਿਗੁਰ ਪਾਤਸ਼ਾਹ ਸਦਾ ਦਿਆਲੂ ਨੇ, ਸਦਾ ਕਿਰਪਾਲੂ ਨੇ, ਹਰ ਯੁਗ ਯੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਆਪਣਿਆਂ ਭਗਤਾਂ ਦੀ ਪੈਜ ਮਾਲਕ ਆਪ ਰੱਖਦਾ ਹੈ। ਸਾਡਾ ਭਰੋਸਾ ਬਣ ਜਾਏ, ਸਾਡਾ ਵਿਸ਼ਵਾਸ ਬਣ ਜਾਏ ਮਾਲਕ ਦੇ ਅੱਗੇ। ਸਾਧ ਸੰਗਤ ਜਿੱਥੇ ਅਸੀਂ ਭੇਟਾਵਾਂ ਅਰਪਣ ਕਰਨੀਆਂ ਨੇ ਉੱਥੇ ਗੁਰੂ ਚਰਨਾਂ ਵਿੱਚ ਮਨ ਵੀ ਅਰਪਣ ਕਰ ਦੇਣਾ ਹੈ ਅਤੇ ਸਤਿਗੁਰੂ ਪਾਤਸ਼ਾਹ ਸਾਡੇ ਕਾਰਜਾਂ ਨੂੰ ਆਪ ਸਵਾਰਨਗੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਦਾਸ।
ਉਸ ਸੇਵਕ ਦੇ ਕਾਰਜ ਮਾਲਕ ਆਪ ਸਵਾਰਦਾ ਹੈ। ਸਤਿਗੁਰ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ ਹੈ, ਪਾਤਸ਼ਾਹ ਨਾਮ ਦੀ ਦਾਤ ਬਖਸ਼ਿਸ਼ ਕਰੋ, ਕਿਰਪਾ ਕਰੋ। ਪਰਤਾਛ ਹਿਰਦੈ ਗੁਰੂ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਹ ਮਾਲਕ ਆਪ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਰਪਾ ਕਰਨ, ਰਹਿਮਤ ਕਰਨ, ਸਾਡੀਆਂ ਝੋਲੀਆਂ ਨਾਮ ਦੀ ਦਾਤ ਦੇ ਨਾਲ ਭਰ ਦੇਣ। ਇਹੀ ਅਸੀਸ ਗੁਰੂ ਪਾਤਸ਼ਾਹ ਤੋਂ ਪ੍ਰਾਪਤ ਕਰਨੀ ਹੈ, ਮਾਲਕ ਤੋਂ ਮੰਗਣਾ ਹੈ। ਸੋ ਜਿਤਨਾ ਸਮਾਂ ਪ੍ਰਬੰਧਕ ਵੀਰਾਂ ਵੱਲੋਂ ਦਿੱਤਾ ਗਿਆ ਸੀ, ਸਮੇਂ ਦੀ ਸਮਾਪਤੀ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚਾਰ ਛੱਤ, ਪੌੜੀ ਵੱਡੀ ਵੱਡਾ ਪਾ ਤੇਰਾ ਮਤਬਾ, ਰੰਗ ਪਰੰਗ ਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਉ ਸਭ ਜਾਣ ਲਾ, ਸਭ ਤੇਰੇ ਵਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮੱਤਾ ਤੇਰੇ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਰ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਵਣਗੀਆਂ। ਆਪ ਸੰਗਤ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਲੈਣਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗੇ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਸਾਹਿਬਾਨਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡੀਆਂ ਭਾਗਾਂ ਵਾਲੇ ਹਾਂ ਜੋ ਦਤਾਰ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਮਨਾਉਂਦਿਆਂ ਅੱਜ ਦੂਜੇ ਦਿਨ ਦੇ ਦੀਵਾਨਾਂ ਨੂੰ ਮੁੱਖ ਰੱਖਦਿਆਂ ਇਕੱਤਰ ਹੋਏ ਹਾਂ। ਸਤਿਕਾਰਯੋਗ ਭਾਈ ਬਲਕਾਰ ਸਿੰਘ ਜੀ ਜੰਡਿਆਲੇ ਵਾਲੇ ਜਿਨ੍ਹਾਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸਾਧ ਸੰਗਤ ਦੇ ਦਰਸ਼ਨ ਕੀਤੇ ਹਨ, ਕੀਰਤਨ ਦੁਆਰਾ ਆਪ ਜੀ ਨੂੰ ਗੁਰੂ ਪਾਤਸ਼ਾਹ ਜੀ ਦਾ ਜਰਸ਼ ਸ਼੍ਰਵਣ ਕਰਾਇਆ ਹੈ। ਸੋ ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਢਾਡੀ ਜਥੇ ਨੂੰ ਜੋ ਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ 'ਤੇ ਅਪਾਰ ਕਿਰਪਾ ਹੈ, ਦੇਸਾਂ ਵਿਦੇਸਾਂ ਦੇ ਵਿੱਚ ਵੀ ਢਾਡੀ ਜਥੇ ਦੁਆਰਾ ਸਾਧ ਸੰਗਤ ਦੀ ਜੋੜੀ ਚੜ੍ਹਨ ਦਾ ਸਮਾਂ ਸੁਭਾਗਾ ਉਹਨਾਂ ਨੂੰ ਮਿਲਿਆ ਹੈ। ਇਸ ਸਥਾਨ 'ਤੇ ਉਹਨਾਂ ਨੇ ਮੈਨੇਜਰ ਦੀ ਵੀ ਸੇਵਾ ਕੀਤੀ ਹੈ, ਬਤੌਰ ਹੁਣ ਵੀ ਸੇਵਾ ਦੇ ਰਹੇ ਹਨ। ਵਡਭਾਗੀ ਸੰਗਤ ਪਾਵੈ, ਵੱਡੀਆਂ ਭਾਗਾਂ ਦੇ ਨਾਲ ਹੀ ਮਨੁੱਖ ਗੁਰੂ ਦੀ ਸੰਗਤ ਕਰਦਾ ਹੈ। ਭਾਈ ਪਾਰੋ ਜੁਲਗਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿੰਦੇ ਹਨ, ਦਤਾਰ ਪਿਤਾ ਜੀਓ ਅਸੀਂ ਨਿਤਾ ਪ੍ਰਤੀ ਸੰਗਤ ਕਰਦੇ ਹਾਂ, ਸੰਗਤ ਦੇ ਵਿੱਚ ਜਿਹੜੇ ਗੁਣ ਹਨ ਤੁਸੀਂ ਦੱਸਣਾ ਕਰੋ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਭਾਈ ਪਾਰੋ ਜੁਲਕਾ ਨੂੰ ਕਹਿੰਦੇ ਹਨ, ਇੱਕ ਬਗੁਲਾ ਹੈ ਜਿਸ ਦਾ ਰੰਗ ਬਿਲਕੁਲ ਸਫੇਦ ਹੈ ਪਰ ਉਸ ਦੀ ਜਿਹੜੀ ਬਿਰਤੀ ਹੈ ਉਹ ਡੱਡੀਆਂ ਮੱਛੀਆਂ ਚੁਗਣ ਦੇ ਵਿੱਚ ਰਹਿੰਦੀ ਹੈ। ਆਪਾਂ ਦੇਖਦੇ ਹਾਂ ਜਿਹੜੀ ਬਗਲੇ ਦੀ ਸੁਰਤ ਹੈ ਹਮੇਸ਼ਾ ਹੀ ਡੱਡੀਆਂ ਮੱਛੀਆਂ ਚੁਗਣ 'ਤੇ ਰਹਿੰਦੀ ਹੈ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੂਜੀ ਉਦਾਹਰਣ ਕਹਿੰਦੇ ਹਨ, ਭਾਈ ਪਾਰੋ ਜੁਲਕਾ ਜੀ ਜਿਹੜਾ ਹੰਸ ਹੈ ਉਸ ਵਾਹਿਗੁਰੂ ਪਰਮਾਤਮਾ ਨੇ ਇੰਨੀ ਸਮਰੱਥਾ ਉਸ ਨੂੰ ਬਖਸ਼ੀ ਹੋਈ ਹੈ, ਜਿੰਨਾ ਮਰਜ਼ੀ ਦੁੱਧ ਦੇ ਵਿੱਚ ਪਾਣੀ ਪਾ ਦਿੱਤਾ ਜਾਵੇ ਉਹ ਦੁੱਧ ਵੱਖਰਾ ਕਰ ਦਿੰਦਾ ਹੈ, ਪਾਣੀ ਵੱਖਰਾ ਕਰ ਦਿੰਦਾ ਹੈ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਿਰਪਾ ਦੇ ਕਰ ਭਾਈ ਪਾਰੋ ਜੁਲਕਾ ਨੂੰ ਕਹਿੰਦੇ ਹਨ ਕਿ ਜਦੋਂ ਮਨੁੱਖ ਵਾਹਿਗੁਰੂ ਪਰਮਾਤਮਾ ਦੀ ਸੰਗਤ ਦੇ ਵਿੱਚ ਬੈਠਦਾ ਹੈ, ਵਡਭਾਗੀ ਸੰਗਤ ਪਾਵੈ, ਵੱਡਿਆਂ ਭਾਗਾਂ ਦੇ ਨਾਲ ਇਹ ਸੰਗਤ ਮਿਲਦੀ ਹੈ। ਅਤੇ ਜਦੋਂ ਬੈਠਦਾ ਹੈ ਪਹਿਲਾਂ ਤਾਂ ਉਹ ਸਿੱਖ ਬਣਦਾ ਹੈ, ਦੂਜਾ ਉਸ ਨੂੰ ਪਰਮ ਹੰਸ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ,
ਉਹ ਆਪ ਗੁਰੂ ਦੀ ਰਹਿਮਤਾਂ ਦਾ ਪਾਤਰ ਬਣ ਜਾਂਦਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਮਨਾ ਰਹੇ ਹਾਂ। ਜਦੋਂ ਲਾਹੌਰ ਤੋਂ ਸੰਗਤ ਤੁਰੀ ਦਰਬਾਰ ਸਾਹਿਬ ਜੀ ਨੂੰ ਰਸਤੇ ਦੇ ਵਿੱਚ ਬਾਗ ਦੇ ਮਾਲੀ ਨੇ ਬੜੀ ਸੇਵਾ ਕੀਤੀ ਤੇ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦੀ ਹੈ, ਦਤਾਰ ਪਿਤਾ ਜੀਓ, ਆਪ ਜੀ ਦਾ ਸਿੱਖ ਰਸਤੇ ਦੇ ਵਿੱਚ ਮਿਲਿਆ ਸੀ, ਉਸਨੇ ਬੜੀ ਸੇਵਾ ਕੀਤੀ ਹੈ ਸੰਗਤ ਦੀ। ਤੇ ਜਦੋਂ ਸਾਰੀ ਵਾਰਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੰਗਤ ਨੇ ਸੁਣਾਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ, ਉਸ ਸਿੱਖ ਦਾ ਨਾਮ ਕੀ ਸੀ? ਸੰਗਤ ਕਹਿੰਦੀ ਹੈ, ਦਤਾਰ ਪਿਤਾ ਜੀ, ਅਸੀਂ ਉਸ ਦਾ ਨਾਮ ਨਹੀਂ ਪੁੱਛਿਆ, ਪਰ ਅੱਜ ਜਿਹੜੀ ਪ੍ਰੇਮ ਭੇਟਾ ਹੈ ਉਸਨੇ ਭੇਜੀ ਹੈ, ਇਹ ਤੁਹਾਨੂੰ ਅਰਪਣ ਕਰ ਰਹੇ ਹਾਂ। ਜਦੋਂ ਉਸ ਟੋਕਰੀ ਨੂੰ ਦੇਖਿਆ, ਪ੍ਰੇਮ ਭੇਟਾ ਨੂੰ ਦੇਖਿਆ ਤੇ ਉਸ ਦੇ ਵਿੱਚੋਂ 21 ਅੰਬ ਨਿਕਲੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ, ਸੰਗਤ ਨੂੰ ਪੁੱਛਦੇ ਹਨ ਕਿ ਉਸ ਸਿੱਖ ਨੇ ਤੁਹਾਡੀ ਸੇਵਾ ਕੀਤੀ ਹੈ? ਤੇ ਗੁਰੂ ਪਾਤਸ਼ਾਹ ਜੀ ਨੂੰ ਦੱਸਦੇ ਹਨ, ਸੰਗਤ ਦੱਸਦੀ ਹੈ, ਦਤਾਰ ਪਿਤਾ ਜੀ, ਉਸ ਸਿੱਖ ਨੇ ਬੜੇ ਦਿਲ ਦੇ ਨਾਲ ਸੇਵਾ ਕੀਤੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਦੇ ਕਰ, ਕਿਰਪਾ ਨਿਦਾਨ ਕਹਿੰਦੇ ਹਨ, ਇਹ ਵਰ ਦਿੰਦੇ ਹਨ ਕਿ ਉਸ ਪਿਆਰੇ ਦੀਆਂ 21 ਕੁਲਾਂ ਤਰ ਜਾਣਗੀਆਂ ਜਿਸ ਨੇ ਸੰਗਤ ਦੀ ਸੇਵਾ ਕੀਤੀ ਹੈ। ਉਸਨੇ 21 ਅੰਬ ਭੇਜੇ ਹਨ, 21 ਕੁਲਾਂ ਤੱਕ ਉਸ ਦੀਆਂ ਕੁਲਾਂ ਦੇ ਵਿੱਚ ਨਾਮ ਬਾਣੀ ਦਾ ਪਰਵਾਹ ਰਹੇਗਾ। ਦਤਾਰ ਪਿਤਾ ਜੀ ਨੇ ਇਹ ਮੁੱਖ ਤੋਂ ਬਚਨ ਕਹੇ, ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਪਜ ਹਰ ਕੀ ਸੇਵ। ਜਿਹੜਾ ਵਾਹਿਗੁਰੂ ਪਰਮਾਤਮਾ ਦੀ ਸੇਵਾ ਕਰ ਲੈਂਦਾ ਹੈ, ਬਚਨਾਂ ਤੇ ਪੂਰਾ ਉਤਰ ਜਾਂਦਾ ਹੈ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਤੇ ਭਾਗਾਂ ਵਾਲਿਓ, ਆਪਾਂ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਇੱਕ ਮਨ ਇੱਕ ਚਿੱਤ ਹੋ ਕੇ ਬੈਠ ਜਾਈਏ ਤਾਂ ਕਿ ਆਪਣਾ ਬੈਠਿਆ ਹੋਇਆ ਵੀ ਸਫਲਾ ਹੋ ਜਾਵੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਨਦਰ ਆਪਣੇ ਤੇ ਹੋ ਜਾਵੇ, ਆਪਣਾ ਇੱਥੇ ਆਇਆ ਹੋਇਆ ਸਫਲ ਹੋ ਸਕਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸੋ ਆਓ ਅਗਲੇ ਜਥੇ ਨੂੰ ਜੀਓ ਆਇਆ ਆਖਦੇ ਹਾਂ, ਮੇਰੇ ਵੱਡੇ ਵੀਰ ਡਾਕਟਰ ਇੰਦਰਜੀਤ ਸਿੰਘ ਜੀ ਬਜੂਆ, ਤਕਰੀਬਨ 1.5 ਘੰਟੇ ਵਾਸਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸਾਧ ਸੰਗਤ ਦੇ ਦਰਸ਼ਨ ਕਰਨਗੇ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ।
ਉਹਦੀ ਕਿਸ਼ਤੀ ਘੁੰਮਣ ਕੇ ਫਸੀ ਲੱਤ ਤੇ ਝੱਟ ਕਿਨਾਰੇ ਸੀ ਉਹਦੀ ਕਿਸ਼ਤੀ ਘੁੰਮਣ ਕੇ ਫਸੀ ਲੱਤੀ ਝੱਟ ਕਿਨਾਰੇ ਸੀ ਇੱਕ ਜੋਤੀ ਆਸ ਉਮੀਦਾਂ ਦੀ ਜੋਤੀ ਆਸ ਉਮੀਦਾਂ ਦੀ ਉਜੜੇ ਤੋਂ ਆਪ ਬਚਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ ਸਦੇ ਨਾਲ ਰਹੇ ਤੂੰ ਸਰਬ ਵਿਆਪੀ ਦਾਤਾ ਏ ਸਰਬ ਵਿਆਪੀ ਦਾਤਾ ਏ ਮਾਰੇ ਗਰੀਬ ਬਲਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ
ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ ਪੱਥਰ ਵਿੱਚ ਵਸਦੇ ਜੀਵ ਦੀਆਂ ਬਿਨ ਤੇਰੇ ਕਿਸ ਨੂੰ ਸਾਰਾ ਨੇ ਤੇਰੀ ਕਿਰਪਾ ਸੁੱਕੇ ਕੱਖਾਂ ਤੇ ਆ ਜਾਂਦੀਆਂ ਸਬਜ਼ ਬਹਾਰਾਂ ਨੇ ਪੱਥਰ ਵਿੱਚ ਵਸਦੇ ਜੀਵ ਦੀਆਂ ਬਿਨ ਤੇਰੇ ਕਿਸ ਨੂੰ ਸਾਰਾ ਨੇ ਅਸੀਂ ਮੂੜ ਮੁਗਤ ਅਣ ਜਾਣ ਪਿਤਾ ਮੂੜ ਮੁਗਤ ਅਣ ਜਾਣ ਪਿਤਾ ਕੁਝ ਕਹਿਣ ਯੋਗ ਬਣਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ ਕਰ ਕਿਰਪਾ
ਤੂੰ ਸਰਬ ਗੁਣੀ ਭਰਪੂਰ ਪਿਤਾ ਕਰਕੇ ਪਾਸ ਤੂੰ ਬਾਰੇ ਤੇ ਸੇਵਾ ਦਾ ਰਹੇ ਸਰੂਰ ਪਿਤਾ ਰੱਖ ਆਪਣੀ ਨਜ਼ਰ ਸਵੱਲੀ ਨੂੰ ਆਪਣੀ ਨਜ਼ਰ ਸਵੱਲੀ ਨੂੰ ਦੁਨੀਆ ਦਾ ਮਾਣ ਕਰਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ ਮੇਰੀ ਸੁਣ ਲੈ ਅਰਜ਼ ਨਾ ਮਾਣੇ ਦੀ ਮੈਨੂੰ ਆਪਣੇ ਚਰਨੀ ਲਾਵੀ ਤੂੰ 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 ਪਰਮ ਪੂਜੇ ਅਕਾਲ ਸਰਵ ਸ਼ਕਤੀਮਾਨ ਬਾਣੀ ਕੇ ਵੋਹੇ ਚਵਰ ਛਤਰ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿਨ੍ਹਾਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲਿਓ ਆਓ ਦਿਓ ਪਿਆਰ ਦਾ ਸਬੂਤ ਪ੍ਰਕਰਨ ਆਰੰਭ ਕਰਨ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਔਰ ਦੋ ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਭੰਗਾਣੀ ਦਾ ਜੰਗ ਫਤਿਹ ਹੋਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਣ ਕੇ ਸਿੱਖਾਂ ਨੇ ਮੁਬਾਰਕਬਾਦ ਦਿੱਤੀ ਹੈ, ਵਧਾਈ ਦਿੱਤੀ ਕਿ ਪਾਤਸ਼ਾਹ ਆਪ ਜੀ ਦੀ ਫਤਿਹ ਹੋਈ ਹੈ, ਆਪ ਜੀ ਦੀ ਜਿੱਤ ਹੋਈ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਨਹੀਂ, ਮੇਰੀ ਜਿੱਤ ਨਹੀਂ ਹੋਈ, ਮੇਰੀ ਫਤਿਹ ਨਹੀਂ ਹੋਈ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਵਚਨ ਕੀਤਾ ਨਾ ਤਾਂ ਸਿੱਖ ਕਹਿਣ ਲੱਗੇ ਕਿ ਪਾਤਸ਼ਾਹ ਜੇ ਆਪ ਜੀ ਦੀ ਫਤਿਹ ਨਹੀਂ ਹੋਈ ਤਾਂ ਫਿਰ ਇਹ ਫਤਿਹ ਕਿਹਦੀ ਹੋਈ ਹੈ। ਤੇ ਸਤਿਗੁਰਾਂ ਨੇ ਵਚਨ ਕੀਤਾ ਕਿਰਪਾ ਅਕਾਲ ਕੇਰੀ ਭਈ ਜੀਤ ਮੇਰੀ। ਇਹ ਫਤਿਹ ਜਿਹੜੀ ਆ ਇਹ ਜਿਹੜੀ ਜਿੱਤ ਆ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਸਾਨੂੰ ਫਤਿਹ ਜਾਬੀ ਬਖਸ਼ਿਸ਼ ਹੋਈ ਆ। ਕਹਿਣ ਲੱਗੇ ਕਿ ਫਤਿਹ ਵੀ ਤੁਹਾਡੀ ਹੋਈ ਆ ਸਿੱਖ ਕਹਿਣ ਲੱਗੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਨਹੀਂ ਖਾਲਸੇ ਦੀ ਹੋਈ। ਕਹਿਣ ਲੱਗੇ ਜੀ ਖਾਲਸਾ ਵੀ ਤੁਹਾਡਾ ਹੈ। ਤੇ ਸਤਿਗੁਰੂ ਕਹਿਣ ਲੱਗੇ ਕਿ ਨਹੀਂ ਇਹ ਖਾਲਸਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ। ਆਓ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਹੀ ਹੁਕਮ ਕਰ ਦਿੱਤਾ ਕਿ ਆਗੇ ਆਪਤ ਸਿੰਘ ਜੋ ਪਾਵਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਆਓ ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰਾਂ ਦਾ ਹੁਕਮ ਔਰ ਰਸਨਾ ਦੇ ਨਾਲ ਦੋ ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਔਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਪ੍ਰਮਾਨ ਕਰਦੇ ਨੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟਿਆ। ਬੇ ਜਿਹੜੀ ਰਸਨਾ ਜਿਹੜੀ ਇਹ ਜੀਭਾ ਹੈ ਨਾ ਅਕਾਲ ਪੁਰਖ ਦਾ ਸਿਮਰਨ ਨਹੀਂ ਕਰਦੀ ਨਾ ਉਹ ਛੋਟੀ ਛੋਟੀ ਕਰਕੇ ਵੱਢ ਦੇਣੀ ਚਾਹੀਦੀ ਹੈ, ਕਿਉਂਕਿ ਇਹ ਅਕਾਲ ਪੁਰਖ ਦਾ ਸਿਮਰਨ ਭਾਵ ਕਿ ਜਾਪ ਹੀ ਨਹੀਂ ਕਰਦੀ, ਵਾਹਿਗੁਰੂ ਗੁਰਮੰਤਰ ਹੀ ਨਹੀਂ ਸਿਮਰਦੀ। ਅਸੀਂ ਅਜਾਈ ਬੈਠ ਕੇ ਗੁਰੂ ਦੀ ਹਜ਼ੂਰੀ ਅੰਦਰ ਬੈਠ ਕੇ ਨਾ ਇੱਧਰਲੀਆਂ ਉੱਧਰਲੀਆਂ ਗੱਲਾਂ ਤਾਂ ਕਰੀ ਜਾਵਾਂਗੇ, ਲੇਕਿਨ ਜਦੋਂ ਫਤਿਹ ਬੁਲਾਉਣ ਦਾ ਸਮਾਂ ਆਵੇਗਾ ਫਤਿਹ ਬੁਲਾਉਣ ਵਾਸਤੇ ਅਸੀਂ ਸੰਕੋਚ ਕਰ ਜਾਂਦੇ ਤਾਂ ਦੂਜੀਆਂ ਗੱਲਾਂ ਦੇ ਵਿੱਚ ਗਲਤਾਨ ਰਹਿੰਦੇ ਹਾਂ। ਆਓ ਗੁਰੂ ਦੀਆਂ ਖੁਸ਼ੀਆਂ ਲਈਏ, ਕਰੋ ਬੇਨਤੀ ਪ੍ਰਵਾਨ, ਦੋਨੋਂ ਹੱਥ ਜੋੜ ਕੇ ਨੇਤਰ ਮੰਦ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਵਿਆਹ ਪਰਵ ਦੇ ਵਿੱਚ ਅੱਜ ਆਪਾਂ ਇਕੱਤਰ ਹੋਏ ਹਾਂ, ਵਿਆਹ ਵਿੱਚ ਸ਼ਰੀਕ ਹੋਏ ਹਾਂ, ਖੁਸ਼ੀ ਦਾ ਮਾਹੌਲ ਹੈ। ਕਿਉਂਕਿ ਵਿਆਹ ਜਿਹੜਾ ਸ਼ਬਦ ਹੈ ਜਦੋਂ ਕੰਨਾਂ ਦੇ ਵਿੱਚ ਗੂੰਜਦਾ ਹੈ ਨਾ, ਤੇ ਉਦੋਂ ਆਨੰਦ ਖੇੜੇ ਖੁਸ਼ੀਆਂ ਵਰਤਣ ਲੱਗ ਪੈਂਦੀਆਂ, ਐਟੋਮੈਟਿਕਲੀ ਚਾਹ ਜਿਹਾ ਚੜ ਜਾਂਦਾ ਵੀ ਵਿਆਹ ਤੇ ਚੱਲੇ ਆ। ਆਪਾਂ ਬਾਬਾ ਜੀ ਦੇ ਵਿਆਹ ਦੇ ਵਿੱਚ ਇਕੱਤਰ ਹੋਣ ਵਾਸਤੇ ਆਏ ਹਾਂ, ਖੁਸ਼ੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਸਾਨੂੰ? ਸੱਚੇ ਪਾਤਸ਼ਾਹ ਤੇਰੇ ਦਰ ਤੇਰੇ ਘਰ ਆਇਆ, ਕਿਰਪਾ ਕਰਨੀ ਆਪਣੇ ਚਰਨਾਂ ਦੀ ਪ੍ਰੀਤੀ ਬਣ ਆਵੇ। ਇਹ ਤਾਂ ਇੱਕ ਸਬੱਬ ਹੈ, ਇੱਕ ਬਹਾਨਾ ਹੈ ਤੇਰੇ ਦਰ ਤੇ ਇਕੱਠੇ ਹੋਣ ਦਾ ਕਿ ਤੇਰਾ ਅੱਜ ਵਿਆਹ ਪੁਰਬ ਮਨਾ ਰਹੇ ਹੋ। ਗੁਰੂ ਕਿਰਪਾ ਕਰੇ ਇਹੋ ਜਿਹੇ ਸਮੇਂ ਇਹੋ ਜਿਹੀਆਂ ਘੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਵਾਰ ਵਾਰ ਆਉਣ, ਤਾਂ ਜੋ ਸਾਡੇ ਮਨ ਨੂੰ ਸਕੂਨ, ਸਾਡੇ ਮਨ ਨੂੰ ਖੇੜਾ ਤੇ ਗੁਰੂ ਦੀ ਹਮੇਸ਼ਾ ਯਾਦ ਸਾਡੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ ਰੋਜ਼ ਹਾਜ਼ਰੀਆਂ ਭਰੀਆਂ ਸਮੁੱਚੀਆਂ ਸੰਗਤਾਂ ਨੇ ਸਾਰਿਆਂ ਦਾ ਧੰਨਵਾਦ। ਅੱਜ ਵੀ ਆਏ ਹੋ ਘਰੇਲੂ ਕੰਮ ਛੱਡ ਕੇ, ਸਾਰੀਆਂ ਸੰਗਤਾਂ ਨੂੰ ਜੀਓ ਆਇਆ ਔਰ ਧੰਨਵਾਦ ਵੀ ਸਾਰਿਆਂ ਦਾ, ਤੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਿਆਹ ਸ਼ਬਦ ਜਿਹੜਾ ਹੈ ਇਹ ਅਰਬੀ ਭਾਸ਼ਾ ਦਾ ਲਫ਼ਜ਼ ਹੈ ਤੇ ਦੋ ਸ਼ਬਦਾਂ ਦਾ ਸੁਮੇਲ ਹੈ, ਵੇ ਤੇ ਆਹ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਸਾਹਿਬ ਜਿਨ੍ਹਾਂ ਨੇ ਇਸ ਸ਼ਬਦ ਦਾ ਉਲਥਾ ਕੀਤਾ ਹੈ, ਇਸ ਸ਼ਬਦ ਦੇ ਅਰਥ ਕੀਤੇ ਨੇ ਵੀ ਵਿਆਹ ਸ਼ਬਦ ਇਹ ਕਦੋਂ ਉਚਾਰਨ ਕੀਤਾ ਗਿਆ ਤੇ ਇਹਦੇ ਅਸਲੀ ਅੱਖਰੀ ਅਰਥ ਕੀ ਨੇ। ਅਸੀਂ ਕਹਿ ਤਾਂ ਦਿੰਦੇ ਹਾਂ ਜਿੰਨਾ ਚਿਰ ਸਾਨੂੰ ਅੱਖਰੀ ਅਰਥ ਕਿਸੇ ਵੀ ਚੀਜ਼ ਦਾ ਗਿਆਨ ਨਾ ਹੋਵੇ ਨਾ, ਓਨਾ ਚਿਰ ਗੱਲ ਪਕੜ ਵਿੱਚ ਨਹੀਂ ਆਉਂਦੀ ਸਾਡੇ। ਇਹ ਵਿਆਹ ਸ਼ਬਦ ਜਿਹੜਾ ਹੈ ਇਹ ਦੋ ਸ਼ਬਦਾਂ ਦਾ ਸੁਮੇਲ ਹੈ, ਬੇ ਤੇ ਆ। ਭਾਵ ਕਿ ਜਦੋਂ ਅਥਾਹ ਖੁਸ਼ੀ ਹੋਵੇ ਨਾ, ਬੇ ਦਾ ਮਤਲਬ ਅਥਾਹ, ਆਹ ਦਾ ਮਤਲਬ ਖੁਸ਼ੀ, ਜਦੋਂ ਅਥਾਹ ਖੁਸ਼ੀ ਹੋਵੇ ਨਾ ਉਹਨੂੰ ਵਿਆਹ ਦਾ ਨਾਮ ਦੇ ਦਿੱਤਾ ਗਿਆ। ਵੱਖੋ ਵੱਖਰੇ ਧਰਮਾਂ ਦੇ ਵਿੱਚ ਵੱਖੋ ਵੱਖਰੇ ਨਾਵਾਂ ਵਿਆਹ, ਵੱਖੋ ਵੱਖਰੇ ਧਰਮਾਂ ਦੇ ਵਿੱਚ ਵੱਖੋ ਵੱਖਰੇ ਮਤਾਂ ਦੇ ਵਿੱਚ ਇਸ ਘੜੀ ਨੂੰ ਵੱਖੋ ਵੱਖਰੇ ਨਾਵਾਂ ਦੇ ਨਾਲ ਸੰਬੋਧਨ ਕੀਤਾ ਗਿਆ ਹੈ। ਕਿਸੇ ਨੇ ਇਹਨੂੰ ਵਿਆਹ ਆਖਿਆ, ਕਿਸੇ ਨੇ ਇਹਨੂੰ ਨਿਕਾਹ ਆਖਿਆ, ਕਿਸੇ ਨੇ ਇਹਨੂੰ ਮੈਰਜ ਆਖਿਆ, ਕਿਸੇ ਨੇ ਇਹਨੂੰ ਪਾਣੀ ਵਾਰਨੇ ਆਖਿਆ। ਪਰ ਜਦ ਗੁਰੂ ਨਾਨਕ ਦੇ ਘਰ ਦੇ ਵਿੱਚ ਨੌਜਵਾਨ ਬੱਚਾ ਤੇ ਬੱਚੀ ਜਿਹੜੇ ਨਾ ਗ੍ਰਸਤ ਮਾਰਗ ਵਿੱਚ ਪੈਰ ਰੱਖਦੇ ਆ, ਉਹਨੂੰ ਕਿਹਾ ਗਿਆ ਆਨੰਦ ਕਾਰਜ। ਆਨੰਦ ਮਿਲਦਾ ਕਦੋਂ ਹੈ? ਜਦੋਂ ਗੁਰੂ ਦੀ ਹਜ਼ੂਰੀ ਅੰਦਰ ਜਾ ਕੇ ਗੁਰੂ ਫਰਮਾਨ ਕਰਦਾ ਆਨੰਦ ਆਨੰਦ ਸਭ ਕੋ ਕਹੈ ਆਨੰਦ। ਗੁਰੂ ਤੇ ਜਾਣਿਆ ਅੱਜ ਆਪਾਂ ਰੂਹ ਨੂੰ ਆਨੰਦ ਦੇਣ ਵਾਸਤੇ ਗੁਰੂ ਦੀ ਹਜ਼ੂਰੀ ਅੰਦਰ ਆਏ ਆ। ਗੁਰੂ ਕਿਰਪਾ ਕਰੇ ਆਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਨਾ, ਤੇ ਭਾਈ ਗੁਰਦਾਸ ਸਾਹਿਬ ਜੀਆਂ ਨੇ ਰਾਮ ਸਰ ਦੇ ਕਿਨਾਰੇ ਤੇ ਬੈਠ ਕੇ ਉਹਨੂੰ ਕਲਮ ਬੰਦ ਕਰ ਦਿੱਤਾ। ਭਗਤ ਸਾਹਿਬਾਨਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ, ਗੁਰੂ ਸਾਹਿਬ ਦੇ ਨਿਕਟ ਵਰਤੀ ਗੁਰਸਿੱਖਾਂ ਦੀ ਬਾਣੀ ਇੱਕ ਜਗ੍ਹਾ ਇਕੱਤਰ ਕਰਕੇ ਸਤਿਗੁਰਾਂ ਨੇ ਨਾਮ ਦਿੱਤਾ ਪੋਥੀ ਪਰਮੇਸ਼ਰ ਕਾ ਥਾਨ, ਤੇ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੇ ਗਏ। ਪਹਿਲੇ ਹੈੱਡ ਗ੍ਰੰਥੀ ਧੰਨ ਬਾਬਾ ਬੁੱਢਾ ਸਾਹਿਬ ਮੁਨਕਰ ਕੀਤੇ ਗਏ ਤੇ ਬਾਬਾ
ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਬਾਬਾ ਜੀ ਖੋਲੋ ਗ੍ਰੰਥ ਤੇ ਵਾਜਾ ਸੁਣਾਓ ਅਕਾਲ ਪੁਰਖ ਦਾ ਕੀ ਆਇਆ ਹੈ। ਤੇ ਜਦੋਂ ਧੰਨ ਬਾਬਾ ਬੁੱਢਾ ਸਾਹਿਬ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਵਚਨ ਸਰਵਣ ਕੀਤਾ ਤੇ ਬਾਬਾ ਬੁੱਢਾ ਸਾਹਿਬ ਨੇ ਹੁਕਮ ਸਰਵਣ ਕਰਕੇ ਪੋਥੀ ਸਾਹਿਬ ਪ੍ਰਕਾਸ਼ ਕੀਤੇ ਤੇ ਹੁਕਮਨਾਮਾ ਲਿਆ। ਪਹਿਲਾ ਹੁਕਮਨਾਮਾ ਪਤਾ ਸੰਗਤ ਜੀ ਕਿਹੜਾ ਆਇਆ? ਸੂਹੀ ਰਾਗ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਜਦੋਂ ਇਹ ਬਾਣੀ ਉਚਾਰਨ ਕੀਤੀ ਹੋਈ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਰਵਣ ਕਰਵਾਈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਬਾਣੀ ਨੂੰ ਨਮਸਕਾਰ ਕੀਤਾ। ਅੱਜ ਉਹਨਾਂ ਦੇ ਅੱਜ ਆਪਾਂ ਵਿਆਹ ਪੁਰਬ ਤੇ ਇਕੱਤਰ ਹੋਏ ਹਾਂ, ਜਿੱਥੇ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਵਿੱਚ ਇਕੱਤਰ ਹੋਏ ਹਾਂ, ਨਾਲ ਦੀ ਨਾਲ ਆਪਾਂ ਇਤਿਹਾਸ ਦੇ ਉਹਨਾਂ ਪਹਿਲੂਆਂ ਤੋਂ ਵੀ ਜਾਣੂ ਹੋਣਾ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਮੰਨਿਆ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਕਿਉਂਕਿ ਦੁਨੀਆਂ ਦਾ ਕੋਈ ਸ਼ਹੀਦ ਨਹੀਂ ਹੋਇਆ, ਜੇ ਸ਼ਹੀਦ ਹੋਇਆ ਤਾਂ ਉਹਨੂੰ ਫਿਰ ਦੁਨੀਆਂ ਦੇ ਵਿੱਚ ਸਰਤਾਜ ਕਿਉਂ ਨਹੀਂ ਆਖਿਆ ਜਾਂਦਾ? ਜਿੱਥੇ ਅੱਜ ਆਪਾਂ ਜਿਹਦੀ ਜਾਨ ਵਿੱਚ ਜੁੜ ਬੈਠੇ ਹਾਂ ਨਾ, ਇਹਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਆਖਿਆ ਜਾਂਦਾ ਹੈ? ਵਾਰਤਾ ਹੈ ਨਾ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਬਾਤਾਂ ਨੇ, ਜਾਂ ਤਾਂ ਇਹ ਸਿਆਣੇ ਸੰਗ ਸਿਆਣੇ ਸੱਜਣਾਂ ਦੀ ਸੰਗਤ ਤੇ ਜਾਂ ਸੀਨੇ ਬਸੀਨੇ ਤੇ ਜਾਂ ਗੁਰ ਇਤਿਹਾਸ ਬਾਚੀਏ ਤਾਂ ਫਿਰ ਮਿਲਦੀਆਂ ਸਾਨੂੰ। ਮਾਫ਼ ਕਰਨਾ, ਮੈਂ ਇੱਕ ਬਚਨ ਕਹਿ ਜਾਵਾਂ, ਹੈ ਤਾਂ ਥੋੜ੍ਹਾ ਕੌੜਾ ਜਿਹਾ ਬਾਬਾ ਗੁਰਮੁਖ ਸਿਆਂ, ਕਈਆਂ ਨੇ ਗੁੱਸਾ ਵੀ ਕਰ ਲੈਣਾ। ਅੱਜ ਦੀ ਸਾਡੀ ਨੌਜਵਾਨ ਪੀੜ੍ਹੀ, ਜਿਹੜੇ ਬੱਚੇ ਬੱਚੀਆਂ ਨੇ ਨਾ, ਤਾਂ ਜੇ ਇਹਨਾਂ ਨੂੰ ਕਿਤੇ ਇਤਿਹਾਸ ਦੀ ਵਾਰਤਕ ਚਾਰ ਚੈਪਟਰ ਜਾਂ ਚਾਰ ਪੰਨੇ ਪੜ੍ਹਨ ਵਾਸਤੇ ਕਹਿ ਦਈਏ, ਮੌਤ ਪੈ ਜਾਂਦੀ ਹੈ। ਕਿਉਂਕਿ ਜਿਹੜਾ ਇਤਿਹਾਸ ਹੈ ਇਹ ਕੌਮ ਦੀ ਜਿੰਦ ਜਾਨ ਹੋਇਆ ਕਰਦਾ ਹੈ। ਵੀ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਵੇ ਨਾ, ਉਹ ਦੁਨੀਆਂ ਦੇ ਤਖਤੇ ਤੋਂ ਇੱਕ ਦਿਨ ਗਲਤ ਅੱਖਰਾਂ ਵਾਂਗ ਮਿਟੇ ਦਿੱਤੀ ਜਾਂਦੀ। ਜਿਹਦੇ ਕੋਲ ਇਤਿਹਾਸ ਨਹੀਂ, ਉਹ ਕੌਮ ਦਾ ਜਿੰਦ ਜਾਨ ਨਹੀਂ, ਉਹ ਕੌਮ ਸਦਾ ਵਾਸਤੇ ਖਤਮ ਹੋ ਜਾਇਆ ਕਰਦੀ ਹੈ। ਇਤਿਹਾਸ ਬਹੁਤ ਵਡਮੁੱਲਾ ਹੈ ਸਾਡੇ ਵਾਸਤੇ। ਹੁਣ ਯਾਦ ਰੱਖਿਓ, ਦੁਨੀਆਂ ਦਾ ਪਹਿਲਾ ਸ਼ਹੀਦ ਹੋਇਆ ਹੈ ਸ਼ੁਕਰਾਤ। ਇਹਦੇ ਸਾਹਮਣੇ ਕਿਹਾ ਗਿਆ, ਸ਼ੁਕਰਾਤ ਇਸ ਦੁਨੀਆਂ ਤੋਂ ਤੂੰ ਰੁਖਸਤ ਕਰ ਜਾਏਗਾ, ਦੁਨੀਆਂ ਦੇ ਉੱਪਰੋਂ ਚਲੇ ਜਾਵੇਂਗਾ, ਤੈਨੂੰ ਸਜ਼ਾ ਦਿੱਤੀ ਗਈ ਹੈ, ਜ਼ਹਿਰ ਦਾ ਪਿਆਲਾ ਪੀ ਲੈ। ਇਹਦਾ ਕੋਈ ਤੋੜ ਨਹੀਂ, ਕੋਈ ਜਵਾਬ ਨਹੀਂ, ਸਿਰਫ ਜ਼ਹਿਰ ਦਾ ਪਿਆਲਾ ਪੀਣਾ ਤੇ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਣਾ। ਸ਼ੁਕਰਾਤ ਨੇ ਪਿਆਲਾ ਚੱਕਿਆ ਔਰ ਪਿਆਲਾ ਚੱਕ ਕੇ ਆਪਣੇ ਬੁੱਲਾਂ ਨੂੰ, ਆਪਣੇ ਲਵਾਂ ਨੂੰ ਲਾਉਣ ਲੱਗਾ ਤੇ ਇਹਨੇ ਉਸੇ ਵੇਲੇ ਆਪਣੇ ਖੁਦਾ ਨੂੰ ਯਾਦ ਕੀਤਾ, ਆਪਣੇ ਰੱਬ ਨੂੰ ਯਾਦ ਕੀਤਾ। ਕਹਿਣ ਲੱਗਾ ਕਿ ਰੱਬਾ, ਮੈਂ ਤੇਰਾ ਹੁਕਮ ਮੰਨਣ ਵਾਸਤੇ ਤਿਆਰ ਹਾਂ, ਸਮੇਂ ਦੀ ਹਕੂਮਤ ਦਾ ਹੁਕਮ ਮੰਨਣ ਵਾਸਤੇ ਤਿਆਰ ਹਾਂ, ਪਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਮੈਂ ਤਾਂ ਸ਼ਹੀਦ ਹੋ ਜਾਵਾਂਗਾ ਜ਼ਹਿਰ ਦਾ ਪਿਆਲਾ ਪੀ ਕੇ ਨਾ, ਪਰ ਮੇਰੇ ਤੋਂ ਬਾਅਦ ਮੇਰੇ ਚੇਲਿਆਂ ਨੂੰ ਇਹੋ ਜਿਹਾ ਪਰਚਾ ਨਹੀਂ ਪਾਉਣਾ, ਉਹ ਕਦਾਚਿਤ ਪਾਸ ਨਹੀਂ ਹੋ ਸਕਣਗੇ ਜਿਹੜਾ ਅੱਜ ਪਰਚੇ ਚੋਂ ਮੈਂ ਪਾਸ ਹੋ ਸਕਾਂ। ਜ਼ਹਿਰ ਦਾ ਪਿਆਲਾ ਪੀਤਾ, ਮੌਤ ਦੇ ਮੂੰਹ ਵਿੱਚ ਚੱਲਿਆ ਗਿਆ ਤੇ ਇਹਨੂੰ ਮੰਨਣ ਵਾਲੇ ਲੋਕ ਜਿਹੜੇ ਇਹਦੇ ਸੇਵਕ ਸਨ ਉਹਨਾਂ ਨੇ ਇਹਨੂੰ ਸ਼ਹੀਦ ਮੰਨ ਲਿਆ। ਇਹ ਸੀ ਦੁਨੀਆਂ ਦਾ ਪਹਿਲਾ ਸ਼ਹੀਦ। 469 ਸਾਲ ਬਾਅਦ ਦੁਨੀਆਂ ਦਾ ਸ਼ਹੀਦ ਹੋਇਆ ਜਿਹਦਾ ਨਾਮ ਆਇਆ ਹਜ਼ਰਤ ਈਸਾ। ਇਹਨੇ 30 ਸਾਲ ਭੇਡਾਂ ਚਾਰੀਆਂ। ਜਦੋਂ 31ਵੇਂ ਸਾਲ ਦੇ ਵਿੱਚ ਹੋਇਆ ਤੇ ਇਹਨੂੰ ਗਿਆਨ ਹੋ ਗਿਆ ਤੇ ਰੱਬ ਦੇ ਨਾਲ ਇਹਦੀ ਲਿਵ ਲੱਗ ਗਈ 31ਵੇਂ ਸਾਲ ਚ।
ਤਿੰਨ ਸਾਲ ਸੱਚ ਦਾ ਪ੍ਰਚਾਰ ਕੀਤਾ। ਜਦੋਂ ਪ੍ਰਚਾਰ ਕੀਤਾ ਤੇ ਸਮੇਂ ਦੀ ਹਕੂਮਤ ਨੇ ਇਹਨੂੰ ਸੂਲੀ ਤੇ ਚਾੜ ਦਿੱਤਾ। 13 ਚੇਲੇ ਸਨ ਇਹਦੇ। ਜਦੋਂ ਇਹਨੂੰ ਸਲੀਬ ਤੇ ਚਾੜ ਕੇ ਇਹਦੀ ਛਾਤੀ ਦੇ ਵਿੱਚ ਕਿੱਲ ਠੋਕਣ ਲੱਗੇ ਨਾ, ਇਹਨੇ ਵੀ ਉਹੀ ਅਰਦਾਸ ਕੀਤੀ ਕਿ ਐ ਅੱਲਾਹ ਤਾਲਾ, ਐ ਪਰਮੇਸ਼ਰ, ਮੈਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ, ਪਰ ਤੇਰੇ ਚਰਨਾਂ ਵਿੱਚ ਬੇਨਤੀ ਆ ਕਿ ਮੇਰੇ ਚੇਲਿਆਂ ਨੂੰ ਵੀ ਇਹੋ ਜਿਹਾ ਪਰਚਾ ਨਾ ਪਾਈ ਜਿਹੋ ਜਿਹਾ ਅੱਜ ਤੂੰ ਮੇਰੇ ਲਈ ਪਾ ਚੱਲਿਆ। ਇਹ ਤੋਂ ਬਾਅਦ ਇਹਨੂੰ ਮੰਨਣ ਵਾਲਿਆਂ ਨੂੰ ਇਹਦੇ ਚੇਲਿਆਂ ਨੇ ਕਿਸੇ ਨੇ ਸ਼ਹੀਦੀ ਨਹੀਂ ਦਿੱਤੀ। ਇਹ ਦੁਨੀਆਂ ਦਾ ਦੂਸਰਾ ਸ਼ਹੀਦ ਹੋਇਆ ਜਿਹਦਾ ਨਾਂ ਹਜ਼ਰਤ ਈਸਾ ਕਰਕੇ ਆਇਆ। 200 ਸਾਲ ਫਿਰ ਬੀਤ ਗਿਆ। 200 ਸਾਲ ਬੀਤਣ ਤੋਂ ਉਪਰੰਤ ਦੁਨੀਆਂ ਦਾ ਤੀਸਰਾ ਸ਼ਹੀਦ ਦੁਨੀਆਂ ਦੇ ਉੱਪਰ ਪੈਦਾ ਹੋਇਆ ਜਿਹਦਾ ਨਾਂ ਆਇਆ ਹਸੈਨ। ਇਹ ਹਜ਼ਰਤ ਸਾਹਿਬ ਦੇ ਭਾਣਜੇ ਸਨ। ਔਰ ਜਦੋਂ ਇਹਨੂੰ ਸਜ਼ਾ ਦਿੱਤੀ ਗਈ, ਇਹਨੇ ਵੀ ਇਹ ਕੁਝ ਕਿਹਾ ਕਿ ਜਦੋਂ ਮੈਂ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਲੱਗਾ, ਕਰਬਲਾ ਇੱਕ ਦਰਿਆ ਸੀ, ਉਹ ਸੁੱਕਾ ਹੋਇਆ ਸੀ, ਜਿਸ ਕਰਬਲਾ ਦੇ ਮੈਦਾਨ ਦੇ ਵਿੱਚ ਇਹਨੂੰ ਸਜ਼ਾ ਦਿੱਤੀ ਗਈ, ਇਹ ਵੀ ਕਹਿੰਦਾ ਐ ਅੱਲਾਹ ਤਾਲਾ, ਤੇਰੇ ਚਰਨਾਂ ਵਿੱਚ ਬੇਨਤੀ ਹਾ, ਮੈਂ ਤਾਂ ਮਰ ਜਾਵਾਂਗਾ, ਸ਼ਹੀਦ ਹੋ ਜਾਵਾਂਗਾ, ਪਰ ਮੇਰੇ ਚੇਲਿਆਂ ਨੂੰ ਕੋਈ ਪਰਚਾ ਨਾ ਪਵੇ ਇਹੋ ਜਿਹਾ, ਕਿਉਂਕਿ ਉਹ ਵੀ ਸ਼ਹੀਦੀ ਪ੍ਰਾਪਤ ਨਹੀਂ ਕਰ ਸਕਣਗੇ ਤੇ ਮੇਰੇ ਧਰਮ ਨੂੰ, ਮੇਰੇ ਮਤ ਨੂੰ ਕਲੰਕ ਲੱਗ ਜਾਵੇਗਾ। ਦੁਨੀਆਂ ਦਾ ਤੀਸਰਾ ਸ਼ਹੀਦ ਇਹ ਹੋਇਆ। ਦੁਨੀਆਂ ਦਾ ਚੌਥਾ ਸ਼ਹੀਦ ਹੋਇਆ ਮਨਸੂਰ, ਜਿਹੜੇ ਨੂੰ ਸੂਲੀ ਤੇ ਚਾੜ ਦਿੱਤਾ ਗਿਆ। ਸੂਲੀ ਕੀ ਹੁੰਦੀ ਹੈ? ਜਿੱਦਾਂ ਇਨਸਾਨ ਦਾ ਆਪਣਾ ਕੱਦ ਹੋਵੇ ਨਾ, ਚਾਹੇ ਉਹ 6 ਫੁੱਟ ਹੈ, 6.25 ਫੁੱਟ ਹੈ, ਇਹਦੇ ਕੱਦ ਦੇ ਨਾਲੋਂ ਦੁੱਗਣਾ ਇੱਕ ਸੂਹਾ ਬਣਾਇਆ ਜਾਂਦਾ ਹੈ, ਜਿਹੜਾ ਥੱਲਿਓਂ ਚੌੜਾ ਹੁੰਦਾ ਹੈ, ਜਿਹੜੀ ਇਹਦੀ ਨੋਕ ਹੁੰਦੀ ਹੈ, ਇਹਦੀ ਨੁੱਕਰ ਹੋਇਆ ਕਰਦੀ ਹੈ, ਉਹ ਬਾਲ ਤੋਂ ਵੀ ਬਰੀਕ ਹੋਇਆ ਕਰਦੀ ਹੈ। ਸੂਲੀ ਤੇ ਚੜ੍ਹਨ ਵਾਲੇ ਨੂੰ ਚੱਕ ਕੇ ਉਹਦੇ ਉੱਪਰ ਬਿਠਾਲ ਦਿੱਤਾ ਜਾਂਦਾ, ਉਹ ਹੌਲੀ ਹੌਲੀ ਸਰੀਰ ਵਿੱਚ ਧੱਸਦਾ ਧੱਸਦਾ ਤੇ ਇੱਥੋਂ ਸਿਰ ਵਿੱਚ ਦੀ ਬਾਹਰ ਨਿਕਲ ਆਉਂਦਾ, ਉਹਨੂੰ ਕਹਿੰਦੇ ਨੇ ਸੂਲੀ। ਇਹ ਮਨਸੂਰ ਨੂੰ ਸਜ਼ਾ ਦਿੱਤੀ ਗਈ। ਇਹ ਦੁਨੀਆਂ ਦਾ ਚੌਥਾ ਸ਼ਹੀਦ ਸੀ ਜਿਹਨੇ ਵੀ ਅੱਲਾਹ ਤਾਲਾ ਦੇ ਚਰਨਾਂ 'ਚ ਬੇਨਤੀ ਕੀਤੀ, ਕਿਰਪਾ ਕਰੀ ਅੱਲਾਹ ਤਾਲਾ, ਮੇਰੀ ਬੇਨਤੀ ਆ ਕਿ ਮੇਰੇ ਤੋਂ ਬਾਅਦ ਮੇਰੇ ਚੇਲਿਆਂ ਨੂੰ ਪਰਚਾ ਨਾ ਪਾਈ, ਉਹ ਸ਼ਹੀਦ ਨਹੀਂ ਹੋ ਸਕਣਗੇ। ਹੁਣ ਦੁਨੀਆਂ ਦਾ ਪੰਜਵਾਂ ਸ਼ਹੀਦ, ਸਿੱਖਾਂ ਦਾ ਪੰਜਵਾਂ ਗੁਰੂ, ਜਿਹਦੀ ਵਾਰੀ ਆਉਂਦੀ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਦੁਨੀਆਂ ਦੇ 4 ਸ਼ਹੀਦ ਪਹਿਲਾਂ ਹੋਏ, ਉਹਨਾਂ ਦੇ ਸਾਹਮਣੇ ਇੱਕੋ ਹੀ ਰਸਤਾ ਸੀ ਕਿ ਮੌਤ ਦਿਸਦੀ ਆ ਕਿ ਮੌਤ ਦੇ ਮੂੰਹ ਵਿੱਚ ਜਾਣਾ, ਦੂਸਰਾ ਕੋਈ ਰਸਤਾ ਨਹੀਂ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸੱਚ ਬੋਲਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਕਿ ਆਦ ਸੱਚ, ਜੋ ਆਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚਾ। ਸੱਚ ਤੇ ਪੈਰਾ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਸਮੇਂ ਦੀ ਹਕੂਮਤ ਨੇ ਕਿਹਾ ਕਿ ਇਹ ਅਰਜਨ ਦੇਵ ਜਾਂ ਦੀਨ ਕਬੂਲਾ ਜਾਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾ। ਹੁਣ ਇੱਥੇ ਇੱਕ ਰਸਤਾ ਸੀ ਵੀ ਜਾਂ ਤਾਂ ਦੀਨ ਕਬੂਲ ਲੈਂਦੇ, ਇਸਲਾਮ ਮਤ ਵਿੱਚ ਚਲ ਜਾਂਦੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਹਜ਼ਰਤ ਈਸਾ ਦੀ ਉਸਤਤ ਦੇ ਵਿੱਚ 4 ਸ਼ਤਰਾਂ ਲਿਖ ਦਿੰਦੇ ਤਾਂ ਬਚ ਸਕਦੇ ਸਨ, ਨਹੀਂ ਤਾਂ ਤਵੀ ਤੇ ਬਿਠਾਲ ਕੇ ਸ਼ਹੀਦ ਕਰ ਦੇਣਾ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ 33 ਤਵੀ ਤੇ ਬੈਠ ਕੇ ਸ਼ਹੀਦ ਤਾਂ ਹੋ ਜਾਵਾਂਗਾ, ਪਰ
ਉਸ ਅਕਾਲ ਪੁਰਖ ਦਾ ਅਲਾਹੀ ਹੁਕਮ ਨੂੰ ਮੈਂ ਕਦੀ ਭੰਨ ਨਹੀਂ ਸਕਦਾ, ਕਿਉਂਕਿ ਪਾਤਸ਼ਾਹ ਦਾ ਹੁਕਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਬਾਣੀ ਪ੍ਰਵਾਨ ਕਰਦੀ ਹੈ, ਨਾ ਘਾਟ ਹੈ ਨਾ ਵਾਧ ਹੈ ਨਾ ਵਾਧ ਘਾਟ ਹੋਤ ਹੈ। ਇਹ ਨਾ ਘੱਟ ਹੈ ਨਾ ਵੱਧ ਹੈ, ਨਾ ਵੱਧ ਕੀਤੀ ਜਾ ਸਕਦੀ ਨਾ ਘੱਟ ਹੋ ਸਕਦੀ। ਇਸਲਾਮ ਨਹੀਂ ਕਬੂਲਿਆ, ਦੀਨ ਨਹੀਂ ਮੰਨੀ ਤੇ ਮਰਨ ਵਾਸਤੇ ਸ਼ਹੀਦ ਹੋਣ ਵਾਸਤੇ ਤਿਆਰ ਹੋ ਗਏ, ਤੇ ਬਸ ਇਹੀ ਫਰਕ ਹੈ ਦੁਨੀਆਂ ਦੇ ਚਾਰ ਸ਼ਹੀਦਾਂ ਵਿੱਚ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵਿੱਚ, ਜਿਨ੍ਹਾਂ ਨੇ ਸ਼ਹੀਦ ਹੋਣਾ ਤਾਂ ਪ੍ਰਵਾਨ ਕਰ ਲਿਆ, ਜੇ ਈਨ ਮੰਨ ਲੈਂਦੇ ਤਾਂ ਬਚ ਸਕਦੇ ਸਨ, ਪਰ ਕਹਿੰਦੇ ਕਿ ਨਹੀਂ। ਇਸ ਕਰਕੇ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਬਾਕੀ ਚਾਰ ਸ਼ਹੀਦਾਂ ਨੇ ਅਰਦਾਸ ਕੀਤੀ ਅੱਲਾਹ ਤਾਲਾ ਦੇ ਚਰਨਾਂ ਦੇ ਵਿੱਚ ਕਿ ਸਾਨੂੰ ਸਾਡੇ ਤੋਂ ਬਾਅਦ ਚੇਲਿਆਂ ਨੂੰ ਇਹੋ ਜਿਹੀ ਮੌਤ ਨਾ ਆਵੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਜਿਹੋ ਜਿਹਾ ਪਰਚੇ ਵਿੱਚੋਂ ਮੈਂ ਲੰਘਣ ਲੱਗਾ ਨਾ, ਅਕਾਲ ਪੁਰਖ ਪਰਮਾਤਮਾ ਮੇਰੇ ਤੋਂ ਬਾਅਦ ਮੇਰੇ ਸਿੱਖ ਅਣਗਿਣਤਾਂ ਸ਼ਹੀਦ ਹੋਣਗੇ। ਅੱਜ ਵੀ ਕੌਮ ਦੇ ਵਿੱਚ ਜਦੋਂ ਕੌਮ ਦੇ ਉੱਤਰ ਕੋਈ ਵਿਪਤਾ ਪੈਂਦੀ ਹੈ ਤੇ ਛਾਲ ਮਾਰ ਕੇ ਸਿੱਖ ਉੱਠਦਾ ਹੈ, ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾ ਲੈਂਦਾ ਹੈ, ਤਾਂ ਜੇਕਰ ਕੋਈ ਪਾਪੀ ਜੁਰਮਾਨਾ ਹਰਿਮੰਦਰ ਸਾਹਿਬ ਤੇ ਚੜ ਕੇ ਆਉਂਦਾ ਹੈ ਨਾ, ਤੇ ਉਹਦੇ ਨਾਲ ਮੱਥਾ ਲਾ ਕੇ ਨਾ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਂਦਾ। ਇਹ ਦੁਨੀਆਂ ਦੇ ਲੋਕੋ ਇੱਕ ਗੱਲ ਯਾਦ ਰੱਖਿਓ, ਜਦੋਂ ਗੁਰੂ ਨਾਨਕ ਦੇ ਘਰ ਆਉਂਦੇ ਹੁੰਦੇ ਹੋ ਨਾ, ਇੱਥੇ ਮੱਥਾ ਟੇਕਣ ਵਾਸਤੇ ਆਇਆ ਕਰੋ, ਕਦੀ ਮੱਥਾ ਲਾਉਣ ਵਾਸਤੇ ਨਾ ਆਇਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾਉਣ ਵਾਸਤੇ ਆਇਆ ਉਹਦਾ ਮੱਥਾ ਪਾੜ ਜਾਇਆ ਕਰਦਾ ਹੈ, ਜਿਹੜਾ ਗੁਰੂ ਨਾਨਕ ਦੇ ਘਰ ਮੱਥਾ ਟੇਕਣ ਵਾਸਤੇ ਆਉਂਦਾ ਹੈ ਉਹਦੇ ਸੀਸ ਤੇ ਛਤਰ ਚੱਲਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਹੋਈ ਆ ਸ਼ਹਾਦਤ, ਔਰ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੋਏ ਨੇ, ਔਰ ਅਕਾਲ ਤਖਤ ਸਾਹਿਬ ਦੀ ਸਾਜਨਾ ਕਰਕੇ ਗੁਰੂ ਨਾਨਕ ਨਾਮ ਨੇ ਵਾਸਿਕ ਸੰਗਤਾਂ ਦੇ ਨਾਮ ਇੱਕ ਹੁਕਮਨਾਮਾ ਜਾਰੀ ਕੀਤਾ। ਢਾਡੀ ਜਥਾ ਬੇਨਤੀ
ਸਰਕਾਰਾਂ ਜ਼ਾਬਰ ਨੂੰ ਲਲਕਾ ਦਿਓ, ਹੈ ਜੋ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹੱਥਿਆ ਦਿਓ, ਹੈ ਜੋ ਭੇਟਾ ਦੇਣੀ ਅੱਜ ਤੋਂ ਭੇਟਾ ਵਿੱਚ ਹੱਥਿਆ ਦਿਓ। Thank you.
ਬਹੁਤ ਸਾਰੀਆਂ ਸਿੱਖ ਸੰਗਤਾਂ ਵੱਲੋਂ ਸਤਿਕਾਰਯੋਗ ਗੁਰੂ ਸਾਹਿਬ ਦੇ ਬਾਜੀ ਸਾਹਿਬਾਨ ਬਾਬਾ ਜੀ ਬਾਬਾ ਗੁਰਮੁਖ ਸਿੰਘ ਜੀ ਹੋਣੀ, ਜਿਹਨਾਂ ਨਾਲ ਨਿਊ ਵੀ ਆ, ਛੋਟੇ ਭਾਈਆਂ ਵਾਲਾ ਵੀ, ਪਰ ਜਦੋਂ ਗੁਰੂ ਜੀ ਦੇ ਹਜ਼ੂਰੀ ਅੰਦਰ ਬੈਠੇ ਹੁੰਦੇ ਨੇ ਮੈਂ ਇਹਨਾਂ ਦਾ ਸਤਿਕਾਰ ਤਾਂ ਕਰਦਾ, ਕਿਉਂਕਿ ਬਾਬਾ ਬੁੱਢਾ ਜੀ ਦੀ ਅੰਸਮਸ ਦੇ ਬਾਅਦ ਸਮੁੱਚੀ ਪ੍ਰਬੰਧਕ ਕਮੇਟੀ ਸਤਿਕਾਰਤਾਯੋਗ ਭਾਈ ਸਾਹਿਬ ਭਾਈ ਗੁਰਚੇਤਨ ਸਿੰਘ ਜੀ ਡਾਲੀ ਤੋਂ, ਭਾਈ ਗੁਰਪਾਲ ਸਿੰਘ ਜੀ, ਸਤਿਕਾਰਯੋਗ ਵੀਰ ਡਾਕਟਰ ਗੁਰਚਰਨਜੀਤ ਸਿੰਘ ਜੀ, ਭਾਈ ਸੰਦੀਪ ਸਿੰਘ ਜੀ, ਹੋਰ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਔਰ ਗੁਰਜੀਤ ਸਿੰਘ ਜੀ ਧਾਰੀਵਾਲ ਸਿੰਘ, ਉਹਨਾਂ ਵੱਲੋਂ ਬੜਾ ਅਦਬ ਆਇਆ। ਔਰ ਮੇਰੇ ਸਤਿਕਾਰਤਾਯੋਗ ਬੜੇ ਪਿਆਰ ਵਾਲੀ ਰੂਹ ਹੈ ਗਹੀਰਾਂ ਤੋਂ, ਅਸੀਂ ਇਹਨਾਂ ਨੂੰ ਖਾਸ ਕਰਕੇ ਗਹੀਰ ਸਾਹਿਬ ਹੀ ਕਹਿੰਦੇ ਹਾਂ, ਜਿਹੜੇ ਮਾਲੜੀ ਸਾਹਿਬ ਵਿਖੇ ਸੇਵਾ ਕਰਦੇ ਨੇ। ਉਹਨਾਂ ਵੱਲੋਂ ਸਪੈਸ਼ਲ ਤੌਰ 'ਤੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਮੇਰੇ ਸੱਜੇ ਪਾਸੇ ਢੜ ਤੇ ਸੇਵਾ ਕਰਦੇ ਨੇ, 100 ਦਮੜਾ ਉਹਨਾਂ ਨੂੰ ਸਪੈਸ਼ਲ ਇਨਾਮ ਦੇ ਕੇ ਗਏ ਨੇ, ਧੰਨਵਾਦ ਕਰਦਾ ਹਾਂ। ਬਹੁਤ ਸਾਰੇ ਮੇਰੇ ਜਾਣਕਾਰ ਜਿਨ੍ਹਾਂ ਨਾਲ ਮੇਰਾ ਦਿਲੀ ਨਿਉ ਹੈ, ਗੁਰੂ ਨੇ ਕਿਰਪਾ ਕੀਤੀ ਇਸ ਦਰ ਦੇ ਉੱਪਰ ਝਾੜੂ ਫੜਾ ਕੇ 8-9 ਸਾਲ ਸੇਵਾ ਲਈ ਹੈ, ਕਿਉਂਕਿ ਮੇਰੇ ਸਾਰੇ ਪਿਆਰ ਵਾਲੇ ਜਿੰਨੇ ਤੁਸੀਂ ਬੈਠੇ ਹੋ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ, ਬੜਾ ਆਸ਼ੀਰਵਾਦ, ਬਹੁਤ ਮਾਣ ਬਖਸ਼ਿਸ਼ ਕੀਤਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਦਾ ਆਪ ਜੀਆਂ ਦਾ ਪਿਆਰ ਗੁਰੂ ਨਾਲ ਬਣਿਆ ਰਹੇ, ਅਤੇ ਜਿਹੜਾ ਗੁਰੂ ਨੇ ਤੁਹਾਡੇ ਸਿਰ 'ਤੇ ਹੱਥ ਰੱਖਿਆ ਅਤੇ ਉਹੀ ਹੱਥ ਤੁਸੀਂ ਮੇਰੇ ਸਿਰ 'ਤੇ ਰੱਖ ਦਿਓ, ਤਾਂ ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਚਰਨ ਪਰਸਨ ਦੀ ਜਾਚ ਬਲ ਬੁੱਧੀ ਉੱਦਮ ਚਾਓ ਆ ਜਾਵੇ। ਆਓ ਮੈਂ ਬੇਨਤੀ ਕਰ ਰਿਹਾ ਸਾਂ, ਹੁਣ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਣੇ ਨੇ, ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਸਿੱਖੋ, ਜਦੋਂ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਣਾ ਨਾ, ਸੋਹਣੇ ਸ਼ਾਸਤਰ, ਸੋਹਣੇ ਵਾਸਤਰ ਔਰ ਚੰਗੀ ਨਸਲ ਦੇ ਘੋੜੇ ਲੈ ਕੇ ਆਉਣਾ। ਸੰਗਤਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ, ਕਿਉਂਕਿ ਸਿੱਖੀ ਹੈ ਕੀ ਹੈ, ਸਿੱਖੀ ਦੀ ਪਰਿਭਾਸ਼ਾ ਕੀ ਹੈ, ਸਿੱਖੀ ਦੀ ਡੈਫੀਨੇਸ਼ਨ ਕੀ ਹੈ, ਇਹ ਪਹਿਲਾਂ ਸਾਨੂੰ ਸਮਝਣਾ ਪਵੇਗਾ, ਫਿਰ ਪਤਾ ਲੱਗੇਗਾ ਅਸੀਂ ਸਿੱਖ ਹੁੰਦੇ ਕੌਣ ਹੈ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੱਸਣਾ ਕਰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਨ ਆਪਣੇ ਗੁਰੂ ਦਾ ਹੁਕਮ ਮੰਨ ਲਿਆ ਨਾ, ਉਹ ਸਮਝ ਗੁਰੂ ਦਾ ਸਿੱਖ ਬਣ ਗਿਆ, ਤੇ ਗੁਰੂ ਨੇ ਰਹਿਮਤ ਕਰਕੇ ਨਾ ਉਹਦੇ ਸਿਰ ਤੇ ਛਤਰ ਚਲਾ ਦਿੱਤਾ। ਇਹ ਮੇਰਾ ਮੂੰਹ ਕਿੱਡਾ ਵਿਆਹ, ਪਰ ਮੰਨ ਕਰਕੇ ਆਉਣਾ ਪਵੇਗਾ, ਤਨ ਕਰਕੇ ਆਇਆ, ਇੱਥੇ ਹਾਜ਼ਰੀ ਪ੍ਰਵਾਨ ਨਹੀਂ ਹੋਣੀ। ਹੁੰਦੀ ਕਿੱਦਾਂ ਹੈ, ਹੁਣ ਤਾਂ ਆਪਾਂ ਕਈਆਂ ਨੇ ਰਲਾਵੇਂ ਦੇ ਨੇ, ਕਈ ਬੀਬੀਆਂ ਤਾਂ ਫੋਨ ਲਾ ਕੇ ਗੱਲ ਹੀ ਕਰੀ ਜਾਂਦੀਆਂ, ਭਾਈਆਂ ਦਾ ਮਨ ਕਿਸੇ ਹੋਰ ਪਾਸੇ ਉੜਿਆ ਫਿਰਦਾ, ਕਿਵੇਂ ਆਉਣਾ ਹੈ। ਆਓ ਇਹ ਬਾਬੇ ਤੋਂ ਪੁੱਛਦੇ ਆਪਾਂ, ਇਹ ਫੋਨਾਂ ਫਾਨਾਂ ਤੋਂ ਨਹੀਂ ਮਿਲਣਾ ਕੁਛ ਵੀ, ਮਿਲਣਾ ਕਹਿੰਦਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੱਸਣਾ ਕਰਦੇ ਨੇ, ਮਨ ਵੇਚੈ ਸਤਿਗੁਰ ਕੇ ਪਾਸ। ਸਿੱਖਾ ਜਦੋਂ ਤੂੰ ਆਇਆ ਨਾ, ਮਨ ਤੈਨੂੰ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨਾ ਪਵੇਗਾ, ਆਪਣੀ ਮਤ ਛੱਡਣੀ ਪਵੇਗੀ, ਫਿਰ ਕੀ ਹੋਵੇਗਾ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਵੋ ਡੁੱਬੇ ਸਿਆਣੇ। ਜਿੰਨਾ ਚਿਰ ਗੁਰੂ ਦਾ ਹੁਕਮ ਗ੍ਰਹਿਣ ਨਹੀਂ ਕਰਦੇ ਨਾ, ਉਹਨਾਂ ਚਿਰ ਗੁਰੂ ਦੀਆਂ ਖੁਸ਼ੀਆਂ ਨਹੀਂ ਲੈ ਸਕਦੇ, ਤਾਂ ਫਿਰ ਅਲਾਮਾ ਗੁਰੂ ਨੂੰ ਦੇ ਦੇਣਾ, ਅਲਾਮਾ ਗ੍ਰੰਥੀ ਨੂੰ ਵੀ ਦੇ ਦੇਣਾ। ਬਾਬਾ ਤੈਨੂੰ ਅਰਦਾਸ ਭੇਟਾ ਵੀ ਦਿੱਤੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੇਰੇ ਵਿਆਹ ਪੁਰਬ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਾਜ਼ਰੀ ਵੀ ਭਰੀ, ਆਣ ਕੇ ਅਰਦਾਸਾਂ ਵੀ ਕੀਤੀਆਂ, ਪਤਾ ਨਹੀਂ ਕੀ ਹੋਇਆ, ਆ ਮੁੰਡਾ ਕਹਿਣੇ ਤੋਂ ਬਾਹਰ ਹੋ ਗਿਆ, ਤੇਰੀ ਪਤਾ ਨਹੀਂ ਆਖੇ ਨਹੀਂ ਲੱਗਦੀ, ਦੁੱਖ ਆ ਗਿਆ ਸਰੀਰ ਨੂੰ, ਪਤਾ ਨਹੀਂ ਇਲਾਜ ਵੀ ਕਰਾਇਆ, ਆਰਾਮ ਨਹੀਂ ਹੁੰਦਾ, ਆਰਾਮ ਸੁਭਾਅ ਹੋਣਾ, ਜਦ ਗੁਰੂ ਦੀ ਗੱਲ ਹੀ ਨਹੀਂ ਮੰਨਣੀ, ਗੁਰੂ ਕਹਿੰਦਾ ਕੀ ਹੈ। ਸਿੱਖਾ
ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਤਾਂ ਪਹਿਲਾਂ ਗੁਰੂ ਦਾ ਹੁਕਮ ਵਜਾਉਣਾ ਪਵੇਗਾ ਤੈਨੂੰ। ਸਤਿਗੁਰੂ ਕੀ ਕਹਿੰਦੇ ਨੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਏ, ਤੈਨੂੰ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਔਰ ਇੱਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਹੁਕਮ ਕੀਤਾ, ਸਿੱਖਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ, ਚੰਗੇ ਨਸਲ ਦੇ ਘੋੜੇ, ਚੰਗੇ ਵਸਤਰ, ਸੋਹਣੇ ਸ਼ਾਸਤਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਪਣ ਕਰ ਲੱਗੇ। ਪਸ਼ੌਰ ਦੀ ਸੰਗਤ ਆਈ, ਘੋੜੇ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ। ਜਦੋਂ ਇਹ ਲਾਹੌਰ ਪਹੁੰਚੇ ਹੈ, ਪਾਤਸ਼ਾਹ ਸ਼ਾਹ ਜਹਾਨ ਦੇ ਸਿਪਾਹੀਆਂ ਨੇ ਇਹ ਦੋਨੇ ਘੋੜੇ ਖੋਲ੍ਹੇ ਹੈ। ਜਦੋਂ ਘੋੜੇ ਖੋਲ੍ਹੇ ਨਾ ਤੇ ਸੰਗਤ ਬੜੀ ਮਾਯੂਸ ਹੋਈ, ਹੁਣ ਤੁਸੀਂ ਘਰ ਤੋਂ ਤੁਲ ਕੇ ਆਇਓ, ਭੇਟਾ ਲੈ ਕੇ ਆਇਓ ਵੀ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨੀ। ਕਈਆਂ ਦੇ ਮਨ ਦੀ ਭਾਵਨਾ ਹੁੰਦੀ ਆ ਕਿ ਸੋਹਣੇ ਸੋਹਣੇ ਫੁੱਲ ਆ ਜਿਹੜੇ ਨਾ ਗੁਰੂ ਦੇ ਚਰਨਾਂ 'ਚ ਅਰਪਣ ਕਰੀਏ ਕਿ ਗੁਰੂ ਖੁਸ਼ ਹੋਵੇਗਾ। ਅਤੇ ਕਈਆਂ ਦੇ ਮਨ ਦੇ ਵਿਚਾਰ ਹੁੰਦੇ ਕਿ ਗੁਰੂ ਕੇ ਲੰਗਰ ਵਾਸਤੇ ਆਟਾ ਹੀ ਲੈ ਜਾਈਏ, ਕਈਆਂ ਦੇ ਵਿਚਾਰ ਹੁੰਦੇ ਕਿ ਫਲ ਫਰੂਟ ਹੀ ਲੈ ਜਾਈਏ, ਤੇ ਕਈ ਮਠਿਆਈਆਂ ਲੈ ਕੇ ਆਉਂਦੇ ਆ। ਜਦੋਂ ਕੋਈ ਰਸਤੇ ਵਿੱਚ ਇਹੋ ਜਿਹਾ ਭਾਣਾ ਵਰਤ ਜਾਵੇ ਜਿਹੜੀਆਂ ਤੁਸੀਂ ਗੁਰੂ ਵਾਸਤੇ ਵਡਿਆਈਆਂ, ਗੁਰੂ ਵਾਸਤੇ ਖੁਸ਼ੀਆਂ ਲੈ ਕੇ, ਭਾਵ ਕੇ ਪਦਾਰਥ ਲੈ ਕੇ ਆ ਰਹੇ ਹੋ ਕੋਈ ਖੋਲ ਵੇ ਰਸਤੇ ਵਿੱਚ, ਤੇ ਕਿੰਨਾ ਮਨ ਨੂੰ ਦੁੱਖ ਲੱਗਦਾ, ਲੱਗਦਾ ਨਾ ਲੱਗਦਾ ਵੀ ਮੈਂ ਤਾਂ ਆਪਣੇ ਗੁਰੂ ਦੇ ਚਰਨਾਂ 'ਚ ਭੇਟਾ ਕਰਨੀ ਸੀ, ਇਹ ਤਾਂ ਰਸਤੇ ਵਿੱਚ ਖੋਈਆਂ ਗਈਆਂ ਨੇ। ਫਿਰ ਸਿੱਖ ਦੁਖੀ ਹੁੰਦਾ ਤੇ ਆਣ ਕੇ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਦਾ, ਕਿਉਂਕਿ ਉਹਦੇ ਵਿੱਚ ਉਹਦਾ ਕਸੂਰ ਨਹੀਂ ਹੁੰਦਾ। ਹੁਣ ਸੰਗਤ ਆਈ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ, ਪਰ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਹੀਂ, ਇਹ ਭਾਈ ਰੂਪੇ ਮਾਲਵੇ ਦੀ ਧਰਤੀ ਤੇ ਗਏ ਹੋਏ ਨੇ। ਇਹ ਜਿਹੜੀ ਜਥੇ ਦੀ ਅਗਵਾਈ ਕਰ ਰਿਹਾ ਹੈ ਇਹ ਸੇਠ ਕਰੋੜੀ ਮਨ ਹੈ। ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਪਤਾ ਲੱਗਿਆ ਕਿ ਗੁਰੂ ਸਾਹਿਬ ਹੈ ਨਹੀਂ ਗਏ, ਇਹ ਭਾਈ ਰੂਪੇ ਚਲ ਗਿਆ। ਭਾਈ ਰੂਪੇ ਜਾ ਕੇ ਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਗੁਰੂ ਨੇ ਪੁੱਛਣਾ ਕੀਤਾ ਕਿ ਸਿੱਖੋ, ਰਸਤੇ ਵਿੱਚ ਆਉਂਦਿਆਂ ਕੋਈ ਤਕਲੀਫ ਤਾਂ ਨਹੀਂ ਹੋਈ? ਕਿਉਂਕਿ ਗੁਰੂ ਦੇ ਜਿਹੜਾ ਸਿੱਖ ਦਾ ਪਿਆਰ ਆ, ਇਹ ਬੱਚਿਆਂ ਵਾਂਗ ਆਪਣੇ ਸਿੱਖਾਂ ਨੂੰ ਪਾਲਦਾ ਹੈ। ਹੁਣ ਜਦ ਗੁਰੂ ਨੇ ਪੁੱਛਿਆ ਕਿ ਸਿੱਖੋ, ਘਰ ਤੋਂ ਚੱਲ ਕੇ ਆਏ, ਰਸਤੇ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਈ, ਕੋਈ ਤਕਲੀਫ ਤਾਂ ਨਹੀਂ ਹੋਈ? ਹੁਣ ਸੇਠ ਕਰੋੜੀ ਮਨ ਜ਼ੋਰੋ ਜ਼ਾਰੋ ਜ਼ੋਰ ਰੋਣ ਲੱਗ ਪਿਆ, ਗੁਰੂ ਦੇ ਚਰਨਾਂ 'ਤੇ ਢਹਿ ਕੇ ਕਹਿਣ ਲੱਗਾ ਕਿ ਪਾਤਸ਼ਾਹ, ਮੈਂ ਆਪ ਵਾਸਤੇ ਭੇਟਾਵਾਂ ਲੈ ਕੇ ਆਇਆ ਸਾਂ, ਦੋ ਘੋੜੇ ਸਨ, ਜਦੋਂ ਲਾਹੌਰ ਪਹੁੰਚਿਆ ਪਾਤਸ਼ਾਹ ਸ਼ਾਹਜਹਾਂ ਦੇ ਸਿਪਾਹੀਆਂ ਨੇ ਖੋਲ੍ਹੇ, ਮੇਰੇ ਹਿਰਦੇ ਨੂੰ ਸੱਟ ਪਹੁੰਚੀ ਆ, ਕਿਰਪਾ ਕਰੋ ਤੁਸੀਂ, ਉਹ ਭੇਟਾ ਪ੍ਰਵਾਨ ਕਰਨੀ ਸੀ, ਮੈਂ ਚੜ੍ਹਾ ਨਹੀਂ ਸਕਿਆ ਤੇਰੇ ਚਰਨਾਂ 'ਚ। ਹੁਣ ਗੁਰੂ ਕਹਿੰਦਾ ਕਿ ਸਿੱਖਾ, ਤੂੰ ਮਨ ਕਰਕੇ ਲੈ ਕੇ ਆਇਆ ਸੀ ਨਾ, ਤੇਰੀ ਭੇਟਾ ਪ੍ਰਵਾਨ ਹੈ। ਤੇ ਇਹ ਕਹਿਣ ਲੱਗਾ ਕਿ ਪਾਤਸ਼ਾਹ, ਨਹੀਂ, ਮੇਰਾ ਮਨ ਕਰਦਾ ਹੈ ਵੀ ਜਿਹੜੇ ਪਾਪੀ ਨੇ, ਜਿਹੜੇ ਜਰਵਾਣੇ ਨੇ, ਉਹ ਘੋੜੇ ਖੋਏ ਨੇ ਨਾ, ਉਹਦੇ ਕੋਲੋਂ ਲਿਆ ਕੇ ਤੇਰੇ ਤਵੇਲੇ ਵਿੱਚ ਹੋਣਾ, ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ। ਜਦੋਂ ਇਹ ਵਚਨ ਕੀਤਾ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਸਿੱਖੋ, ਕਿਹੜਾ ਸੇਵਾ ਲੁੱਟਣੀ ਚਾਹੁੰਦਾ ਹੈ ਵੀ ਬਾਦਸ਼ਾਹ ਜਹਾਂ ਸ਼ਾਹਜਹਾਂ ਦੇ ਤਵੇਲੇ 'ਚੋਂ ਘੋੜੇ ਲੈ ਕੇ ਆਉਣੇ ਆ? ਹੁਣ ਸਾਰੀ ਸੰਗਤ ਬੈਠੀ ਹੈ, ਤਾਂ ਜਿਹੜਾ ਗੁਰੂ ਤੋਂ ਪ੍ਰਾਣ ਨਿਸ਼ਾਵਰ ਕਰਨ ਵਾਲਾ ਹੈ, ਬਾਬਾ ਬਿਧੀ ਚੰਦ ਸਾਹਿਬ ਉੱਠੇ ਹੈ, ਗਲ ਵਿੱਚ ਪਾ ਕੇ ਪੱਲਾ ਕਹਿਣ ਲੱਗੇ ਕਿ ਪਾਤਸ਼ਾਹ ਰਹਿਮਤ ਕਰ, ਦਾਸ ਇਹ ਸੇਵਾ ਕਰਨੀ ਚਾਹੁੰਦਾ, ਪਰ ਇੱਕ ਕਿਰਪਾ ਕਰਿਓ, ਸੇਵਾ ਮੈਂ ਕਰਾਂਗਾ, ਤੇਰਾ ਮਿਹਰ ਭਰਿਆ ਹੱਥ ਮੇਰੇ ਸਿਰ 'ਤੇ ਹੋਣਾ ਚਾਹੀਦਾ, ਫਿਰ ਸੇਵਾ ਕਮਾ ਸਕਦਾ, ਉੱਦਾਂ ਨਹੀਂ ਕਮਾ ਹੋਣੀ। ਸਤਿਗੁਰੂ ਕਹਿਣ ਲੱਗੇ ਕਿ ਠੀਕ ਹੈ ਬਿਧੀ ਚੰਦਾ, ਇਹ ਜੀ ਸਤਿਗੁਰਾਂ ਤੋਂ ਲੈ ਕੇ ਆ ਗਿਆ। ਇਹ ਚਲੇ ਗਿਆ ਲਾਹੌਰ ਦੇ ਵਿੱਚ, ਕਾਹੀ ਦਾ ਰੂਪ ਧਾਰਨ ਕੀਤਾ, ਰਾਵੀ ਦੇ ਕਿਨਾਰੇ ਜਾਣਾ, ਕਾਹ ਖੋਤਣਾ, ਸੁਮਣ ਬੁਰਜ ਦੇ ਸਾਹਮਣੇ ਲਿਆ ਕੇ ਬੈਠਣਾ ਵੀ ਮੈਂ ਇੱਕ ਘਸਿਆਰਾ ਹਾਂ, ਵੀ ਘੋੜਿਆਂ ਵਾਸਤੇ ਜੇ ਕਿਸੇ ਨੇ ਕਾਹ ਖਰੀਦਣਾ ਹੋਵੇ, ਉਹ ਇੱਕ ਰੁਪਈਆ ਮੁੱਲ ਪਾ ਕੇ ਮੇਰੇ ਕੋਲ ਇੱਕ ਪੰਡ ਲੈ ਲਵੇ ਤੇ ਜਾ ਕੇ ਜਿਹਨੂੰ ਮਰਜ਼ੀ ਦੇਵੇ, ਮੇਰੇ ਨਾਲ ਇੰਨਾ ਕੋਈ ਮਤਲਬ ਨਹੀਂ ਹੈ।
ਹੁਣ ਦਰੋਗਾ ਜਿਹੜਾ ਹੈ ਉਹ ਆਉਂਦਾ ਹੈ, ਘਾ ਚੰਗਾ ਦੇਖਦਾ ਉਹ ਲੈ ਕੇ ਚੱਲ ਜਾਂਦਾ, ਕਰਦਿਆਂ ਕਰਦਿਆਂ ਇੱਥੋਂ ਤੱਕ ਜੀ ਇਹ ਘੋੜਿਆਂ ਦਾ ਸੇਵਾਦਾਰ ਬਣ ਗਿਆ। ਹੁਣ ਸੇਵਾਦਾਰ ਬਣ ਗਿਆ, ਪਹਿਲਾ ਘੋੜਾ ਤਾਂ ਇਹ ਬਾਬਾ ਬਿਧੀ ਚੰਦ ਸਾਹਿਬ ਸੰਮਣ ਬੁਰਜ ਦੇ ਵਿੱਚੋਂ ਵੀ ਘਸਿਆਰਾ ਬਣ ਕੇ ਲੈ ਕੇ ਆ ਗਿਆ। ਜਦੋਂ ਗੁਰੂ ਦੇ ਚਰਨਾਂ ਵਿੱਚ ਭਾਈ ਰੂਪੇ ਆਇਆ ਨਾ, ਨਮਸਕਾਰ ਕੀਤੀ ਹੈ ਤੇ ਸਤਿਗੁਰੂ ਕਹਿਣ ਲੱਗੇ ਕਿ ਗੁਰੂ ਨਾਨਕ ਰਹਿਮਤ ਕਰੇਗਾ, ਇਹ ਸੰਗਤ ਵਿੱਚ ਬੈਠ ਗਿਆ। ਸੰਗਤ ਨੇ ਫਿਰ ਬੇਨਤੀ ਕੀਤੀ ਕਿ ਪਾਤਸ਼ਾਹ ਹੁਣ ਇੱਕ ਘੋੜਾ ਤਾਂ ਆ ਗਿਆ, ਦੂਜਾ ਘੋੜਾ ਉੱਥੇ ਹੀ ਆ। ਸਤਿਗੁਰੂ ਕਹਿੰਦੇ ਕਿਹੜੀ ਸੇ ਕੌਣ ਸੇਵਾ ਕਮਾਵੇਗਾ। ਫਿਰ ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਕਿ ਪਾਤਸ਼ਾਹ ਮੇਰੇ ਤੇ ਰਹਿਮਤ ਕਰ। ਹੁਣ ਬਾਬਾ ਬਿਧੀ ਚੰਦ ਸਾਹਿਬ ਦੂਸਰੀ ਵਾਰੀ ਘੋੜਾ ਲੈਣ ਵਾਸਤੇ ਜਦੋਂ ਸਤਿਗੁਰਾਂ ਤੋਂ ਲੈ ਕੇ ਆ ਗਿਆ, ਭਾਈ ਰੂਪੇ ਤੋਂ ਇਹ ਲਾਹੌਰ ਵਿੱਚ ਗਿਆ ਹੈ, ਪਹਿਲਾ ਘੋੜਾ ਤਾਂ ਇਹ ਘਸਿਆਰਾ ਬਣ ਕੇ ਘਾਹੀ ਬਣ ਕੇ ਲੈ ਕੇ ਆ ਗਿਆ, ਹੁਣ ਦੂਸਰਾ ਘੋੜਾ ਲੈ ਕੇ ਆਉਣਾ ਨਾ, ਇਹਨੇ ਇੱਕ ਜੋਤਸ਼ੀ ਦਾ ਇੱਕ ਨਜ਼ੂਮੀਏ ਦਾ ਰੂਪ ਧਾਰਨ ਕਰ ਗਿਆ, ਲੰਬਾ ਸਾਲਾ ਚੋਲਾ ਪਾਇਆ ਜਿੱਦਾਂ ਹੁਣ ਮੇਰੇ ਪਾਇਆ। ਧੰਨਵਾਦ ਡਾਕਟਰ ਸਾਹਿਬ, ਤੁਸੀਂ ਵੀ ਆਏ ਪਿੱਛੇ ਰਹਿ ਗਏ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਹਾਜ਼ਰੀ ਲਵਾ ਚੱਲੇ ਹੋ, ਗੁਰੂ ਕਿਰਪਾ ਕਰੇ ਤੁਹਾਡੇ 'ਤੇ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਗੁਰੂ ਨਾਨਕ ਦੇ ਘਰ ਦੀ ਸੇਵਾ ਤੁਹਾਡੇ ਕੋਲ ਸਦਾ ਬਣੀ ਰਹੇ, ਕਿਉਂਕਿ ਬਾਬੇ ਮਰਦਾਨੇ ਕਿਹਾ ਜਮਾਂ ਸੀ, ਕਿਉਂਕਿ ਬਾਬੇ ਮਰਦਾਨੇ ਹੁਣਾਂ ਨੇ ਲੈ ਕੇ ਕੀਰਤਨ ਲੈ ਕੇ ਕਰਨ ਵਾਸਤੇ ਸੱਦਿਆ ਸੀ ਤੁਹਾਨੂੰ, ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਹੁਣ ਜਦੋਂ ਇਹਨੇ ਨਜ਼ੂਮੀਏ ਦਾ ਕੀਤਾ ਇਹ ਰੂਪ ਧਾਰਨ, ਬਣਿਆ ਇਹ ਜੋਤਸ਼ੀ, ਵੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਦੰਦਾ ਫਰਦਾ ਹੈ ਗੇੜੇ, ਵੀ ਕਿਸੇ ਦੀ ਕੋਈ ਚੀਜ਼ ਗਵਾਤੀ ਹੋਵੇ, ਕਿਸੇ ਦੇ ਘਰੋਂ ਕੋਈ ਗੁੱਸੇ ਹੋ ਕੇ ਚਲਿਆ ਗਿਆ ਹੋਵੇ, ਵੀ ਕਿਸੇ ਦਾ ਕੋਈ ਸੱਜਣ ਗੁੱਸੇ ਹੋ ਗਿਆ ਹੋਵੇ, ਤਾਂ ਮੈਂ ਆਪਣੀ ਪੱਤਰੀ ਲਾ ਕੇ ਦੱਸ ਸਕਦਾ ਹਾਂ। ਜਦੋਂ ਇਹ ਗੱਲ ਪਈ ਆ, ਦਰੋਗੇ ਦਸੌਂਦੇ ਖਾਂ ਦੇ ਕੰਨਾਂ ਦੇ ਵਿੱਚ ਉਹ ਲੈ ਕੇ ਗਿਆ, ਤੇ ਬਾਦਸ਼ਾਹ ਨੇ ਸੁਣੀ ਆ ਸਾਰੀ ਵਾਰਤਾ। ਉਹ ਕਹਿਣ ਲੱਗਾ ਕਿ ਜੋਤਿਸ਼ਾ, ਉਹ ਨਜੂਮੀਆ, ਤੂੰ ਮੈਨੂੰ ਦੱਸ ਸਕਦਾ ਕਿ ਮੇਰੇ ਘਰ ਦੇ ਵਿੱਚ ਉਹ ਚੀਜ਼ ਚੋਰੀ ਹੋਈ ਆ, ਉਹ ਕਿਧਰਲੇ ਪਾਸੇ ਗਈ ਆ। ਇਹਨੇ ਆਪਣਾ ਜੋਤਿਸ਼ ਲਾਇਆ, ਸਾਰਾ ਕੁਝ ਸੱਚ ਸੱਚ ਦੱਸ ਦਿੱਤਾ, ਕਿਉਂਕਿ ਲੈ ਕੇ ਤਾਂ ਆਪ ਗਿਆ ਸੀਗਾ। ਹੁਣ ਬਾਦਸ਼ਾਹ ਕਹਿਣ ਲੱਗਾ ਕਿ ਜੇ ਤੂੰ ਇਹ ਦੱਸ ਦਵੇਂ ਬਈ ਮੇਰੀ ਵਸਤੂ ਮੇਰੀ ਚੀਜ਼ ਗਈ ਕਿਹੜੇ ਪਾਸੇ ਹੈ ਨਾ, ਤਾਂ ਮੈਂ ਤੈਨੂੰ ਇਨਾਮ ਦਿਆਂਗਾ। ਜਦੋਂ ਇਨਾਮ ਦੀ ਗੱਲ ਆਈ ਹੈ ਤੇ ਬਾਦਸ਼ਾਹ ਨੇ ਕਿਹਾ, ਕਹਿਣ ਲੱਗਾ ਠੀਕ ਹੈ ਮੈਂ ਕਰਾਂਗਾ ਸਾਰਾ ਕੁਝ, ਪਰ ਉਹੋ ਜਿਹੇ ਹਾਲਾਤ ਹੋਣੇ ਚਾਹੀਦੇ ਆ। ਕਹਿਣ ਲੱਗਾ ਕਿ ਠੀਕ ਹੈ, ਇਹ ਜਿਹੜਾ ਨਜ਼ੂਮੀਆ ਬਾਬਾ ਬਿਧੀ ਚੰਦ ਸਾਹਿਬ ਹੈ, ਇਹ ਸੁੰਮਣ ਬੁਰਜ ਦੇ ਗਿਆ ਹੈ ਅੰਦਰ, ਵੀ ਬਣਾ ਕੇ ਉਹੀ ਹਾਲਾਤ ਜਿੱਦਾਂ ਪਹਿਲਾਂ ਘੋੜਾ ਲੈ ਕੇ ਆਇਆ ਹੈ, ਕਿਵੇਂ ਸਵਾਰ ਹੋਇਆ, ਕਿਵੇਂ ਜੀਨ ਪੁਸ਼ ਕੱਢਿਆ, ਕਿਵੇਂ ਘੋੜੇ 'ਤੇ ਸਵਾਰ ਹੋਇਆ, ਵੀ ਸਾਰੇ ਹਾਲਾਤ ਕਰਕੇ, ਵੀ ਕਹਿੰਦੇ ਜਿਹੜੇ ਇਹਦੇ ਸਿਪਾਹੀ ਨੇ, ਇਹਦੇ ਜਰਨੈਲ ਨੇ ਇਹਨੂੰ ਕੇਲਿਆਂ ਵਿੱਚ ਕਰਕੇ ਬੰਨਦਾ, ਵੀ ਕੱਢ ਕੇ ਤਵੇਲੇ 'ਚੋਂ ਘੋੜਾ ਪਾ ਕੇ 1,25,000 ਦੀ ਜੀਨ ਪੋਸ਼, ਜਿਵੇਂ ਬਾਦਸ਼ਾਹ ਸ਼ਾਹ ਜਹਾਂ ਨੂੰ ਬਾਬਾ ਬਿਧੀ ਚੰਦ ਸਾਹਿਬ ਲਲਕਾਰਾ ਮਾਰ ਕੇ ਕਹਿ ਰਿਹਾ, ਢਾਡੀ ਜਥਾ ਬੇਨਤੀ ਇਉਂ ਕਰ ਰਿਹਾ।
ਬਹੁਤ ਹੀ ਪਿਆਰ ਵਾਲੇ ਛੋਟੇ ਵੀਰ ਜਿਨ੍ਹਾਂ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਰਹਿਮਤ ਹੈ। ਕਹਿਣ ਤੋਂ ਮੁਰਾਦ ਭਾਈ ਹਰਪਾਲ ਸਿੰਘ ਜੀ ਜੰਡਿਆਲੇ ਤੋਂ ਜਿਹੜੇ ਆਪ ਸਰੰਗੀ ਬਾਦਕ ਨੇ, ਪਹਿਲਾਂ ਵੀ ਜਦੋਂ ਗੁਰੂ ਕੀ ਹਜ਼ੂਰੀ ਅੰਦਰ ਆਏ ਮਾਣ ਬਖਸ਼ਿਸ਼ ਕਰਕੇ ਗਏ ਆ, ਹੁਣ ਅਚੇਚੇ ਤੌਰ 'ਤੇ 100 ਦੰਬੜਾ ਫਿਰ ਇਨਾਮ ਦੇ ਕੇ ਗਏ ਨੇ। ਗੁਰੂ ਪਾਤਸ਼ਾਹ ਰਹਿਮਤ ਕਰਨ, ਦਰੋਂ ਕਰੋ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨ ਆਓ। 20 ਮਿੰਟ ਰਹਿ ਗਏ ਆ ਬਾਕੀ ਮੇਰੇ, 1 ਘੰਟਾ ਅਤੇ 10 ਮਿੰਟ ਹੋ ਗਏ, 1.5 ਘੰਟੇ ਦਾ ਹੁਕਮ ਸੀ ਅਤੇ ਬਾਬਾ ਜੀ ਹੁਣੇ ਬਾਬਾ ਪਿਆਰਾ ਸਿੰਘ ਉਹਨਾਂ ਨੇ ਵੀ ਸ਼ੈਬਰ ਲਾਉਣੀ ਆ ਅਤੇ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ, 10 ਮਿੰਟ ਜ਼ਿਆਦਾ ਵੀ ਲੱਗ ਗਏ ਕਿਉਂਕਿ ਆਪਣੀ ਸਟੇਜ ਆ, ਆਪਾਂ ਕਿਹੜਾ ਕਿਸੇ ਤੋਂ ਮੰਗ ਕੇ ਟਾਈਮ ਲੈਣਾ, ਨਾ ਤੁਸੀਂ ਨਾਰਾਜ਼ ਹੋਣਾ ਏ, ਆਪਾਂ ਗਾਈ ਜਾਣਾ, ਤੁਸੀਂ ਅਸੀਸਾਂ ਦੇਈ ਜਾਣੀਆਂ, ਸਾਡਾ ਹੌਸਲਾ ਵਧਿਆ ਰਹਿਣਾ। ਆਓ ਗੁਰੂ ਕਿਰਪਾ ਕਰੇ, ਜਦੋਂ ਬਾਬਾ ਬਿਧੀ ਚੰਦ ਸਾਹਿਬ ਨੇ ਕੱਢਿਆ ਤਵੇਲੇ ਦੇ ਵਿੱਚੋਂ ਘੋੜਾ ਨਾ, ਉਹਦੇ ਉੱਪਰ ਪਾਈ 1.25 ਲੱਖ ਦੀ ਜੀਨ ਪੋਸ਼ਾ ਤੇ ਮਾਰ ਕੇ ਪਲਾਕੀ ਹੋਇਆ ਘੋੜੇ ਤੇ ਸਵਾਰ, ਖਿੱਚੀਆਂ ਬਾਗਾ ਜਾਣ ਤੋਂ ਪਹਿਲਾਂ ਕਹਿਣ ਲੱਗਾ ਕਿ ਬਾਦਸ਼ਾਹ ਸ਼ਾਹਜਹਾਨ ਇਹ ਤੇਰੇ ਘੋੜੇ ਨਹੀਂ ਸੀ, ਇਹ ਘੋੜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਨ, ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਵਾਸਤੇ ਲੈ ਕੇ ਆਈਆਂ ਸਨ। ਤੂੰ ਧੱਕੇ ਨਾ ਖੋਲਈਆਂ, ਪਹਿਲਾ ਘੋੜਾ ਮੈਂ ਘਸਿਆਰਾ ਬਣ ਕੇ ਲੈ ਗਿਆ ਤੇ ਆ ਜਿਹੜਾ ਦੂਜਾ ਘੋੜਾ ਹੈ ਨਾ, ਇਹ ਮੈਂ ਨਜ਼ੂਮੀਆਂ ਬਣ ਕੇ, ਇਹ ਮੈਂ ਜੋਤਸ਼ੀ ਬਣ ਕੇ ਲੈ ਕੇ ਚੱਲਿਆ। ਜੇ ਤੇਰੇ ਵਿੱਚ ਹਿੰਮਤ ਹੈ ਨਾ, ਤੇ ਭਾਈ ਰੂਪੇ ਸਾਡਾ ਉਤਾਰਾ ਹੈ ਗੁਰੂ ਦਾ, ਉਹਦੇ ਮੈਂ ਚਰਨਾਂ ਵਿੱਚ ਲੈ ਕੇ ਚੱਲਿਆ ਜਾ, ਜੇ ਹਿੰਮਤ ਹੈ ਤੇ ਆਣ ਕੇ ਲੈ ਲੈਣੇ। ਜਦੋਂ ਇਹ ਵਾਰਤਾ ਕਹੀ ਆ ਨਾ, ਤੇ ਬਾਬਾ ਬਿਧੀ ਚੰਦ ਸਾਹਿਬ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਕਰਕੇ ਯਾਦ, ਚਾੜਿਆ ਘੋੜਾ ਸੁਮਣ ਵਰ ਦੇ ਉੱਪਰ, ਉਹਨੂੰ ਲਾਈ ਆ ਅੱਡੀ, ਜਦੋਂ ਲਾਈ ਇਹ ਪੌਣ ਬਣਿਆ ਮਾਰੀ ਛਾਲ, ਇਹ ਰਾਵੀ ਦਰਿਆ ਦੇ ਵਿੱਚ ਉਤਰਿਆ ਤੇ ਘੋੜਾ ਬਾਹਰ ਨਿਕਲਿਆ ਤੇ ਸਿੱਧਾ ਭਾਈ ਰੂਪੇ ਆਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਜਦੋਂ ਦੋਨੇ ਘੋੜੇ ਆ ਗਏ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਜਦੋਂ ਕੀਤੀਆਂ ਬਖਸ਼ਿਸ਼ਾਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਸਿੱਖਾ ਗੁਰੂ ਤੇਰੇ ਤੇ ਰਹਿਮਤ ਕਰੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਵਚਨ ਕੀਤਾ ਤੇ ਹੁਣ ਸਿੱਖ ਦੀ ਜਿਹੜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਦੋਂ ਗੁਰੂ ਕਹਿ ਦੇਵੇ ਕਿ ਸਿੱਖਾ ਤੇਰੇ ਤੇ ਗੁਰੂ ਤੁੱਠਾ ਹੈ, ਗੁਰੂ ਕੁਰਬਾਨ ਹੈ, ਵੀ ਦੁਨੀਆਂ ਦੇ ਸੁੱਖ ਤੇਰੇ ਝੁਗਰ ਦੇ ਵਿੱਚ, ਦੁਨੀਆਂ ਦੇ ਸੁੱਖ ਤੇਰੀ ਝੋਲੀ ਵਿੱਚ ਹੋਣਗੇ, ਤਾਂ ਫਿਰ ਸਿੱਖ ਨੂੰ ਪੁੱਛ ਕੇ ਦੇਖੋ ਕਿਹੋ ਜਿਹਾ ਆਨੰਦ ਪ੍ਰਾਪਤ ਹੁੰਦਾ ਹੈ। ਤਾਂ ਜੇ ਪੁੱਛੇ ਵੀ ਖੁਸ਼ੀ ਕਿਹੋ ਜਿਹੀ ਹੋਈ ਆ, ਤੇ ਗੁਰੂ ਨੇ ਜਿਹੜੇ ਬਚਨ ਕੀਤੇ ਉਹ ਦੱਸ ਨਹੀਂ ਸਕਦਾ, ਫਿਰ ਕਿਉਂ ਨਹੀਂ ਦੱਸ ਸਕਦਾ। ਹੁਣ ਗੂੰਗੇ ਨੂੰ ਗੁੜ ਖਾਣ ਵਾਸਤੇ ਦੇ ਦਿਓ ਤੇ ਜਦੋਂ ਉਹ ਗੁੜ ਖਾ ਲਵੇ ਨਾ, ਤੇ ਉਹਨੂੰ ਪੁੱਛੇ ਵੀ ਗੂੰਗਿਆ ਗੁੜ ਦਾ ਸਵਾਦ ਕਿਹੋ ਜਿਹਾ। ਹੁਣ ਗੂੰਗਾ ਜੀਵ ਰਸਨਾ ਤੇ ਬੋਲ ਨਹੀਂ ਸਕਦਾ, ਬਸ ਉਹ ਕੱਛਾ ਜੀਆਂ ਮਾਰੀ ਜਾਵੇਗਾ ਕਿ ਆਨੰਦ ਆ ਗਿਆ, ਕਿਉਂਕਿ ਦੱਸ ਨਹੀਂ ਸਕਦਾ ਸਵਾਦ ਹੈ ਕਿਹੋ ਜਿਹਾ। ਹੁਣ ਇੱਧਰ ਗੁਰੂ ਦੀਆਂ ਖੁਸ਼ੀਆਂ ਆਈਆਂ, ਬਾਬਾ ਬਿਧੀ ਚੰਦ ਸਾਹਿਬ ਜਿਹੜੇ ਨੇ ਨਾ, ਇਹ ਕਹਿਣ ਲੱਗੇ ਕਿ ਗੁਰੂ ਇਹ ਆਪ ਦੀਆਂ ਦੀ ਖੁਸ਼ੀ ਹੈ, ਆਪ ਦੀਆਂ ਦੀ ਰਹਿਮਤ ਹੈ। ਇਹ ਜਦੋਂ ਘੋੜੇ ਲੈ ਕੇ ਆ ਗਿਆ ਇੱਥੇ ਭਾਈ ਰੂਪੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ, ਤੇ ਗੁਰੂ ਸਾਹਿਬ ਪੁੱਛਣ ਲੱਗੇ ਬਿਧੀ ਚੰਦਾ ਆਉਣ ਲੱਗਾ ਦੱਸਿਆ ਆ ਬਾਦਸ਼ਾਹ ਨੂੰ, ਐਵੇਂ ਮੈਂ ਚੱਲਿਆ ਆ ਭਾਈ ਰੂਪੇ? ਕਹਿਣ ਲੱਗਾ ਕਿ ਹਾਂ ਪਾਤਸ਼ਾਹ, ਦੱਸ ਕੇ ਆਇਆ। ਜਿਹੜੇ ਇੱਧਰ ਸੰਮਣ ਬੁਰਜ ਦੇ ਵਿੱਚ ਬਾਦਸ਼ਾਹ ਏ, ਇਹਦੇ ਜਿੰਦੇ ਲੱਗੇ ਹੋਏ ਨੇ, ਸਾਰੇ ਜਰਨੈਲ ਕੈਦ ਕੀਤੇ ਹੋਏ ਨੇ, ਸਾਰਿਆਂ ਨੂੰ ਜਿੰਦੇ ਲਾ ਕੇ ਵੈਰਕਾਂ ਵਿੱਚ ਕੀਤਾ ਹੋਇਆ ਬਾਂਦਾ, ਤੇ ਬਾਦਸ਼ਾਹ ਸ਼ਾਹਜਹਾਨ ਨੇ ਜਦੋਂ ਇਹਨਾਂ ਨੂੰ ਬਾਹਰ ਕੱਢਿਆ, ਨਿੰਮੋ ਝੂਣਾ ਜਿਹਾ ਹੋ ਗਿਆ, ਸਿਪਾਹੀ ਕੋਲ ਹੁੰਦਿਆਂ, ਭਾਈ ਪੁਲਿਸ ਕੋਲ ਹੁੰਦਿਆਂ, ਜਰਨੈਲ ਕੋਲ ਹੁੰਦਿਆਂ, ਅਸਲਾ ਕੋਲ ਹੁੰਦਿਆਂ, ਭਾਈ ਇੱਕ ਸਿੱਖ ਆਇਆ, ਉਹ ਭੇਸ ਵਟਾ ਕੇ ਫੇਰ ਸਾਡੇ ਕੋਲੋਂ ਘੋੜੇ ਲੈ ਕੇ ਚੱਲ ਗਿਆ, ਦਰਕਾਰ ਹੈ ਸਾਡੇ ਜੀਣ ਦੇ। ਜਦੋਂ ਇਹ ਗੱਲ ਕਹੀ ਹੈ
ਹੁਣ ਸਾਰੇ ਜਰਨੈਲਾਂ ਨੇ ਗੋਡਿਆਂ 'ਚ ਸਿਰ ਦੇ ਲਿਆ ਗੋਡਿਆਂ 'ਚ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਨਾਂ ਸੁਣ ਲਿਆ ਸੀ। ਪਾਤਸ਼ਾਹ ਕਹਿਣ ਲੱਗਾ ਬਈ ਤੁਹਾਡੇ ਜੋ ਹੈ ਕੋਈ ਜਿਹੜਾ ਘੋੜੇ ਵਾਪਸ ਲੈ ਕੇ ਆਵੇ। ਜਦੋਂ ਇੰਨੀ ਗੱਲ ਕਹੀ ਆ ਕਿਸੇ ਜਰਨੈਲ ਦਾ ਹਈਆ ਨਹੀਂ ਪਿਆ ਕਿ ਮੈਂ ਘੋੜੇ ਵਾਪਸ ਲੈ ਕੇ ਆਵਾਂਗਾ। ਜਿਵੇਂ ਬਾਦਸ਼ਾਹ ਨੂੰ ਜਦੋਂ ਇੱਕ ਵਾਰ ਕਿਹਾ ਨਾ ਕੋਈ ਉੱਠਿਆ, ਜਦੋਂ ਦੂਜੀ ਵਾਰੀ ਕਿਹਾ ਨਾ ਕੋਈ ਉੱਠਿਆ, ਵੀ ਤੀਸਰੀ ਵਾਰੀ ਬਾਦਸ਼ਾਹ ਨੇ ਫਿਰ ਇੱਕ ਤਾਨਾ ਮਾਰਿਆ ਹੈ, ਕਹਿਣ ਲੱਗਾ ਕਿ ਮੇਰੀ ਫੌਜ ਦੇ ਵਿੱਚ ਵੀ ਕੋਈ ਮਰਦ ਨਹੀਂ ਬੈਠਾ, ਸਭ ਹਿਜੜੇ ਬੈਠੇ ਹੋਏ ਆ। ਜਦੋਂ ਹਿਜੜੇ ਕਿਹਾ ਮਰਦ ਨੂੰ ਤਾਨਾ ਤੇ ਲੱਕੜ ਨੂੰ ਫਾਨਾ ਫਾੜ ਕੇ ਰੱਖ ਲਿਆ ਕਰਦੇ ਨੇ। ਜਦੋਂ ਇਹ ਗੱਲ ਕਹੀ ਹੈ ਲੱਲਾ ਵੇਗ ਇੱਕ ਜਰਨੈਲ ਹੈ ਉਹ ਉੱਠਿਆ ਹੈ ਵੀ ਲੈ ਕੇ ਆ ਗਿਆ। ਜਿਵੇਂ ਇਹ ਭਾਈ ਰੂਪੇ ਨੂੰ ਲਕਰ ਲੱਗਾ ਹੈ ਤਿਆਰਾ, ਉਸ ਵੇਲੇ ਦਾ ਵਾਰਤਾਲਾਪ ਕਿਸੇ ਵਿਦਵਾਨ ਸ਼ਹਿਰ ਨੇ ਲਿਖੀਆਂ ਚਾਰ ਸਤਰਾਂ, ਉਹਨਾਂ ਸਤਰਾਂ ਦਾ ਵਰਣਨ ਮੇਰੇ ਢਾਡੀ ਸਾਥੀ ਭਾਈ ਬਲਦੇਵ ਸਿੰਘ ਸਿੱਧੂ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਸੁਰੰਗੀ ਮਾਸਟਰ ਭਾਈ ਦਲਜੀਤ ਸਿੰਘ ਕਿਉਂਕਿ ਮੁੱਲਾਪੁਰ ਦਾਖਾਂ ਔਰ ਨਾਲ ਦੇ ਢਾਡੀ ਸਾਥੀ ਭਾਈ ਦਰਬਾਰਾ ਸਿੰਘ ਸਹੌਲੀ ਔਰ ਆਪ ਦੀਆਂ ਦੇ ਚਰਨਾਂ ਦਾ ਦਾਸ ਡਾਕਟਰ ਇੰਦਰਜੀਤ ਸਿੰਘ ਬੁਧੂਏ ਦਾ ਢਾਡੀ ਜਥਾ ਬੇਨਤੀ ਸਰੀਰ
ਹਵਾ ਦੇ ਵਿੱਚ ਚੱਪਿਆ ਨਾਲ ਜੋਸ਼ ਦੇ ਚੁੱਕੀ ਸ਼ਮਸ਼ੀਰ ਨਾਲ ਜੋਸ਼ ਦੇ ਹਾ ਨਾਲ ਜੋਸ਼ ਦੇ ਨਾਲ ਜੋਸ਼ ਦੇ ਚੁੱਕੀ ਸ਼ਮਸ਼ੀਰ ਨਾਲ ਜੋਸ਼ ਦੇ ਚੁੱਕੀ ਸ਼ਮਸ਼ੀਰ ਜਹਾਨ ਅਖੀਰ ਛੱਡ ਜਾਣਾ ਹੈ ਜਹਾਨ ਅਖੀਰ ਪਾਤਸ਼ਾਹ ਮੇਰੇ ਚ ਇੰਨੀ ਸਮਰੱਥਾ ਨਹੀਂ ਕਿ ਘੋੜੇ ਲੈ ਕੇ ਆ ਜਾਵਾਂ, ਤੁਸੀਂ ਸਿਰ ਤੇ ਹੱਥ ਰੱਖਿਓ ਤਾਂ ਘੋੜੇ ਲੈ ਕੇ ਆ ਸਕਦੇ ਆ। ਹੁਣ ਇੱਧਰ ਦੂਸਰਾ ਪੱਖ ਹੈ, ਬਾਦਸ਼ਾਹ ਸ਼ਾਹ ਜਹਾਨ ਦਾ ਜਰਨੈਲ ਜਿਹੜਾ ਹੈ ਇਹ ਲੱਲਾ ਵੇਗ ਕਹਿਣ ਲੱਗਾ ਕਿ ਮੈਂ ਜਾਂਦਾ ਚੜ ਕੇ ਬਾਦਸ਼ਾਹ ਦੇਖਾਂਗਾ ਕਿਹੜਾ ਮੇਰੇ ਨਾਲ ਮੱਥਾ ਲਾਉਂਦਾ, ਕਿਹੜਾ ਮੈਨੂੰ ਰੋਕਦਾ, ਘੋੜੇ ਮੈਂ ਲੈ ਕੇ ਆਵਾਂਗਾ। ਇੱਕ ਪਾਸੇ ਗੁਰੂ ਨੂੰ ਕਹਿੰਦਾ ਗੁਰੂ ਤੇਰੀ ਰਹਿਮਤ ਹੋਵੇ, ਤੇ ਦੂਜੇ ਪਾਸੇ ਵਾਲਾ ਕਹਿੰਦਾ ਮੈਂ ਲੈ ਕੇ ਆਉਂਦਾ ਮੇਰੀ ਤਾਕਤ ਹੋਵੇ। ਸਾਡੇ ਸਤਿਕਾਰਯੋਗ ਗੁਰੂ ਘਰ ਦੀ ਸੇਵਾ ਲੰਬਾ ਸਮਾਂ ਕਰਦੇ ਰਹੇ, ਕਿਉਂਕਿ ਗੁਰੂ ਨਾਨਕ ਨੇ ਸਿੱਖ ਨੂੰ ਤਿੰਨ ਸਿਧਾਂਤ ਦਿੱਤੇ ਆ ਸੰਗਤ ਜੀ। ਪਹਿਲਾ ਕਿਰਤ ਕਰਨਾ, ਦੂਜਾ ਨਾਮ ਜਪਣਾ, ਤਾਂ ਤੀਜਾ ਵੰਡ ਕੇ ਛਕਣਾ।
ਇਹ ਭਾਈ ਸਾਹਿਬ ਇੱਥੇ ਪ੍ਰਸ਼ਾਦ ਦੀ ਸੇਵਾ ਵੀ ਕਰਦੇ ਰਹੇ ਤੇ ਮੱਸਿਆ ਤੇ ਵੀ ਆਉਂਦੇ ਰਹੇ ਤੇ ਉਦਾਂ ਕਿਰਤ ਰਕਸ਼ਾ ਚਲਾਉਂਦੇ ਆ। ਸਪੈਸ਼ਲ ਤੌਰ ਤੇ 50 ਦੰਬੜੇ ਦੇ ਕੇ ਗਏ ਨੇ ਕਿ ਕਹਿੰਦੇ ਗਿਆਨੀ ਜੀ ਗੁਰੂ ਬਾਬਾ ਦੇ ਚਰਨਾਂ 'ਚ ਅਰਦਾਸ ਕਰ ਦਿਓ ਕਿ ਬੱਚੇ ਤੇਰੇ ਚਰਨਾਂ ਦੇ ਨਾਲ ਜੁੜਨ। ਬਿਰਲੇ ਹੀ ਹੁੰਦੇ ਆ ਕੋਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਬਾਹਲੇ ਤਾਂ ਅਰਦਾਸਾਂ ਇਹ ਕਰਾਉਂਦੇ ਆ ਬਈ ਆਈਲੈਟਸ ਹੋ ਗਈ ਆ, ਚੱਲ ਕਨੇਡਾ ਜਾ ਵੜੀਏ, ਫਿਰ ਉੱਥੇ ਜਾ ਕੇ ਵੀ ਸੁਧਰਦੇ ਨਹੀਂ, ਇੱਥੋਂ ਵਾਲਾ ਸਾਰਾ ਕੁਛ ਲੈ ਜਾਂਦੇ ਆ, ਉੱਥੇ ਜਾ ਕੇ ਵੀ ਫਿਰ ਉਹ ਕੁਛ ਕਰਦੇ ਆ ਜੋ ਇੱਥੇ ਕਰਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਜੈਨੇ ਗੁਰੂ ਮੰਗ ਲਿਆ ਨਾ ਤੇ ਸਮਝੋ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਉਹਦੀ ਝੋਲੀ ਵਿੱਚ ਆ ਗਈਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਹਰਪਾਲ ਸਿੰਘ ਬੜੀ ਵਾਰੀ ਮਾਣ ਕਰ ਗਿਆ, ਹੁਣ ਫਿਰ ਮੇਰਾ ਖਿਆਲ ਚੰਗੀ ਮਾਇਆ ਖੁੱਲੀ ਰੱਖ ਗਿਆ। ਆ ਪ੍ਰਬੰਧਕ ਕਮੇਟੀ ਵਾਲਿਆਂ ਨੇ ਆ ਰਬੜੀ ਚਾੜ ਕੇ ਰੱਖ ਦਿੱਤੀ ਤੀ, ਕਿਤੇ ਉੜੇ ਨਾ ਜਾਣ, ਲਿਫਾਫਾ ਵੀ ਦੇਤਾ ਵੀ ਪਤਾ ਵੀ ਨਾ ਲੱਗ ਜਾਵੇ ਡਾਕਟਰ ਸਾਹਿਬ ਨੂੰ ਕਿੰਨੇ ਕੇ ਆਓ। ਚਲੋ ਕੋਈ ਨਾ, ਬਾਅਦ ਵਿੱਚ ਆਪਾਂ ਦੇਖ ਲਾਂਗੇ ਜੋ ਵੀ ਹੋਇਆ। ਇਹ ਗੁਰੂ ਦੀਆਂ ਖੁਸ਼ੀਆਂ ਹੀ ਹੁੰਦੀਆਂ ਆ। ਵਿਆਹ ਦੇ ਵਿੱਚ ਤਾਂ ਜਦੋਂ ਵਿਆਹ ਹੋਵੇ ਨਾ ਤੇ ਬਾਪੂ ਦੇ ਕੋਲ ਬੈਗ ਫੜਿਆ ਹੁੰਦਾ ਨਾ ਛੋਟਾ ਜਿਹਾ ਫੜਿਆ ਪਾਲਸਿਆ, ਉਹ ਫਿਰ ਜਿੱਦਾਂ ਜੀ ਕਰਦਾ ਜੋੜ ਆਉਣ ਲੱਗਦਾ। ਬਸ ਅਜੇ ਬਾਬੇ ਦਾ ਵਿਆਹ ਆਇਆ ਸੰਗਤ ਜੀ, ਗੁਰੂ ਕਿਰਪਾ ਕਰੇ। ਸਤਿਕਾਰ ਦਾ ਯੋਗ ਮੇਰੇ ਵੀਰ ਸਰੰਗੀ ਮਾਸਟਰ ਭਾਈ ਗਗਨਦੀਪ ਸਿੰਘ ਜੀ, ਉਹਨਾਂ ਦੇ ਪਿਤਾ ਜੀ, ਉਹ ਵੀ 50 ਦੰਬੜੇ ਕਰਾ ਅਰਦਾਸ ਕਰਵਾ ਕੇ ਗਏ ਨੇ, ਇਨਾਮ ਦੇ ਕੇ ਗਏ ਨੇ, ਧੰਨਵਾਦ। ਤੇ ਸਾਡੇ ਸਤਿਕਾਰਯੋਗ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ ਉਹ ਵੀ ਆਏ ਨੇ। ਤੇ ਗੁਰੂ ਬਾਬੇ ਨੇ ਕੱਲ੍ਹ, ਇਹ ਦੇਖੋ ਪਹਿਲਾ ਦਿਨ ਸੀਗਾ ਤੇ ਕੱਲ੍ਹ ਇਹਨਾਂ ਨੂੰ ਇੱਕ ਬੇਅੰਤ ਖੁਸ਼ੀਆਂ ਦੇ ਗੱਫੇ ਹੋਰ ਦੇ ਦਿੱਤੇ। ਅਸੀਂ ਇਕੱਠੇ ਰਹੇ 6-7 ਸਾਲ ਇੱਥੇ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੁੰਦਾ ਸੀ ਕਿ ਚੰਗੀ ਸਿੰਘ ਬਾਹਰ ਕਨੇਡਾ ਚੱਲ ਜਾਵੇ, ਤੇ ਕੱਲ੍ਹ ਇਹਨਾਂ ਦੇ ਬੱਚੇ ਨੂੰ ਉੱਥੇ PR ਮਿਲ ਗਈ ਹੈ। ਇਹ ਗੁਰੂ ਦੀਆਂ ਖੁਸ਼ੀਆਂ ਜਾਂ 50 ਦੰਬੜੇ ਦੇ ਗਏ ਨੇ, ਬਾਕੀ ਹਿਸਾਬ ਕਿਤਾਬ ਕਹਿੰਦੇ ਆਪਾਂ ਕਨੇਡਾ ਡਾਲਰਾਂ 'ਚ ਕਰਾਂਗੇ। ਆਓ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੁਣ ਇਹ ਸਰੋਪੇ ਦੇ ਤੇ, ਸਰੋਪੇ ਦਾ ਮਤਲਬ ਹੁੰਦਾ ਵੀ ਹੁਣ ਤੂੰ ਆਪਣੇ ਆਪ ਹੀ ਹਟ ਜਾ, ਬਾਹਲਾ ਲੰਬਾ ਸਮਾਂ ਹੋ ਗਿਆ। ਚਲੋ ਗੁਰੂ ਕਿਰਪਾ ਕਰੇ, ਆਪਾਂ ਬਾਹਰ ਕਹਾ ਕੇ ਆਪਾਂ ਵੀ ਖਿਮਾਂ ਦੇ ਜਾਤਕ ਹੋ ਜਾਣਾ। ਤੇ ਬਾਬਾ ਜੀ ਹੁਣੀ ਵੀ ਆ ਗਏ ਨੇ, ਬਾਬਾ ਪਿਆਰਾ ਸਿੰਘ ਜੀ, ਇਹਨਾਂ ਨਾਲ ਬੜਾ ਨਿਉ ਆ। ਮੈਂ ਦੋਨੇ ਹੱਥ ਜੋੜ ਕੇ ਅਦਬ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਸੰਗਤ ਤੁਹਾਡੇ ਦਰਸ਼ਨ ਕਰਨੇ ਚਾਹੁੰਦੀ ਆ। ਫਿਰ ਕਹਿੰਦੇ ਕਿ ਇੰਦਰਜੀਤ ਸਿਆ, ਭਲਾ ਜਿੱਥੇ ਸੰਗਤ ਦਾ ਹੁਕਮ ਹੋਵੇ ਅਸੀਂ ਕਦੀ ਜਵਾਬ ਦਿੰਦੇ ਹੁੰਦੇ ਆ? ਮੈਂ ਕਿਹਾ ਨਹੀਂ ਮਹਾਰਾਜ, ਇਹ ਤਾਂ ਤੁਹਾਡਾ ਵਡੱਪਣ ਹੈ, ਗੁਰੂ ਦੀਆਂ ਖੁਸ਼ੀਆਂ ਲੈਂਦੇ। ਤਾਂ ਮੈਂ ਉਹਦੇ ਹੱਸਦੇ ਨੇ ਕਹਿਤਾ, ਮੈਂ ਕਿਹਾ ਬਾਬਾ ਜੀ ਮਾਇਆ ਵੀ ਗੁਜਰਾਨ ਹੈ, ਕੁਛ ਮਾਇਆ ਦੇ ਗੱਫੇ ਪਹਿਰੇ ਵੀ ਹੋ ਜਾਣੇ ਚਾਹੀਦੇ, ਦੱਸ ਦਿਓ। ਉਹ ਕਹਿੰਦੇ ਕਿ ਸਾਡੇ ਕਹਿਣ ਤੋਂ ਬਗੈਰ ਹੀ ਤੁਸੀਂ ਤਾਂ ਖੁੱਲੇ ਗੱਫੇ ਸਾਨੂੰ ਦੇ ਦਿੰਦੇ ਆ, ਕਹਿਣ ਦੀ ਕੀ ਲੋੜ ਹੈ? ਤੇ ਬਾਬਾ ਜੀ ਵੀ ਬਾਹਵੀ ਵਾਲੀ ਸਾਰੀ ਮਾਇਆ ਸਟੇਜ ਉੱਪਰ ਰੱਖ ਕੇ ਗਏ ਨੇ, ਸਾਰੇ ਜਥੇ ਨੂੰ ਜੀਓ ਆਇਆ। ਤੇ ਆਓ ਆਪਾਂ ਢਾਡੀ ਰਾਗ ਦਾ ਇੱਕ ਅਹਿਮ ਅੰਗ ਬਾਰ ਹੈ, ਬਜ਼ੁਰਗ ਬੈਠੇ ਆ, ਇਹ ਢਾਡੀ ਵਿਦਿਆ ਵਾ ਜਿਹੜੀ ਢਾਡੀ ਰਾਗ ਹੈ, ਇਹ ਦੁਆਬੇ ਵਾਲਿਆਂ ਨੇ ਸਾਂਭ ਕੇ ਰੱਖਿਆ। ਮੇਰੇ ਸਤਿਕਾਰਯੋਗ ਭੈਣ ਜੀ, ਸਤਿਗੁਰੂ ਦੀ ਕਿਰਪਾ, ਇਹ ਪਿੰਡ ਦੇ ਸਰਪੰਚ ਵੀ ਆ ਤੇ ਮੇਰੀ ਵੱਡੀ ਭੈਣ ਹੈ, ਇਹਨਾਂ ਵੱਲੋਂ ਵੀ 100 ਦੰਬੜਾ ਆਇਆ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਆਵਾਜ਼ ਕੌਮ ਦੀ ਚੈਨਣ ਵਾਲਿਆਂ ਦਾ ਵੀ ਧੰਨਵਾਦ। ਤਾਂ ਮੇਰਾ ਵੀਰ ਜਸਪਾਲ ਸੋਨਾ ਜਿਹਨੂੰ ਕਹਿੰਦੇ ਪੁਰੇਵਾਲ, ਉਹ ਮੰਚ ਮੀਡੀਆ ਤੋਂ ਲਾਈਵ ਸਾਰਾ ਪ੍ਰੋਗਰਾਮ ਟੈਲੀਕਾਸਟ ਕਰਕੇ ਦਿਖਾ ਲਿਆ, ਉਹਦਾ ਵੀ ਧੰਨਵਾਦ। ਤੇ ਇੱਧਰਲੇ ਪਾਸੇ ਮੇਰੇ ਵੀਰ ਹੋਰ ਵੀ ਬੈਠੇ ਆ, ਆਵਾਜ਼ ਮੀਡੀਆ ਵਾਲੇ, ਆਵਾਜ਼ ਕੌਮ ਵਾਲੇ, ਜਿਹਨਾਂ ਨੂੰ ਅੱਜ ਦਾ ਆਰਗਨਾਈਜ਼ ਪ੍ਰੋਗਰਾਮ ਕਰਨ ਵਾਸਤੇ ਸਾਰੇ ਜਿਹੜੇ ਆ ਨਾ, ਇਹ ਸਾਡੇ ਸ਼ੰਕਰ ਦਾ ਵੀਰ ਇੰਦਰਜੀਤ ਸਿੰਘ ਜੂ ਕੇ ਬਰਮਿੰਘਮ ਦੇ ਵਿੱਚ ਰਹਿੰਦਾ, ਤਾਂ ਪਿਛਲੇ ਰੋਜ਼ ਜਾਣ ਦਾ ਸਮਾਂ ਵੀ ਬਣਿਆ, ਉੱਥੇ ਵੀ ਮਿਲਿਆ, ਉੱਥੇ ਵੀ ਮਾਇਆ ਨਾਲ ਨਵਾਜਿਆ। ਤੇ ਇਹਨਾਂ ਵੀਰਾਂ ਨੂੰ ਹੁਕਮ ਕੀਤਾ ਕਿ ਜਿਹੜਾ ਸਾਡੇ ਪਿੰਡ ਵਿਆਹ ਪੁਰਬ ਹੈ ਨਾ, ਉਹ ਦੁਨੀਆਂ ਵਿੱਚ ਤੁਸਾਂ ਨੇ ਸਾਰੇ ਵਿਖਾ ਲੈਣਾ। ਜਿੱਥੇ ਵੀਰ ਸਾਡਾ
ਜਸਪਾਲ ਸੋਹਣਾ ਵੀਰਪੁਰੇ ਵਾਲ ਇਹ ਮੰਚ ਮੀਡੀਆ ਤੋਂ ਦਿਖਾ ਰਿਹਾ ਹੈ ਅਤੇ ਇਹ ਜਿਹੜੀ ਕਿਰਪਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਇੰਦਰਜੀਤ ਸਿੰਘ ਜਿਹੜਾ ਇੰਗਲੈਂਡ ਜੂ ਕੇ ਬਰਮਿੰਘਮ ਵਿੱਚ ਬੈਠਾ ਉਹਨੇ ਲੈ ਕੇ ਇਹ ਆਵਾਜ਼ ਕੌਮ ਚੈਨਲ ਜਿਹੜਾ ਹੈ ਨਾ ਇਹਨਾਂ ਵੀਰਾਂ ਕੋਲੋਂ ਸੇਵਾ ਲਈ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਗੱਲ ਮੁੱਕਦੀ ਜੀ, ਇੱਧਰ ਲੱਲਾ ਵੇਗ ਲੈ ਕੇ ਨਾਉ ਲਸ਼ਕਰ ਭਾਈ ਰੂਪੇ ਆ ਕੇ ਪਹੁੰਚ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਕੀਤਾ ਹੈ ਤਿਆਰ, ਵੀ ਜਦੋਂ ਤਿਆਰ ਕੀਤਾ ਹੈ ਇੱਧਰ ਜਿਹੜਾ ਲੱਲਾ ਵੇਗ ਹੈ ਇਹ ਗੁਰੂ ਪਾਤਸ਼ਾਹ ਮਹਾਰਾਜ ਦੇ ਵਾਰ ਕਰਨ ਵਾਸਤੇ ਤਿਆਰ ਬਾਰ ਤਿਆਰ ਹੋਇਆ। ਇੱਧਰ ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਕਿ ਪਾਤਸ਼ਾਹ ਆਗਿਆ ਬਖਸ਼ ਕਰੋ, ਦੁਸ਼ਮਣ ਚੜ ਕੇ ਆ ਗਿਆ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਸਿੱਖੋ, ਜਿਹੜੇ ਲਾਹੌਰ ਤੋਂ ਚੜ ਕੇ ਆਏ ਉਹਨਾਂ ਤੇ ਪਹਿਲ ਨਹੀਂ ਕਰਨੀ, ਆਧਾਰ ਕਿਸੇ ਦਾ ਰੱਖਣਾ ਨਹੀਂ। ਜਦੋਂ ਇਹ ਗੱਲ ਕਹੀ ਆ ਕਹਿਣ ਲੱਗੇ ਕਿ ਸਤਵਚਨ ਵੀ ਧੌਂਸਿਆਂ ਤੇ ਵੱਜੀਆਂ ਚੋਟਾਂ, ਵੀ ਦੋਹਾਂ ਦਲਾਂ ਦਾ ਲੱਗਾ ਹੁਣ ਮੁਕਾਬਲਾ, ਵਿਦਵਾਨ ਸ਼ਾਹ ਨੇ ਖਿੱਚਿਆ ਜੰਗ ਦਾ ਨਕਸ਼ਾ। ਉਹ ਕਹਿੰਦਾ ਹੋ ਕੇ ਅਮੋ ਸਾਹਮਣੇ ਦਾ ਦੋਵੇਂ ਜੁੱਟੇ, ਵੀ ਉੱਥੇ ਤੀਰ ਤੇ ਆਏ ਰਾਤ ਦੇ ਕਿਲਿਆਂ ਤੋਂ ਛੁੱਟੇ, ਉੱਥੇ ਹਿੱਕਾਂ ਹੋਈਆਂ ਛਾਲਣੀ ਕੇ ਮੱਥੇ ਫੁੱਟੇ, ਉੱਥੇ ਲੈ ਕੇ ਸਿਰ ਧੜਾਂ ਤੋਂ ਤੜ ਰਹਿ ਗਿਆ ਬੁੱਟੇ। ਵੀ ਇੱਕ ਪਾਸੇ ਜੈ ਦੇਵਾਂ ਦੇ ਨਾਰੇ, ਇੱਕ ਪਾਸੇ ਸੱਤ ਕਰਤਾਰ ਦੇ ਨਾਰੇ, ਇੱਧਰ ਗਿਆ ਲੱਲਾ ਵੇਗ ਜੰਗ ਦੇ ਮੈਦਾਨ ਦੇ ਵਿੱਚ, ਇੱਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਏ ਜੰਗ ਦੇ ਮੈਦਾਨ ਵਿੱਚ, ਵੀ ਦੋਹਾਂ ਜਾਣਿਆਂ ਦਾ ਲੱਗਾ ਹੁਣ ਮੁਕਾਬਲਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਛੱਡ ਕੇ ਜਕਾਰਾ ਮਾਰ ਕੇ ਲਲਕਾਰਾ, ਲੱਲਾ ਵੇਗ ਤੇ ਪਰਮਾ ਵਾਰ ਕੀਤਾ ਵਾਲਾ ਵਾਰ।
ਪਹਿਲਾ ਵੇਗ ਭੱਜਣ ਲੱਗਾ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹੋ ਜਿਹਾ ਭਰਮਾ ਵਾਰ ਕੀਤਾ, ਇਹਦਾ ਸਿਰ ਧਿਰ ਦੇ ਨਾਲੋਂ ਅਲੱਗ ਕਰ ਦਿੱਤਾ, ਧੜੰਮ ਕਰਕੇ ਜ਼ਮੀਨ ਤੇ ਡਿੱਗਿਆ। ਜਦੋਂ ਜਰਨੈਲ ਮੌਤ ਦੇ ਮੂੰਹ ਦੇ ਵਿੱਚ ਚਲਿਆ ਗਿਆ ਤਾਂ ਜਿਹੜੀਆਂ ਬਾਕੀ ਦੀਆਂ ਫੌਜਾਂ ਸਨ ਨਾ, ਉਹਨਾਂ ਨੇ ਮੈਦਾਨ ਛੱਡ ਦਿੱਤਾ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਜਿੱਤ ਹੋਈ ਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘਾਂ ਨੇ ਛੱਡੇ ਜਕਾਰੇ ਕਿ ਪਾਤਸ਼ਾਹ ਕਿਰਪਾ ਹੋ ਗਈ ਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਅਕਾਲ ਪੁਰਖ ਨੇ ਰਹਿਮਤ ਕੀਤੀ ਆ, ਪਾਪੀ ਜਰਵਾਣੇ ਜਿਹੜੇ ਚੜ ਕੇ ਆਏ ਸਨ, ਸਿੱਖਾਂ ਦਾ ਜਿਨ੍ਹਾਂ ਨੇ ਧੱਕਾ ਕੀਤਾ, ਸਿੱਖਾਂ ਦਾ ਜਿਨ੍ਹਾਂ ਨੇ ਧਰੋਹ ਕਮਾਇਆ, ਇਹ ਉਹਨਾਂ ਦੀ ਕੀ ਪਾਈ ਹੋਈ ਭਾਜੀ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਅਕਾਲ ਪੁਰਖ ਨੇ ਮੋੜੀ ਆ, ਆਓ ਗੁਰੂ ਕਿਰਪਾ ਕਰੇ। ਇਹ ਸੀ ਸੱਚ ਦੀ ਜਿੱਤ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, 29 ਤਰੀਕ ਨੂੰ ਆਪਾਂ ਉਹਨਾਂ ਦਾ ਪ੍ਰਕਾਸ਼ ਅਵਤਾਰ ਦਿਹਾੜਾ ਵੀ ਮਨਾ ਕੇ ਹਟੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨ। ਇੱਕ ਵਾਰ ਫਿਰ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜੀਓ ਆਇਆਂ, ਔਰ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਅਤੇ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ, ਇਹ ਗੁਰੂ ਸਾਹਿਬ ਦੇ ਘਰ ਦੀਆਂ ਜੋ ਸੇਵਾਵਾਂ ਚੱਲ ਰਹੀਆਂ ਨੇ ਨਾ, ਇਹ ਤੁਹਾਡੀਆਂ ਆਪਣੀਆਂ ਸੇਵਾਵਾਂ ਹੈ, ਆਪਣੀਆਂ ਜਾਣ ਕੇ ਤੁਸੀਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਦਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਸਫਲਿਆ ਕਰਦਿਆਂ ਹੋਇਆਂ ਆਪਣਾ ਦਸਵੰਧ ਗੁਰੂ ਕੀ ਗੋਲਕ ਵਿੱਚ ਪਾ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ 'ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਬੇਅੰਤ ਬਖਸ਼ਿਸ਼ ਹੈ, ਆਪ ਜੀਆਂ ਦੇ ਸਨਮੁੱਖ ਕਹਿਣ ਤੋਂ ਮੁਰਾਦ ਸਤਿਕਾਰਤਾਯੋਗ ਬਾਬਾ ਪਿਆਰਾ ਸਿੰਘ ਜੀ ਸਿਰਸਲੇ ਵਾਲੇ, ਉਹਨਾਂ ਨੇ ਵੀ ਜਿੰਨਾ ਕੁ ਸਮਾਂ ਆਪ ਜੀ ਬਖਸ਼ਿਸ਼ ਕਰੋਗੇ ਨਾ, ਹਾਜ਼ਰੀ ਭਰ ਕੇ ਆਪ ਜੀਆਂ ਦੇ ਚਰਨ ਪਰਸਣੇ ਨੇ, ਆਪ ਜੀਆਂ ਨਾਲ ਗੁਰਮਤਿ ਦੀਆਂ ਵਿਚਾਰਾਂ, ਇਤਿਹਾਸ ਦੀਆਂ ਵਿਚਾਰਾਂ, ਗੁਰਬਾਣੀ ਦੀਆਂ ਵਿਚਾਰਾਂ ਕਰਨੀਆਂ ਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਦਾਂ ਤੁਸਾਂ ਨੇ ਪਿਛਲੇ ਸਮੇਂ ਵਿੱਚ ਸੱਜ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ, ਅਤੇ ਹੁਣ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਥੱਲੇ ਲੰਗਰ ਛਕਦੀਆਂ ਨਾ, ਉਹ ਲੰਗਰ ਵੱਲੋਂ ਜਿਹੜੀ ਮੋਰਚੇ ਫਤਿਹ ਕਰਕੇ ਨਾ ਦੀਵਾਨ ਹਾਲ ਵਿੱਚ ਆਣ ਕੇ, ਆਪਾਂ ਤਨ ਦੀ ਜਿਹੜੀ ਖੁਰਾਕ ਸੀ ਸਾਨੂੰ ਤਾਂ ਸਕਰਨਾ ਤਾਂ ਕਿਸੇ ਨੇ ਕੀ ਸੀਗਾ, ਕਿਉਂ ਆਉਂਦਾ ਜਾਂਦਾ ਤਾਂ ਕੁਛ ਨਹੀਂ, ਐਵੇਂ ਕਮਲੀਆਂ ਕੁਮਲੀਆਂ ਜਿਹੀਆਂ ਮਾਰ ਕੇ ਟਾਈਮ ਪਾਸ ਕਰ ਲਿਆ। ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਲੰਗਰ ਵੱਲੋਂ ਫਤਿਹ ਪਾ ਕੇ ਦੀਵਾਨ ਵਿੱਚ ਬੈਠ ਕੇ ਸਤਿਕਾਰਤਾਯੋਗ ਬਾਬਾ ਪਿਆਰਾ ਸਿੰਘ ਜੀ ਹੁਣਾਂ ਦੇ ਕੋਲ ਆਪਾਂ ਖੁੱਲ੍ਹੇ ਸਮੇਂ ਦੇ ਵਿੱਚ ਖੁੱਲ੍ਹੀਆਂ ਵਿਚਾਰਾਂ ਸਰਵਣ ਕਰੀਏ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਮਰਾਮਾ ਤੋਂ ਸੰਗਤ ਆਈ, ਇਹਨਾਂ ਦਾ ਵੀ ਧੰਨਵਾਦ। ਜੰਡਿਆਲੇ ਤੋਂ ਮੇਰਾ ਵੀਰ ਆਇਆ ਭਾਈ ਮਨਜੀਤ ਸਿੰਘ ਜੀ ਹੁਣੇ ਆਏ, ਇਹ ਸਾਊਂਡ ਵਾਲੇ ਵੀਰ, ਬੜਾ ਵਧੀਆ ਸਾਊਂਡ ਹੈ ਇਹਨਾਂ ਦਾ ਵੀ, ਚੜ੍ਹਦੀ ਕਲਾ ਵਾਲਾ। ਜਦੋਂ ਕਿਤੇ ਉੱਧਰ ਜਾਈਦਾ ਨਾ ਸੇਵਾ ਕਰਨ ਵਾਸਤੇ, ਬਸ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਆ, ਸਾਊਂਡ ਦੀ ਆਵਾਜ਼ ਕਰਦੇ ਹੋ, ਕੀ ਕਰਦੇ ਹੋ, ਆਪਣੇ ਆਪ ਹੀ ਸੈੱਟ ਕਰ ਦਿੰਦੇ। ਬਾਬੇ ਦੀਆਂ ਖੁਸ਼ੀਆਂ ਕਿਰਤ ਕਰਦੇ ਆ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆ ਨਾਨਕ ਸਾਊਂਡ ਵਾਲਿਆਂ ਦਾ ਵੀ ਧੰਨਵਾਦ, ਮਹੰਤ ਜੀ ਹੁਣਾਂ ਦਾ ਧੰਨਵਾਦ, ਬੜੀ ਸੇਵਾ ਕਰਦੇ ਆ। ਮੈਂ ਕਿਹਾ ਮਹੰਤ ਜੀ ਹੁਣ ਆਪਾਂ ਇਤਿਹਾਸ ਵੀ ਸੁਣਨਾ, ਕਹਿੰਦੇ ਨਹੀਂ ਸੰਗਤ ਦੀ ਸੇਵਾ ਲੁੱਟਣੀ ਆ, ਪ੍ਰਧਾਨ ਸਾਹਿਬ ਸਾਡੇ ਲੰਗਰ ਵਿੱਚ ਹੀ ਫਿਰੀ ਜਾਂਦੇ ਆ, ਉਹ ਕਹਿੰਦੇ ਲੰਗਰ ਦੀ ਸੇਵਾ ਕਰਨੀ ਆ, ਚਲੋ ਥੱਲੇ ਜਾ ਕੇ ਵਾਰਤਾਲਾਪ ਨਾ ਨਾ ਕਰਦੇ ਆ, ਭੁੱਲਾਂ ਦੀ ਖਿਮਾ ਦਿਓ, ਅਸੀਸ ਅੱਧ ਵਸਿਆ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਥੋੜੀ ਪਿੱਛੇ ਹੋਰ ਕਰ ਦੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਕਰਿਓ ਕਿਰਪਾ ਸਾਰੇ, ਆ ਜਿਹੜੀਆਂ ਘੜੀਆਂ ਨੇ ਭਾਗਾਂ ਵਾਲੀਆਂ ਘੜੀਆਂ ਨੇ, ਸਤਿਗੁਰ ਜੀ ਨੇ ਮਹਾਨ ਮਹਾਨ ਕਿਰਪਾ ਰਹਿਮਤ ਕੀਤੀ ਆ ਸਾਡਾ ਸਾਰਿਆਂ ਦਾ ਭਾਗ ਸਵੱਲਾ। ਭਾਵੇਂ ਅੱਤ ਦੀ ਗਰਮੀ ਆ, ਪਰ ਜਿੰਨੀ ਗਰਮੀ ਵੱਧ ਹੁੰਦੀ ਆ ਨਾ ਭਾਈ, ਓਨਾ ਪ੍ਰੇਮ ਵੱਧ ਹੁੰਦਾ। ਆਖੋ ਸਤਨਾਮ। ਗਰਮੀ ਵੱਧ ਆ ਜਾਂ ਸਾਡਾ ਪ੍ਰੇਮ ਵੱਧ ਆ, ਇਸ ਗੱਲ ਦਾ ਪਤਾ ਲੱਗ ਜਾਂਦਾ ਜਿਹੜੇ ਸਤਿਗੁਰ ਜੀ ਦੇ ਸਾਹਮਣੇ ਆ ਕੇ ਬਹਿੰਦੇ ਨੇ, ਜਿਹੜੇ ਬਾਹਰ ਗੇੜਾ ਦੇ ਕੇ ਮੁੜ ਕੇ ਹਾਜ਼ਰੀ ਨਹੀਂ ਲੱਗਣੀ। ਆਓ ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਆਇਆ, ਸਾਡਾ ਆਉਣਾ ਬਹਿਣਾ ਪ੍ਰਵਾਨ ਹੋਵੇ। ਭਾਗਾਂ ਵਾਲੀਆਂ ਘੜੀਆਂ ਨੇ ਪੂਰਾ ਪੂਰਾ ਲਾਹਾ ਲਈਏ। ਸਤਿਗੁਰ ਜੀ ਅਪਰ ਅਪਾਰ ਕਿਰਪਾ ਕਰਨ, ਸਾਡਾ ਆਉਣਾ ਬਹਿਣਾ ਪ੍ਰਵਾਨ ਹੋਵੇ। ਸਾਰੇ ਮਨੋਬਿਰਤੀਆਂ ਕਾਗਰ ਕਰਕੇ ਹਾਜ਼ਰੀ ਦਰਗਾਹ ਤੱਕ ਲੱਗ ਜੇ, ਕੋਈ ਵੀ ਰਸਨਾ ਵਾਂਝੀ ਨਾ ਰਵੇ ਭਾਈ। ਸਾਰੇ ਕਿਰਪਾ ਕਰਿਓ ਭਾਈ। ਕੌਣ ਤਰਾ ਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਤਰਾ ਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕੈ ਪੈ ਦੀ ਖਿਆਲੇਵਾ, ਕੌਣ ਗੁਰੂ ਕੈ ਪੈ ਦੀ ਖਿਆਲੇਵਾ, ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ।
ਤੇਰਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜੀਓ ਅੰਤ ਨਾ ਜਾਣਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਨ ਜਿੰਨੀ ਤੇ ਆਇਆ, ਇੱਕ 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 ਮਨ ਜਿੰਨੀ ਤੇ ਆਇਆ, ਆਇਆ ਤਿੰਨ ਕਾ ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ ਹੈ, ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ ਹੈ, ਆਇਆ ਜਿੰਨ ਕਾ ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ, ਆਇਆ ਤਿੰਨ ਕਾ ਸਫਲ ਪਿਆ, ਆਇਆ ਤਿੰਨ ਕਾ ਸਫਲ ਪਿਆ ਹੈ, ਆਇਆ ਤਿੰਨ ਕਾ ਸਫਲ ਪਿਆ ਹੈ, ਇੱਕ ਮਨ ਜਿੰਨੀ ਤੇ ਆਇਆ, ਇੱਕ ਮਨ ਜਿੰਨੀ ਤੇ ਆਇਆ, ਇੱਕ ਮਨ ਜਿੰਨੀ ਤੇ ਆਇਆ, ਕਰੋ ਕਿਰਪਾ, ਇੱਕ ਮਨ ਜਿੰਨੀ ਤੇ ਆਇਆ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾ, ਨਿਧਾਨਾ ਮਹਿਮਾ ਤੁਮਰੀ ਮਹਿਮਾ, ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਵਾਹਿਗੁਰੂ ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਕਨਹੇਰੇ, ਪਸ਼ੂ ਪਰੇਤ ਮੁਗਦ ਕੋ ਤਾਰੇ, ਪਾਹਨ ਪਾਰ ਉਤਾਰੇ,
ਨਾਨਕ ਦਾਸ ਤੇਰੀ ਸ਼ਰਨ ਸਦਾ ਸਦਾ ਬਲਿਹਾਰੇ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਬੋਲੋ ਭੈਣੋ ਗੁਰ ਬਲ ਬਲ ਜਾਈਏ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ ਸਤਿਗੁਰ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਮਿਲ ਕੇ ਬਹਿਣ ਦੀਆਂ ਘੜੀਆਂ ਮਿਲੀਆਂ ਨੇ ਤਨ ਕਰਕੇ ਜੁੜਿਆ ਜੀ ਥੋੜਾ ਜਿਹਾ ਯਤਨ ਕਰੀਏ ਇੱਕ ਮਨ ਹੋਈਏ ਇੱਕ ਮਨ ਹੁਣ ਕਈਆਂ ਦੇ ਦੋ ਮਨ ਬਣਾਏ ਹੋਏ ਨੇ ਵੀ ਇੱਥੇ ਬੈਠੀਏ ਜਾਂ ਬਾਹਰ ਚੱਲੀਏ ਨਹੀਂ ਭਾਈ ਮਹਾਰਾਜ ਕਹਿੰਦੇ ਨੇ ਆਇਆ ਤਿਨਕਾ ਸਫਲ ਭਇਆ ਹੈ ਆ ਸੁਣਿਓ ਜੀ ਇੱਕ ਮਨ ਜਿਨੀ ਧਿਆਇਆ ਜਿਨ੍ਹਾਂ ਨੇ ਇੱਕ ਮਨ ਹੋ ਕੇ ਬਾਹਰੀ ਖਿਆਲਾਂ ਨੂੰ ਰੋਕ ਕੇ ਇਕਾਗਰ ਮਨ ਕਰਕੇ ਜਿਨ੍ਹਾਂ ਨੇ ਧਿਆਇਆ ਜਿਨ੍ਹਾਂ ਨੇ ਜਪਿਆ ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਲੇਖੇ ਵਿੱਚ ਪੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਪਾਂ ਆਏ ਹਾਂ ਜੀ ਸਾਡਾ ਆਉਣਾ ਲੇਖੇ ਵਿੱਚ ਪੈ ਜੇ ਸਾਡਾ ਬਹਿਣਾ
ਪ੍ਰਵਾਨ ਕਰ ਲੈਣ ਮਹਾਰਾਜ, ਜਿਨ੍ਹਾਂ ਦਾ ਆਉਣਾ ਬਹਿਣਾ ਪ੍ਰਵਾਨ ਹੋ ਗਿਆ ਉਹਨਾਂ ਦਾ ਜਗਤ ਹੀ ਆਉਣਾ ਲੇਖੇ ਵਿੱਚ ਪੈ ਜਾਂਦਾ। ਆਓ ਭਾਗਾਂ ਵਾਲੀਆਂ ਘੜੀਆਂ ਨੇ ਸਤਿਗੁਰ ਜੀ ਦੇ ਵਿਆਹ ਗੁਰਪੁਰਬ ਦੀਆਂ ਘੜੀਆਂ, ਵਿਆਹ ਗੁਰਪੁਰਬ ਦੀਆਂ ਖੁਸ਼ੀਆਂ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਆ ਜਿਹੜਾ ਇਲਾਕਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹਾਨ ਮਹਾਨ ਕਿਰਪਾ ਰਹਿਮਤ ਕੀਤੀ, ਇਸ ਇਲਾਕੇ ਵਿੱਚ ਚਰਨ ਪਾਏ, ਇੱਥੇ ਆ ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇੱਥੇ ਬਰਾਤ ਇੱਕ ਰਾਤ ਰੁਕੀ ਸੀ ਭਾਈ, ਇੱਥੇ ਠਹਿਰਾਓ ਕੀਤਾ ਸੀ ਬਰਾਤ ਨੇ, ਅਤੇ ਵੇਖ ਲਓ ਕਿੰਨੇ ਭਾਗਾਂ ਵਾਲੀ ਧਰਤੀ ਆ ਜਿੱਥੇ ਸਤਿਗੁਰ ਜੀ ਨੇ ਮੁਬਾਰਕ ਚਰਨ ਪਾਏ ਨੇ। ਆਪਾਂ ਨੂੰ ਬਹਿਣ ਦੀਆਂ ਘੜੀਆਂ ਮਿਲੀਆਂ ਨੇ, ਤਨ ਕਰਕੇ ਜੁੜੇ ਹਾਂ, ਮਨ ਕਰਕੇ ਵੀ ਹਾਜ਼ਰੀਆਂ ਲਾਓ, ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸ ਨਵਾ ਕੇ ਇੱਕੋ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਆਇਆ ਅਰਦਾਸ ਕਰਨ ਆਇਆ, ਮਹਾਰਾਜ ਕਿਰਪਾ ਕਰਿਓ ਸਾਡਾ ਜਗ ਤੇ ਆਉਣਾ ਪ੍ਰਵਾਨ ਹੋ ਜਾਏ, ਤੇਰੇ ਦਰ ਘਰ ਨਾਲ ਬਾਣਾ ਵੇ ਮਾਲਕ ਜੀ, ਖੋਟਿਆਂ ਕਰਮਾਂ ਕਰਕੇ ਵਿਛੋੜਾ ਪੈਂਦਾ ਤੇ ਚੰਗੀਆਂ ਕਰਮਾਂ ਕਰਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਆ ਵਹਿੰਦੇ ਹਾਂ। ਆ ਜਿਹੜੀਆਂ ਮੇਲੇ ਦੀਆਂ ਘੜੀਆਂ ਸਾਨੂੰ ਮਿਲੀਆਂ ਨੇ, ਦੁਨੀਆਂ ਤਰਸਦੀ ਰਹਿੰਦੀ ਆ, ਕਈਆਂ ਦੀਆਂ ਸਲਾਹਾਂ ਨਹੀਂ ਬਣਦੀਆਂ ਭਾਈ, ਬਾਬਾ ਜੀ ਕਰਾਵਾਂਗੇ ਖੰਡ ਪਾਠ ਕਦੋਂ, ਜਦੋਂ ਗਰਮੀ ਲੰਘ ਜਾਏ। ਗਰਮੀ ਆ ਗਈ ਫਿਰ ਕਹਿੰਦੇ ਆ ਸਰਦੀ ਆ ਗਈ, ਠੰਡ ਬੜੀ ਆ ਫਿਰ ਕਰਾਵਾਂਗੇ। ਸਲਾਹਾਂ ਕਰਦੇ ਆ ਜੱਗ ਵਿੱਚੋਂ ਤੁਰ ਜਾਂਦੇ ਆ, ਪਰ ਭਾਗਾਂ ਤੋਂ ਬਿਨਾ ਆ ਘੜੀਆਂ ਨਹੀਂ ਮਿਲਦੀਆਂ। ਆਖੋ ਸਤਨਾਮ ਸ੍ਰੀ ਵਾਹ, ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾ ਸਾਡਾ ਤਨ ਵੀ ਤੇ ਸਾਡਾ ਮਨ ਵੀ ਨਿਹਾਲ ਹੁੰਦਾ ਕਦੋਂ, ਜਦੋਂ ਠੇਕੇ ਤੇ ਜਾਂਦੇ ਆ ਨਹੀਂ ਭਾਈ, ਜਾਂ ਟੈਲੀਵਿਜ਼ਨ ਮੂਹਰੇ ਵਹਿੰਦੇ ਆ ਨਹੀਂ, ਜਾਂ ਗੁਰ ਦੇਖਾ ਸਾਹਮਣੇ, ਜਦੋਂ ਸਤਿਗੁਰ ਜੀ ਦੇ ਸਾਹਮਣੇ ਵਹਿੰਦੇ ਹਨ ਆ ਘੜੀਆਂ ਮਿਲ ਜਾਣ। ਜਿਨ ਕਉ ਨਦਰ ਕਰਮ ਤਿਨ ਕਾ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਰ। ਆਪਾਂ ਜੇ ਆਇਆ ਹੁਣ ਅਰਦਾਸ ਕਰੀਏ ਮਾਲਕਾ ਬਣ ਆਵੇ, ਆ ਪ੍ਰੀਤ ਪੱਕ ਜਾਏ, ਮੱਛੀ ਵਾਂਗੂ ਪ੍ਰੀਤ ਪਾਲਾ। ਮਹਾਰਾਜ ਕਹਿੰਦੇ ਨੇ ਜਿਉਂ ਮੱਛਲੀ ਬਿਨ ਪਾਣੀ ਹੈ,
ਕਿਉਂ ਜੀਵਨ ਪਾਵੈ ਬੂੰਦ ਬਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਮੱਛੀ ਦਾ ਜੀਵਨ ਬਣ ਜਾਂਦਾ ਪਾਣੀ ਮੱਛੀ ਦਾ ਪਾਣੀ ਬਿਨਾਂ ਗੁਜ਼ਾਰਾ ਨਹੀਂ ਆਖੋ ਸਤਨਾਮ ਮੋਹੇ ਮਛਲੀ ਤੂੰ ਮਨੀਰ ਤੁਝ ਬਿਨ ਕਿਉਂ ਸਰੈ ਐ ਮਾਲਕ ਮੈਂ ਤੇ ਮੱਛੀ ਦੀ ਨਿਆਈ ਹਾਂ ਆਪ ਜੀ ਪਾਣੀ ਦੀ ਨਿਆਈ ਹੋ ਦਾਤਾ ਜੀ ਮੋਹੇ ਮਛਲੀ ਤੂੰ ਮਨੀਰ ਤੁਝ ਬਿਨ ਕਿਉਂ ਸਰੈ ਕਿਵੇਂ ਗੁਜ਼ਾਰਾ ਮਾਲਕ ਜੀ ਮੱਛੀ ਦਾ ਪਾਣੀ ਬਿਨਾਂ ਸਰਦਾ ਨਹੀਂ ਮੇਰਾ ਤੇਰੇ ਦਰਸ਼ਨਾਂ ਵਾਜੋਂ ਗੁਜ਼ਾਰਾ ਨਹੀਂ ਆਖੋ ਸਤਨਾਮ ਮੋਹੇ ਚਾਤੁਰਕ ਤੁਮ ਬੂੰਦ ਤਰਪਤੋ ਮੁਖ ਪਰੈ ਚਾਤੁਰਕ ਕਹਿੰਦੇ ਨੇ ਪਪੀਹੇ ਨੂੰ ਐ ਮਾਲਕ ਜੀ ਮੈਂ ਤੇ ਪਪੀਹੇ ਦੀ ਨਿਆਈ ਹਾਂ ਪਪੀਹੇ ਦੀ ਪਿਆਸ ਸਵੰਤੀ ਬੂੰਦ ਮਿਲਦੀ ਆ ਤਾਂ ਉਹਦੀ ਪਿਆਸ ਮਿਟਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੋਹੇ ਚਾਤੁਰਕ ਤੁਮ ਬੂੰਦ ਤਰਿਪ ਤੋ ਮੁਖ ਪਰੈ ਜਦੋਂ ਤੇਰਾ ਨਾਮ ਮਾਲਕਾ ਮੇਰੇ ਮੁਖ ਵਿੱਚ ਪੈਂਦਾ ਮੇਰੀ ਜਨਮਾਂ ਜਨਮਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਆ ਆਓ ਜੇ ਮਾਲਕ ਦੇ ਚਰਨਾਂ ਵਿੱਚ ਆਇਆ ਫਿਰ ਅਰਦਾਸ ਆ ਸਾਡੀ ਸਿੱਖ ਪੱਲੇ ਅਰਦਾਸ ਸਾਰਿਆਂ ਤੋਂ ਵੱਡੀ ਪਾਵਰ ਆ ਸਾਡੇ ਕੋਲ ਪਹਿਲਾਂ ਜਿੰਨੇ ਅਵਤਾਰ ਆਏ ਪੀਰ ਪੈਗੰਬਰ ਔਲੀਏ ਆਏ ਜਿਹਨੇ ਜਿਹਨੇ ਗੁਨਾਹ ਕੀਤਾ ਨਾ ਜਿਹਨੇ ਜਿਹਨੇ ਔਗਣ ਕੀਤਾ ਉਹਨੂੰ ਭੋਗਣਾ ਪੈਂਦਾ ਜਿਹੜਾ ਇੱਕ ਵਾਰੀ ਪਾਪਾਂ ਦੇ ਰਾਹ ਤੇ ਤੁਰ ਪਿਆ ਮੁੜ ਕੇ ਨਹੀਂ ਗੱਲ ਬਣਦੀ ਹੁਣ ਜੇ ਭਗਵਾਨ ਕ੍ਰਿਸ਼ਨ ਜੀ ਆਏ ਰਾਮ ਜੀ ਆਏ ਸੁਣਿਓ ਜੀ ਤੇ ਨਾਲ ਪਾਪੀ ਵੀ ਆਏ ਬਸ ਪਾਪੀਆਂ ਨੂੰ ਮਾਰ ਕੀ ਸਾਹ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਇੱਥੇ ਧੰਨ ਗੁਰੂ ਨਾਨਕ ਜੀ ਆਏ ਮਾਰਿਆ ਤੇ ਹੈ ਹੀ ਨਹੀਂ ਭਾਈ ਬਸ ਪ੍ਰੇਮ ਦਾ ਤੀਰ ਮਾਰਿਆ ਧੰਨ ਗੁਰੂ ਨਾਨਕ ਜੀ ਨੇ ਆ ਗੁਰਮੁਖ ਗਾਡੀ ਰਾਹ ਚਲਾਇਆ ਸੱਜਣ ਵਰਗੇ ਠੱਗਾਂ ਨੂੰ ਮਹਾਰਾਜ ਨੇ ਧਰਮੀ ਬਣਾਇਆ ਜੇ ਔਗਣ ਕੀਤੇ ਨੇ ਔਗਣਾਂ ਦਾ ਰਾਹ ਛੱਡ ਕੇ ਤਿਆਗ ਕੇ ਤੂੰ ਗੁਣ ਧਾਰਨ ਕਰ ਲਾ ਮਹਾਰਾਜ ਕਹਿੰਦੇ ਨੇ ਤੂੰ ਵੀ ਗੁਰਮੁਖ ਬਣ ਸਕਦਾ ਆਖੋ ਸਤਨਾਮ ਸ੍ਰੀ ਵਾਹ ਆਪਾਂ ਜੇ ਆਏ ਹਾਂ ਮਾਲਕ ਦੇ ਦਰ ਤੇ ਅਰਦਾਸਾਂ ਕਰੀਏ ਮਾਲਕ ਜੀ ਜੇ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਤੇਰੇ ਨਾਮ ਦਾ 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 ਸਹਾਰਾ ਲੈ ਕੇ ਮਾਲਕਾ
ਭਵ ਜਲ ਪਾਰ ਲੰਘਣਾ ਤੇਰੇ ਨਾਮ ਦਾ ਸਹਾਰਾ ਲੈ ਕੇ ਪਾਰ ਭਵ ਜਲ ਪਾਰ ਲੰਘਣਾ ਤੇਰੇ ਨਾਮ ਦਾ ਸਹਾਰਾ ਲੈ ਕੇ ਮਾਲਕਾ ਭਵ ਜਲ ਪਾਰ ਲੰਘਣਾ ਤੇਰੇ ਨਾਮ ਦਾ ਸਹਾਰਾ ਲੈ ਕੇ ਮਾਲਕਾ ਤੇਰੇ ਨਾਮ ਦਾ ਸਹਾਰਾ ਲੈ ਕੇ ਭਵ ਜਲ ਪਾਰ ਲੰਘਣਾ ਬੋਲੋ ਸੰਗਤੇ ਭਵ ਜਲ ਪਾਰ ਲੰਘਣਾ ਨਾਮ ਦਾ ਸਹਾਰਾ ਸਹਾਰਾ ਲੈ ਕੇ ਮਨ ਕਾ ਤੇਰੇ ਨਾਮ ਦਾ ਸਹਾਰਾ ਨਾਮ ਦਾ ਸਹਾਰਾ ਲੈ ਕੇ ਮਾਲਕਾ ਭਵ ਜਲ ਪਾਰ ਤੇਰੇ ਨਾਮ ਦਾ ਸਹਾਰਾ ਲੈ ਕੇ ਮਾਲਕਾ ਭਵ ਜਲ ਪਾਰ ਲੰਘਣਾ ਨਾਮ ਦਾ ਸਹਾਰਾ ਲੈ ਕੇ ਮਾਲਕਾ ਜਲ ਪਾਰ ਲੰਘਣਾ ਤੇਰਾ ਦਾ ਸਹਾਰਾ ਪਾਰ ਦਾ ਭਵ ਜਲ ਪਾਰ ਲੰਘਣਾ ਤੇਰੇ ਨਾਮ ਦਾ ਸਹਾਰਾ ਲੈ ਕੇ ਮਾਰ ਭਵ ਜਲ ਪਾਰ ਲੰਘਣਾ ਤੇਰੇ ਨਾਮ ਸਹਾਰਾ ਲੈ ਕੇ ਮਾਲਕਾ ਭਵ ਜਲ ਪਾਰ ਲੰਘਣਾ
ਜਲ ਪਾਰ ਲੰਘਣਾ ਅੱਜ ਤੇਰੇ ਨਾਮ ਦਾ ਸਹਾਰਾ ਲੈ ਕੇ ਬਾਲ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਆਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਇੱਕ ਨਹੀਂ ਅਨੇਕਾਂ ਜਨਮ ਲੰਘ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਕਹਿੰਦਿਆਂ ਜੀ ਭਟਕਦਿਆਂ ਜਨਮ ਲੰਘਿਆ ਜੇ ਨਾਮੀ ਨਹੀਂ ਹੋਏ ਜੇ ਗੁਰੂ ਵਾਲੇ ਨਹੀਂ ਬਣੇ ਜੇ ਗੁਰੂ ਦਾ ਪ੍ਰੇਮ ਨਹੀਂ ਜਾਗਿਆ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਪਰ ਹੁਣ ਕਿਰਪਾ ਕਰਿਓ ਮਹਾਰਾਜ ਜਨਮ ਲੰਘਿਆ ਡੋ ਪ੍ਰਭੂ ਭਵਜਲ ਸੰਸਾਰ ਚੋਂ ਪਾਰ ਕਰਿਓ ਮਹਾਰਾਜ ਕਰਿਓ ਕਿਰਪਾ ਭਵਜਲ ਤੇ ਕਹੋ ਪ੍ਰਭੂ ਨਾਨਕ ਤੇਰੀ ਟੇਕ ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਭਾਗਾਂ ਵਾਲੇ ਬਣ ਗਏ ਆਓ ਥੋੜਾ ਜਿਹਾ ਸਮਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਥੋੜੇ ਦਿਨ ਪਹਿਲਾਂ ਲੰਘਿਆ ਪਰ ਜੇ ਗੁਰੂ ਨਾਨਕ ਦੇ ਘਰ ਦੇ ਮਾਲਕ ਬਣੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਇੱਕ ਬਚਨ ਪੁਗਾਇਆ ਇੱਕ ਇੱਕ ਬੋਲ ਕਮਾਇਆ ਇਹਦਾ ਭਾਵ ਕੀ ਆ ਵੀ ਆਪਣੇ ਗੁਰੂ ਪਿਤਾ ਦੀ ਆਗਿਆ ਤੋਂ ਬਾਹਰ ਨਹੀਂ ਗਏ ਆਖੋ ਸਤਨਾਮ ਅੱਜ ਕਈ ਮਾਂ ਪਿਓ ਕਹਿੰਦੇ ਨੇ ਬਾਬਾ ਜੀ ਸਾਡੇ ਬੱਚੇ ਸਾਡਾ ਗਿਆ ਨਹੀਂ ਮੰਨਦੇ ਸਾਡੀ ਆਗਿਆ ਨਹੀਂ ਮੰਨਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੇ ਪਿਤਾ ਦੀ ਆਗਿਆ ਕਮਾਈ ਆਪਣੇ ਗੁਰੂ ਦੀ ਆਗਿਆ ਕਮਾਈ ਅੱਜ ਜਿਹੜਾ ਬੰਦਾ ਮਾਂ ਪਿਓ ਦੀ ਆਗਿਆ ਨਹੀਂ ਮੰਨਦਾ ਰੱਬ ਦੀ ਆਗਿਆ ਮੰਨੇ ਨਹੀਂ ਸਕਦਾ ਆਖੋ ਸਤਨਾਮ ਰੱਬ ਦੀ ਆਗਿਆ ਨਹੀਂ ਮੰਨ ਸਕਦਾ ਜਿਹਨੇ ਮਾਂ ਪਿਓ ਦੀ ਆਗਿਆ ਨਹੀਂ ਮੰਨੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਮੰਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਇੱਕ ਬਚਨ ਕਮਾਇਆ ਆਗਿਆ ਸਮ ਨਹੀਂ ਸਾਹਿਬ ਸੇਵਾ ਮਹਾਰਾਜ ਕਹਿੰਦੇ ਨੇ ਸਾਰਿਆਂ ਤੋਂ ਵੱਡੀ ਆਗਿਆ ਜੇ ਤੱਤੀ ਤਵੀ ਤੇ ਬਹਿ ਗਏ ਤਾਂ ਵੀ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਿਆ ਹਰ ਕਾ ਨਾਮ ਹਿਰਦੈ ਨਿਤ ਤਿਹਾਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਤੇਰਾ ਕੀਆ ਮਿੱਠਾ ਲਾਗੈ ਜਿਹਨੇ ਰੱਬ ਦੀ ਆਗਿਆ ਸਤ ਕਰਕੇ ਮੰਨੀ ਉਹਦੀਆਂ ਜੈ ਜੈਕਾਰਾਂ ਨੇ ਤੇਰਾ ਕੀਆ ਮਿੱਠਾ ਲਾਗੈ ਮਾਲਕ ਜੀ ਦਾ ਭਾਣਾ ਮਿੱਠਾ ਕਰਕੇ ਮੰਨ ਲੈਣਾ ਸਾਰਿਆਂ ਤੋਂ ਵੱਡਾ ਪ੍ਰੇਮ ਆ ਖਿਮਾ ਕਰਿਓ ਜੀ ਸਾਡੇ ਤੇ ਉਲਾਮੇ ਨਹੀਂ ਮੁੱਕਦੇ ਮੇਰੀ ਗਰੀਬੀ ਨਹੀਂ ਕੱਟੀ ਮੇਰਾ ਘਰ ਨਹੀਂ ਬਣਾਇਆ ਮੇਰਾ ਮੁੰਡਾ ਨਹੀਂ ਬਾਹਰ ਘੱਲਿਆ ਬਾਹਰ ਗਿਆ ਤੇ ਪੱਕਾ ਨਹੀਂ ਕੀਤਾ ਸਾਡੇ ਤੇ ਉਲਾਮੇ ਨਹੀਂ ਮੁੱਕਦੇ ਪਰ ਜਿਨ੍ਹਾਂ ਦੇ ਪਿਆਰ ਵਿੱਚ ਆਪਾਂ ਜੁੜੇ ਬੈਠੇ ਹਾਂ ਨਾ
ਉਹਨਾਂ ਦਾ ਬਚਨਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਐ ਮਾਲਕ ਜੀ ਤੇਰੀ ਆਗਿਆ ਵਿੱਚ ਰਵਾਂ, ਤੇਰਾ ਹੁਕਮ ਸਤ ਕਰਕੇ ਮੰਨਾ। ਜਿਨ੍ਹਾਂ ਨੇ ਮਾਲਕ ਨਾਲ ਪ੍ਰੇਮ ਪਾਇਆ ਉਹ ਤੇ ਸਦਾ ਕਹਿੰਦੇ ਨੇ ਮੁਖ ਦੁਨੀਆ ਮੋੜ ਲਵੇ, ਜੱਗ ਦੀ ਪਰਵਾਹ ਨਹੀਂ। ਮਹਾਰਾਜ ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਪਾਈ ਆਂਡੀਆਂ ਗਵਾਂਢੀਆਂ ਦੀ ਪਰਵਾਹ ਨਹੀਂ ਹੁੰਦੀ। ਫਿਰ ਆਂਡੀ ਗਵਾਂਢੀ ਭਾਵੇਂ ਬੁਲਾਉਣ ਤੇ ਭਾਵੇਂ ਨਾ ਬੁਲਾਉਣ, ਸਾਕ ਕਬੀਲੇ ਵਾਲੇ ਭਾਵੇਂ ਵਰਤਾਰਾ ਰੱਖਣ ਤੇ ਭਾਵੇਂ ਨਾ ਰੱਖਣ, ਉਹ ਤੇ ਸਦਾ ਕਹਿੰਦੇ ਨੇ ਬਾਜਾਂ ਵਾਲਿਆ ਤੇਰੀ ਕਿਰਪਾ ਮਿਲੇ ਸਾਨੂੰ, ਤੇਰੇ ਦਰਸ਼ਨ ਹੋਣ, ਜੱਗ ਦੀ ਪਰਵਾਹ ਨਹੀਂ। ਆਖੋ ਸਤਨਾਮ। ਸਾਈਆਂ ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ, ਸਾਈਆਂ 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 ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ, ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੋੜੀ ਮੁਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ, ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ। ਸਾਡੀ ਲੱਗੀ ਪਰਿਤੀ ਨੂੰ ਸਾਈਆਂ, ਲੱਗੀ ਪਰਿਤੀ ਨੂੰ, ਸਾਡੀ ਲੱਗੀ ਪਰਿਤੀ ਨੂੰ, ਲੱਗੀ ਪਰਿਤੀ ਨੂੰ, ਸਾਡੀ ਲੱਗੀ ਪਰਿਤੀ ਨੂੰ, ਪਰਿਤੀ ਨੂੰ, ਸਾਡੀ ਲੱਗੀ ਪਰਿਤੀ, ਲੱਗੀ ਪਰਿਤੀ, ਹਾਂ ਲੱਗੀ ਪਰਿਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪਰਿਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਲੱਗੀ ਪਰਿਤੀ ਨੂੰ, ਸਾਈਆਂ ਤੂੰ ਐਵੇਂ ਨਾ, ਸਾਡੀ ਲੱਗੀ ਪਰਿਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪਰਿਤੀ ਨੂੰ, ਲੱਗੀ ਪਰਿਤੀ ਨੂੰ, ਆਈਆਂ ਤੋਂ ਮੈਂ ਨਾ ਤੋੜੀ, ਮੁਖ ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ,
ਨਾ ਮੋੜ ਲਵੇ ਮੁੱਖ ਦੁਨੀਆ ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁੱਖੜਾ ਨਾ ਦੁਨੀਆ ਮੋੜ ਲਵੇ ਸਾਈਆਂ ਤੂੰ ਮੁੱਖੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਈਆਂ ਤੂੰ ਮੁੱਖੜਾ ਨਾ ਮਾਲਕਾ ਨਾਮ ਦੀਆਂ ਖੈਰਾਂ ਚੋਲੀ ਪਾਇਓ ਮਹਾਰਾਜ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਸਾਰਾ ਜੀਵਨ ਲੱਗ ਜਾਂਦਾ ਸਾਰਾ ਜੀਵਨ ਜਿਨ੍ਹਾਂ ਦਾ ਮਾਲਕ ਨਾਲ ਪ੍ਰੇਮ ਆ ਨਾ ਭਾਈ ਫਿਰ ਉਹਨਾਂ ਦਾ ਜੱਗ ਨਾਲ ਮੋਹ ਨਹੀਂ ਪੈਂਦਾ ਦਾਤਾਂ ਨਾਲ ਮੋਹ ਨਹੀਂ ਪੈਂਦਾ ਉਹਨਾਂ ਦਾ ਦਾਤੇ ਨਾਲ ਪਿਆਰ ਆ ਤੇ ਦਾਤੇ ਨੂੰ ਮੰਗਦੇ ਨੇ ਮਾਲਕ ਜੀ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਨੂੰ ਇਤਿਹਾਸ ਪੜ੍ਹ ਲਿਓ ਜਿੰਨਾ ਪ੍ਰੇਮ ਸੰਗਤ ਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਨਾ ਪ੍ਰੇਮ ਆ ਦੁਨੀਆ ਵਿੱਚ ਮਿਸਾਲ ਨਹੀਂ ਮਿਲਣੀ ਭਾਈ ਸੰਗਤ ਦਾ ਕਿਹਾ ਸਤ ਕਰਕੇ ਮੰਨਿਆ ਮਹਾਰਾਜ ਕਹਿੰਦੇ ਨੇ ਸੰਗਤ ਦਾ ਹੁਕਮ ਸਾਰਿਆਂ ਤੋਂ ਵੱਡਾ ਹੁਕਮ ਆ ਸੰਗਤ ਦੀ ਸੇਵਾ ਇਹ ਸਾਰਿਆਂ ਨਾਲੋਂ ਵੱਡੀ ਸੇਵਾ ਉਹ ਵੇਲਾ ਯਾਦ ਕਰ ਲਈਏ ਜਦੋਂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਚੰਦੂ ਸੁਣਿਓ ਆਪਣੀ ਧੀ ਦਾ ਨਾਤਾ ਪੱਕਾ ਕਰਨ ਵਾਸਤੇ ਕਹਿੰਦਾ ਨਾ ਪੰਡਿਤ ਲੋਕਾਂ ਨੂੰ ਵੀ ਮੇਰੀ ਧੀ ਵਿਆਹ ਦੇ ਯੋਗ ਹੋ ਗਈ ਚੰਗਾ ਘਰ ਲੱਭੋ ਚੰਗਾ ਘਰਾਣਾ ਹੋਵੇ ਚੰਗੀ ਜ਼ਮੀਨ ਜਾਇਦਾਦ ਹੋਵੇ ਜਾਗੀਰ ਹੋਵੇ ਸੁੱਖਾਂ ਦਾ ਘਾਟਾ ਨਾ ਹੋਵੇ ਤੇ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਚੰਦੂ ਉਹਦੀ ਲੜਕੀ ਦਾ ਨਾਤਾ ਪੱਕਾ ਕਰਨ ਲਈ ਜਦੋਂ ਪੰਡਿਤ ਆਏ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਦਰਬਾਰ ਵੇਖਿਆ ਜੈ ਜੈਕਾਰਾਂ ਵੇਖੀਆਂ ਸੰਗਤਾਂ ਦਾ ਪਿਆਰ ਵੇਖਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਪਰ ਜਿੰਨੇ ਵੀ ਆਏ ਮਨ ਨੀਵਾਂ ਕਰਕੇ ਆਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਵੀ ਜੇ ਆਏ ਹਾਂ ਮਨ ਵਿੱਚ ਮਾਣ ਨਾ ਲੈ ਕੇ ਆਈਏ ਇਹ ਸੁਣਿਓ ਜੀ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਮਾਣ ਕਰਕੇ ਆਉਂਦਾ ਨਾ ਬਈ ਮੇਰੇ ਵਰਗਾ ਹੈ ਕੋਈ ਨਹੀਂ ਮਾਰਿਆ ਜਾਂਦਾ ਜਿਹੜਾ ਮਨ ਨੀਵਾਂ ਕਰਕੇ ਆਵੇ ਉਹ ਭਾਗਾਂ ਵਾਲਾ ਬਣ ਜਾਂਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਦਰਬਾਰ ਸਜਿਆ ਪਿਆਰ ਵਾਲੇ ਆਏ ਮਨ ਨੀਵਾਂ ਕਰਕੇ ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ
ਪਰ ਆਪਾਂ ਕਹਿੰਦੇ ਹਾਂ ਮੇਰੇ ਵਰਗਾ ਹੈ ਕੋਈ ਨੀ। ਨਹੀਂ ਭਾਈ, ਬਾਬਾ ਕਬੀਰ ਜੀ ਦਾ ਕਥਨ ਆ, ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ, ਜਿਨੇ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਜਿਹੜਾ ਮਨ ਨੀਵਾਂ ਕਰਕੇ ਆਵੇ ਸਦਾ ਹੀ ਪੜੇ ਮਾਲਕਾ, ਆਹ ਜਿਹੜੀਆਂ ਜੈ ਜੈਕਾਰਾਂ ਨੇ ਇਹ ਤੇਰੇ ਨਾਮ ਦਾ ਚਾਨਣ, ਤੇਰੇ ਨਾਮ ਕਰਕੇ ਜੈ ਜੈਕਾਰਾਂ ਨੇ। ਸਭ ਵਡਿਆਈਆਂ ਤੇਰੀਆਂ ਸਨ, ਮੂਰਖਾਂ ਨੂੰ ਕੋਈ ਵੀ ਨਾ ਜਾਣ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣੇ।
ਸਦਾ ਜੈ ਜੈਕਾਰਾਂ ਤੇਰੇ ਨਾਮ ਕਰਕੇ ਨੇ। ਇਸ ਯੁਗ ਮੈਂ ਸ਼ੋਭਾ ਨਾਮ ਕੀ, ਬਿਨ ਨਾਵੇਂ ਸ਼ੋਭ ਨਾ ਹੋਏ। ਮਹਾਰਾਜ ਕਹਿੰਦੇ ਜੇ ਸ਼ੋਭਾ ਵਡਿਆਈ ਆ ਜੈ ਜੈਕਾਰਾ ਨਾਮ ਕਰਕੇ ਆ, ਜਿਹੜੀ ਮਾਇਆ ਦੀ ਵਡਿਆਈ ਆ, ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਜਿਹੜੀ ਮਾਇਆ ਦੀ ਵਡਿਆਈ ਆ, ਇਹ ਤੇ ਚਾਰ ਦਿਨ ਦੀ ਗੱਲ ਆ, ਮਾਇਆ ਦੀ ਵਡਿਆਈ ਕਦ ਜਾਂਦੀ ਆ ਪਤਾ ਵੀ ਨਹੀਂ ਲੱਗਦਾ। ਆਖੋ ਸਤਨਾਮ। ਪਰ ਜਿਹੜਾ ਮਾਣ ਕਰੇ ਭਾਈ, ਮਨ ਵਿੱਚ ਮਾਣ ਕਰੇ ਨਾ, ਆਪਣੇ ਆਪ ਤੇ ਕੀਤਾ ਮਾਣ ਮਾਰ ਦਿੰਦਾ। ਅਸੀਂ ਆਪਣੇ ਗੁਰੂ ਤੇ ਮਾਣ ਕਰੀਏ ਬਈ ਮੇਰੇ ਮਾਲਕ ਵਰਗਾ ਦੂਜਾ ਹੈ ਕੋਈ ਨਹੀਂ। ਆਖੋ ਸਤਨਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਜਿੰਨੇ ਵੀ ਆਏ, ਮਨ ਨੀਵਾਂ ਕਰਕੇ ਆਏ, ਜਿਹੜੇ ਚੰਦੂ ਦੀ ਲੜਕੀ ਦਾ ਨਾਤਾ ਲੈ ਕੇ ਆਏ ਪੰਡਿਤ ਲੋਕ, ਉਹਨਾਂ ਨੇ ਜੈ ਜੈਕਾਰ ਵੇਖੀ, ਸੰਗਤਾਂ ਦਾ ਪਿਆਰ ਵੇਖਿਆ, ਦਰਬਾਰ ਦੀ ਜੈ ਜੈਕਾਰ ਵੇਖੀ, ਮਨ ਮੰਨ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰਦੇ ਨੇ, ਮਹਾਰਾਜ ਅਸੀਂ ਦੀਵਾਨ ਚੰਦੂ ਦੀ ਲੜਕੀ ਦਾ ਨਾਤਾ ਲੈ ਕੇ ਆਇਆ, ਮਹਾਰਾਜ ਕਿਰਪਾ ਕਰਿਓ, ਪ੍ਰਵਾਨ ਕਰ ਲਓ। ਮਹਾਰਾਜ ਨੇ ਜਿਹੜਾ ਬਚਨ ਕਿਹਾ ਨਾ ਭਾਈ, ਆ ਸੁਣਿਓ। ਮਹਾਰਾਜ ਕਹਿੰਦੇ ਨੇ ਪੰਡਤੋ, ਨਾਤਾ ਭਾਵੇਂ ਕਰ ਜਾਓ ਪਰ ਇੱਕ ਗੱਲ ਸੱਚ ਆ, ਇਹ ਜਿਹੜਾ ਗੁਰੂ ਨਾਨਕ ਦਾ ਘਰ ਆ, ਇਹ ਫਕੀਰਾਂ ਦਾ ਘਰ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਵੇਲੇ ਵੀ ਕਹਿੰਦੇ ਕਮਾਈ ਵਾਲੇ ਆਏ ਸਨ, ਜਿੰਨੇ ਬਰਾਤੀ ਆਏ, ਆ ਜੇ ਕਮਾਈ ਵਾਲੇ ਫਕੀਰ ਨਾਲ ਆਏ ਨਾ ਮਹਾਰਾਜ ਦੇ, ਆ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ ਨੇ, ਜੈ ਜੈਕਾਰਾਂ ਨੇ ਆ ਇਲਾਕੇ ਵਿੱਚ, ਜੈ ਜੈਕਾਰਾਂ ਸਤਿਗੁਰ ਦੇ ਵਿਆਹ ਗੁਰਪੁਰਬ ਦੀ ਆ ਜਿਹੜੀ ਖੁਸ਼ੀ ਆ ਨਾ ਆਪਾਂ ਮਨਾ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਗੁਰਪੁਰਬ, ਮਹਾਰਾਜ ਨੇ ਸੱਚ ਕਿਹਾ ਇਹ ਗੁਰੂ ਨਾਨਕ ਦਾ ਘਰ, ਇਹ ਫਕੀਰਾਂ ਦਾ ਘਰ ਆ ਭਾਈ, ਜਿਹੜਾ ਮਨ ਨੀਵਾਂ ਕਰਕੇ ਆਵੇ ਤਰ ਜਾਂਦਾ, ਜਿਹੜਾ ਮਾਣ ਕਰੇ ਉਹ ਮਾਰਿਆ ਜਾਂਦਾ। ਆਖੋ ਸਤਨਾਮ। ਹੁਣ ਦੀਵਾਨ ਚੰਦੂ ਦੀ ਲੜਕੀ ਦਾ ਨਾਤਾ ਕਰਨ ਆਏ ਪੰਡਿਤ ਕਹਿੰਦੇ ਨੇ ਮਹਾਰਾਜ ਸਾਡੀ ਬੇਨਤੀ ਆ, ਦੀਵਾਨ ਚੰਦੂ ਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ, ਮਹਾਰਾਜ ਕਰੋ ਕਿਰਪਾ। ਮਹਾਰਾਜ ਕਹਿੰਦੇ ਨੇ ਤੁਹਾਡੀ ਮਰਜ਼ੀ ਆ ਭਾਈ, ਜੇ ਤੁਹਾਡਾ ਮਨ ਮੰਨਦਾ, ਤੁਹਾਡਾ ਮਨ ਕਹਿੰਦਾ ਤੇ ਕਰ ਦਿਓ। ਮਹਾਰਾਜ ਨੇ ਹਾਮੀ ਭਰੀ। ਜਦੋਂ ਦੀਵਾਨ ਚੰਦੂ ਨੂੰ ਜਾ ਕੇ ਕਿਹਾ ਪੰਡਤਾਂ ਨੇ ਤੇਰੀ ਲੜਕੀ ਦਾ ਨਾਤਾ ਪੱਕਾ ਕਰਿਆ ਏ, ਕਹਿੰਦਾ ਕਿਹੜੀ ਥਾਂ, ਕਿਹੜਾ ਸਾਕ ਕਬੀਲਾ, ਕਿੱਦਾਂ ਦਾ ਖਾਨਦਾਨ ਆ, ਦੱਸੋ ਕੁਝ। ਜਦੋਂ ਕਿਹਾ ਨਾ ਬਈ ਗੁਰੂ ਨਾਨਕ ਦਾ ਘਰ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ ਤੁਹਾਡੀ ਲੜਕੀ ਦਾ ਨਾਤਾ ਪੱਕਾ ਕਰਿਆ ਏ, ਇਹ ਜਿਹੜੀ ਖੇਡ ਸੀ ਨਾ ਇਹ ਬੜੇ ਭਾਗਾਂ ਨਾਲ ਇਹ ਗੱਲ ਬਣਨੀ ਸੀ,
ਸਤਿਗੁਰ ਜੀ ਦਾ ਕੁੜਮ ਬਣ ਜਾਣਾ ਸੀ, ਨਾਤਾ ਜੁੜਨ ਲੱਗਿਆ ਚੰਦੂ ਦਾ, ਰਹਿੰਦੀ ਦੁਨੀਆਂ ਤੱਕ ਜੈ ਜੈਕਾਰਾਂ ਹੋ ਜਾਣੀਆਂ ਸੀ ਭਾਈ, ਪਰ ਵਿੱਚ ਹਉਮੈ ਦੀ ਕੰਧ ਆ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੀਵਾਨ ਚੰਦੂ ਕਹਿੰਦਾ ਓਏ ਮਾਇਆ ਕਿੰਨੀ ਕੁ, ਜ਼ਮੀਨ ਕਿੰਨੀ ਕੁ। ਇਹ ਪੰਡਿਤ ਕਹਿੰਦੇ ਨੇ ਜਹਾਂਗੀਰ ਬਾਦਸ਼ਾਹ ਦੇ ਦੀਵਾਨ ਨੂੰ, ਚੰਦੂ ਨੂੰ ਕਹਿੰਦੇ ਨੇ, ਕਹਿੰਦੇ ਜਿੰਨੀ ਤਨਖਾਹ ਤੈਨੂੰ ਮਹੀਨੇ ਬਾਅਦ ਮਿਲਦੀ ਹੈ ਨਾ, ਇੰਨੀ ਕੁ ਮਾਇਆ ਤੇ ਉੱਥੇ ਨਿੱਤ ਸੰਗਤਾਂ ਮੱਥਾ ਟੇਕ ਜਾਂਦੀਆਂ ਨੇ, ਇੰਨਾ ਕੁ ਚੜਾਵਾ ਨਿੱਤ ਚੜ ਜਾਂਦਾ, ਜਿੰਨੀ ਤਨਖਾਹ ਤੈਨੂੰ ਮਹੀਨੇ ਬਾਅਦ ਮਿਲਦੀ ਹੈ, ਮਾਇਆ ਦੀ ਕਮੀ ਨਹੀਂ। ਜੈ ਜੈਕਾਰਾਂ ਵੇਖ। ਉਸ ਵੇਲੇ ਦੀਵਾਨ ਚੰਦੂ ਦੇ ਮਨ ਵਿੱਚ ਮਾਣ ਆ ਗਿਆ, ਕਹਿੰਦਾ ਓਏ ਉਹ ਮੇਰੇ ਸਾਹਮਣੇ ਕੀ ਚੀਜ਼ ਨੇ, ਏਦਾਂ ਕਿਹਾ ਉਹਨੇ, ਮੇਰੇ ਸਾਹਮਣੇ ਕੀ ਆ, ਗੁਰੂ ਨਾਨਕ ਦਾ ਘਰ, ਮੈਂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਚੰਦੂ। ਬਸ ਉਹਨੇ ਏਦਾਂ ਵੀ ਮਨ ਵਿੱਚ ਮਾਣ ਕੀਤਾ, ਕਹਿੰਦਾ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾਇਆ ਏ, ਮਾਣ ਕੀਤਾ, ਆਪਣੇ ਆਪ ਨੂੰ ਚਵਾਰਾ ਕਹਿੰਦਾ ਪਿਆ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਕਹਿੰਦਾ ਪਿਆ। ਦਿੱਲੀ ਦੀਆਂ ਸੰਗਤਾਂ ਨੇ ਸੁਣਿਆ, ਉਸੇ ਵੇਲੇ ਉਹਨਾਂ ਨੇ ਪੱਤਰਿਕਾ ਲਿਖੀ, ਚਿੱਠੀ ਲਿਖੀ, ਉਹਦੇ ਵਿੱਚ ਕੀ ਲਿਖਿਆ, ਮਹਾਰਾਜ ਜੀ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈਣਾ। ਆਖੋ ਸਤਨਾਮ। ਚਿੱਠੀ ਲਿਖੀ, ਇਹਦੇ ਮਨ ਵਿੱਚ ਮਾਣ, ਆਪਣੇ ਆਪ ਨੂੰ ਚਵਾਰਾ ਕਹਿੰਦਾ ਪਿਆ, ਮਾਣ ਕਰਦਾ ਪਿਆ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਕਹਿੰਦਾ ਪਿਆ। ਦਾਤਾ ਜੀ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ। ਇਹ ਮਾਣ ਦਾ ਭਰਿਆ ਭਰਿਆਏ ਮੰਨਿਓ ਤੁਸੀਂ ਸੰਗਤ ਦਾ ਕਹਿਣਾ, ਇਹ ਮਾਣ ਦਾ ਭਰਿਆਏ ਮੰਨਿਓ ਤੁਸੀਂ ਸੰਗਤ ਦਾ ਕਹਿਣਾ, ਇਹ ਮਾਣ ਦਾ ਭਰਿਆਏ ਮੰਨਿਓ ਤੁਸੀਂ ਸੰਗਤ ਦਾ ਕਹਿਣਾ, ਹਾਂ ਇਹ ਮਾਣ ਦਾ
ਪਰਿਆਏ ਮੰਨਿਓ ਤੁਸੀਂ ਸੰਗਤ ਦਾ ਖੇਣਾ ਏ ਮਾਣ ਦਾ ਪਰਿਆਏ ਮੰਨਿਓ ਤੁਸੀਂ ਸੰਗਤ ਦਾ ਖੇਣਾ ਏ ਮਾਣ ਦਾ ਪਰਿਆਏ ਮੰਨਿਓ ਤੁਸੀਂ ਸੰਗਤ ਦਾ ਖੇਣਾ ਇਹ ਮਾਣ ਦਾ ਪਰਿਆ ਭਰਿਆਏ ਮੰਨਿਓ ਤੁਸੀਂ ਸੰਗਤ ਦਾ ਕਹਿਣਾ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਚੰਦੂ ਦੀ ਲੜਕੀ ਦਾ ਨਹੀਂ ਗੁਰੂ ਜੀ ਲੈਣਾ ਚੰਦੂ ਦੀ ਲੜਕੀ ਦਾ ਮਾਤਾ ਨਹੀਂ ਗੁਰੂ ਜੀ ਲੈਣਾ ਹਰ ਜੂ ਹੰਕਾਰ ਨ ਭਾਵਈ ਵੇਦ ਕੂਕ ਸੁਣਾਵੇ ਆ ਜਿਹੜਾ ਮਾਣ ਆ ਨਾ ਸਾਡੇ ਆਂਢ ਗੁਆਂਢ ਚੱਲ ਜਾਂਦਾ ਯਾਰਾਂ ਬੇਲੀਆਂ ਕੋਲ ਚੱਲ ਜਾਂਦਾ ਰਿਸ਼ਤੇਦਾਰਾਂ ਕੋਲ ਚੱਲ ਜਾਂਦਾ ਮਾਣ ਸਾਡਾ ਸਰਕਾਰੇ ਦੁਆਰੇ ਟੈਲੀਫੋਨ ਕੀਤਾ ਚੱਲ ਜਾਂਦਾ ਭਾਈ ਪਰ ਜੇ ਅਸੀਂ ਕਹੀਏ ਵੀ ਸਾਡਾ ਮਾਣ ਗੁਰੂ ਨਾਨਕ ਦੇ ਘਰ ਵਿੱਚ ਚੱਲੇ ਇਹ ਸਾਡੇ ਮਨ ਦਾ ਭੁਲੇਖਾ ਆਖੋ ਸਤਨਾਮ ਸ੍ਰੀ ਵਾਹ ਜਿਹੜਾ ਸਾਡਾ ਮਾਣ ਆ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਚੱਲਦਾ ਜਿਸ ਦਾ ਦਿੱਤਾ ਖਾਵਣਾ ਆ ਚੱਲਦਾ ਇੱਥੇ ਜਿਹੜੇ ਮਾਲਕ ਦਾ ਦਿੱਤਾ ਖਾਈਏ ਉਹਦੀਆਂ ਵਡਿਆਈਆਂ ਕਰੀਏ ਭਾਈ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨਾ ਚੱਲਈ ਹੁਕਮ ਨਹੀਂ ਨਾਲ ਖਸਮ ਚੱਲੇ ਅਰਦਾਸ ਮਾਲਕ ਅੱਗੇ ਤੇ ਅਰਦਾਸ ਆ ਹੁਕਮ ਨਹੀਂ ਚੱਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਿੱਲੀ ਦੀ ਸੰਗਤ ਨੇ ਕਿਹਾ ਮਹਾਰਾਜ ਆਪਣੇ ਆਪ ਨੂੰ ਚਵਾਰਾ ਕਹਿੰਦਾ ਪਿਆ ਗੁਰੂ ਨਾਨਕ ਦੇ ਘਰ ਨੂੰ ਨੀਵਾ ਕਹਿੰਦਾ ਪਿਆ ਮੋਰੀ ਦੀ ਨਿਆਈ ਕਹਿੰਦਾ ਪਿਆ ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਸੰਗਤ ਦਾ ਕਿਹਾ ਵੱਡਾ ਮੰਨਿਆ ਮਹਾਰਾਜ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਸੰਗਤ ਦਾ ਕਿਹਾ ਮਹਾਰਾਜ ਨੇ ਸਤ ਕਰਕੇ ਮੰਨਿਆ ਚੰਦੂ ਨੂੰ ਸੁਨੇਹਾ ਘੱਲਿਆ ਤੇਰੇ ਮਨ ਵਿੱਚ ਮਾਣ ਆ ਆਪਣੇ ਬਰਾਬਰ ਦਾ ਲੱਭ ਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਨੂੰ ਚਵਾਰਾ ਕਹਿੰਦਾ ਪਿਆ ਜਾ ਆਪਣੇ ਬਰਾਬਰ ਦਾ ਲੱਭ ਸਾਨੂੰ ਤੇਰੀ ਲੜਕੀ ਦਾ ਨਾਤਾ ਨਹੀਂ ਪ੍ਰਵਾਨ ਫਿਰ ਚੰਦੂ ਨੇ ਕੀ ਲਿਖਿਆ ਚੰਦੂ ਨੇ ਸੁਨੇਹਾ ਘੱਲਿਆ ਚਿੱਠੀ ਲਿਖੀ ਵਿੱਚ ਕੀ ਲਿਖਿਆ ਆ ਸੁਣਿਓ ਉੱਪਰ ਲਿਖਿਆ ਕਹਿੰਦਾ ਮਹਾਰਾਜ ਮੈਂ ਇੰਨਾ ਕੁਝ ਨਹੀਂ ਕਿਹਾ ਇੰਨਾ ਕੁਝ ਨਹੀਂ ਮੈਂ ਕਿਹਾ ਤੁਹਾਨੂੰ ਦਿੱਲੀ ਦੀ ਸੰਗਤ ਨੇ ਵਾਧੂ ਵਧਾ ਚੜਾ ਕੇ ਗਿਆ ਇੰਨਾ ਕੁਝ ਮੈਂ ਨਹੀਂ ਗਿਆ ਮੇਰੀ ਲੜਕੀ ਦਾ ਨਾਤਾ ਨਾ ਮੋੜੋ
ਪ੍ਰਵਾਨ ਕਰ ਲਓ। ਇਹ ਤੇ ਲਿਖੀ ਬੇਨਤੀ, ਹੇਠਾਂ ਕੀ ਲਿਖਿਆ? ਹੇਠਾਂ ਲਿਖਦਾ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਦੀਵਾਨ ਹਾਂ ਜਹਾਂਗੀਰ ਬਾਦਸ਼ਾਹ ਦਾ। ਮਨ ਵਿੱਚ ਮਾਣ ਆ ਗਿਆ, ਜੇ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਨਾ ਕੀਤਾ ਤੁਹਾਨੂੰ ਦੁੱਖ ਝੱਲਣੇ ਪੈਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਵੇਖਿਓ ਜੀ, ਹੁਣ ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਗੁਰੂ ਪਿਤਾ ਦੀ ਆਗਿਆ ਮੰਨੀ, ਇੱਕ ਇੱਕ ਬਚਨ ਪਗਾਇਆ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣੇ, ਪਰ ਸਮਾਂ ਆਉਣ ਤੇ ਤੱਤੀ ਤਵੀ ਤੇ ਵੀ ਸਮਾਧੀ ਲਾ ਗਏ। ਆਖੋ ਸਤਨਾਮ। ਸਾਡੇ ਲਈ ਪੂਰਨੇ ਪਾਏ ਨੇ, ਜਦੋਂ ਫਿਰ ਜੇਠ ਦਾ ਮਹੀਨਾ, ਉਹ ਵੀ ਤੱਤਾ, ਤਵੀ ਵੀ ਤੱਤੀ, ਚੰਦੂ ਦਾ ਸੁਭਾਅ ਵੀ ਤੱਤਾ। ਤੇ ਫਿਰ ਵੇਖੋ ਮਹਾਰਾਜ ਨੂੰ ਕਹਿੰਦੇ ਨੇ ਚੰਦੂ ਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ। ਜਦੋਂ ਗ੍ਰਿਫਤਾਰ ਕਰਕੇ ਲੈ ਗਏ, ਮਹਾਰਾਜ ਨੇ ਆਪੇ ਖੇਡ ਵਰਤਾਈ। ਮਹਾਰਾਜ ਨੂੰ ਕਹਿੰਦੇ ਨੇ ਸਾਡੀਆਂ ਸ਼ਰਤਾਂ ਮੰਨ ਲਓ, ਰਿਹਾ ਕਰ ਦਿਆਂਗੇ। ਕਹਿੰਦੇ ਜਿਹੜਾ ਬਾਣੀ ਦਾ ਜਹਾਜ਼ ਬਣਾਇਆ ਮੁਹੰਮਦ ਸਾਹਿਬ ਦੀ, ਇਹਦੇ ਵਿੱਚ ਵਡਿਆਈ ਕਰਦੇ ਹੋ। ਮਹਾਰਾਜ ਕਹਿੰਦੇ ਨੇ ਇਹ ਤੁਰਕੀ ਬਾਣੀ ਆ, ਇਹਦੇ ਵਿੱਚ ਵਾਧਾ ਘਾਟਾ ਕੀਤਾ ਨਹੀਂ ਜਾ ਸਕਦਾ। ਆਖੋ ਸਤਨਾਮ। ਫਿਰ 2 ਲੱਖ ਰੁਪਈਆ ਜੁਰਮਾਨਾ ਭਰੋ, ਟੈਕਸ ਭਰੋ। ਮਹਾਰਾਜ ਕਹਿੰਦੇ ਸੰਗਤ ਦੀ ਮਾਇਆ, ਸੇਵਾ ਵਿੱਚ ਤੇ ਲੱਗ ਜਾਏ ਪਰ ਗੁਰੂ ਨਾਨਕ ਦਾ ਘਰ ਟੈਕਸ ਨਹੀਂ ਦਿੰਦਾ। ਕਾਹਦਾ ਜੁਰਮਾਨਾ, ਕਾਹਦਾ ਟੈਕਸ? ਇਹ ਤੇ ਜਿਹੜਾ ਆਵੇ ਸ਼ਰਧਾ ਭਾਵਨਾ ਨਾਲ ਸੇਵਾ ਕਰ ਜਾਂਦਾ। ਇੱਥੇ ਗਰੀਬਾਂ ਦੀ ਸੇਵਾ ਵੀ ਹੁੰਦੀ ਆ, ਇਹ ਤੇ ਪਰਉਪਕਾਰ ਦਾ ਘਰ ਆ। ਮਹਾਰਾਜ ਕਹਿੰਦੇ ਜੁਰਮਾਨਾ ਨਹੀਂ, ਇਹ ਵੀ ਪ੍ਰਵਾਨ ਨਹੀਂ ਕੀਤਾ। ਫਿਰ ਕਹਿੰਦੇ ਨੇ ਚੰਦੂ ਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ। ਮਹਾਰਾਜ ਕਹਿੰਦੇ ਨੇ ਅਸੀਂ ਤੇ ਕੀਤਾ ਸੀ, ਪਰ ਇਹਦੇ ਮਨ ਵਿੱਚ ਮਾਣ ਆ, ਹੁਣ ਸੰਗਤ ਦਾ ਹੁਕਮ ਆ। ਸੰਗਤ ਨੇ ਕਿਹਾ ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ। ਆਖੋ ਸਤਨਾਮ। ਮਹਾਰਾਜ ਕਹਿੰਦੇ ਨੇ ਸਾਡੇ ਲਈ ਸੰਗਤ ਵੱਡੀ ਆ, ਸੰਗਤ ਦਾ ਹੁਕਮ ਵੱਡਾ, ਤੱਤੀ ਤਵੀ ਤੇ ਬਹਿਣਾ ਪ੍ਰਵਾਨ ਕਰ ਲਿਆ। ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨਿਆ। ਸਾਈ ਮੀਆਂ ਮੀਰ ਜੀ ਵਰਗੇ ਵੇਖੋ, ਇੰਨਾ ਪ੍ਰੇਮ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ। ਮਾਲਕ ਜੀ ਤੱਤੀ ਤਵੀ ਤੇ ਵੀ ਆਪਣਾ ਡੇਰਾ ਲਾ ਕੇ ਬਹਿ ਗਏ ਮਹਾਰਾਜ। ਤੱਤੀ ਤਵੀ ਨੂੰ ਵੀ ਬਗਾਨਾ ਨਹੀਂ ਜਾਣਿਆ ਮਹਾਰਾਜ। ਤੱਤੀ ਤਵੀ ਉੱਤੇ ਡੇਰਾ ਲਾਦਾ ਕਿਵੇਂ, ਲਾਇਆ ਮੇਰੇ ਮਾਲਕਾ। ਤੱਤੀ ਤਵੀ ਨੂੰ ਵੀ ਆਪਣਾ ਬਣਾਇਆ ਮੇਰੇ ਮਾਲਕ। ਮਹਾਰਾਜ ਜੀ ਤੱਤੀ ਤਵੀ ਨੂੰ ਵੀ ਆਪਣਾ ਬਣਾਇਆ, ਤੱਤੀ ਤਵੀ ਤੇ ਡੇਰਾ ਲਾ ਕੇ ਬਹਿ ਗਏ ਮਹਾਰਾਜ। ਡੱਪ ਕੀ ਰਹੇ ਹੋ? ਆ ਸਾਡੇ ਲਈ ਪੂਰਨੇ ਪਾਏ ਨੇ, ਤੱਤੀ ਤਵੀ ਉੱਤੇ ਬਹਿ ਕੇ।